ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ, ਦੁਆਬਾ ਰੇਡੀਓ ਦਾ ਮੰਚ, ਫਿਨਲੈਂਡ ਸਟੂਡੀਓ। ਅਗਲਾ ਸਿਲਸਿਲਾ ਆਪਣਾ ਸੈਗਮੈਂਟ ਹੁੰਦਾ ਹੈ ਕਿਤਾਬਾਂ ਦੇ ਅੰਕ ਸੰਗ, ਜਿਸ ਦੇ ਵਿੱਚ ਆਪਾਂ ਲੜੀਵਾਰ ਨਾਵਲ ਜਿਹੜਾ ਹੈ ਵਨਵੇ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਹਰਜੀਤ ਅਟਵਾਲ ਜੀ ਦੀ ਕਲਮ ਦੇ ਵਿੱਚੋਂ, ਅਤੇ ਉਹਦਾ ਲੜੀਵਾਰ ਭਾਗ ਜਿਹੜਾ ਦਸਵਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਮਹੀਨਾ ਮਾਰਚ ਦਾ ਸੀ। ਸਲੀਟ ਪੈ ਜਾਣ ਦੇ ਕਾਰਨ ਮੌਸਮ ਮਨਫੀ ਦਰਜੇ 'ਤੇ ਜਾ ਪੁੱਜਿਆ। ਇਹ ਦਿਨ ਰਾਤ ਬਰਾਬਰ ਹੋਣ ਦੇ ਦਿਨ ਸਨ, ਪਰ 3 ਵਜੇ ਸਟਰੀਟ ਲਾਈਟਸ ਜਗ ਪਈਆਂ ਸਨ। ਐਤਵਾਰ ਦਾ ਦਿਨ ਸੀ। ਅਜਿਹੇ ਮੌਸਮ ਦੇ ਐਤਵਾਰ ਨੂੰ ਲੰਡਨ ਉਜਾੜ ਜਿਹਾ ਦਿਸਣ ਲੱਗ ਜਾਂਦਾ ਸੀ, ਪਰ ਮੈਰਲੀਬੋਨ ਰੋਡ ਉੱਪਰ ਟ੍ਰੈਫਿਕ ਦੀ ਭਰਮਾਰ ਹੁੰਦੀ ਸੀ। ਕਾਰਾਂ ਹੌਲੀ ਹੌਲੀ ਤੁਰ ਰਹੀਆਂ, ਇੱਕ ਪਾਸੇ ਸੜਕ ਦੀ ਮੁਰੰਮਤ ਦੇ ਲੱਗੇ ਬੋਰਡ ਨੂੰ ਦੇਖ ਕੇ ਲੋਕ ਇਸ ਭੀੜ ਦਾ ਕਾਰਨ ਸਮਝ ਰਹੇ ਸਨ। ਸਰੂਪ ਸੋਚ ਰਿਹਾ ਸੀ ਕਿ ਕਿਹੜੀ ਸਾਈਡ ਰੋਡ ਲੈ ਕੇ ਇਸ ਟ੍ਰੈਫਿਕ ਨੂੰ ਝਕਾਨੀ ਦਿੱਤੀ ਜਾ ਸਕਦੀ ਹੈ। ਕਾਰ ਜਿਹੜੀ ਸੀ ਮੈਡਮ ਟੂ ਸੈਡ ਦੇ ਬਰਾਬਰ ਆਈ ਤਾਂ ਲੋਕਾਂ ਦੀ ਲੰਮੀ ਕਤਾਰ ਵੱਲ ਦੇਖਦਾ ਹੋਇਆ ਬਬਲੂ ਜਿਹੜਾ ਸੀ ਸ਼ੋਰ ਮਚਾਉਂਦਾ ਕਹਿਣ ਲੱਗਿਆ, ਡੈਡੀ ਉੱਥੇ ਜਾਣਾ ਹੈ, ਚੱਲਾਂਗੇ ਕਿਸੇ ਦਿਨ, ਕੋਈ ਨਹੀਂ 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 ਹੁਣੇ ਜਾਣਾ ਹੈ, ਦੇਖ ਬਾਹਰ ਠੰਡ ਕਿੰਨੀ ਆ ਯਾਰ, ਸਰੂਪ ਨੇ ਕਿਹਾ। ਅਤੇ ਸਤਨਾਮੀ ਜਿਹੜੀ ਸੀ 4 ਸਾਲ ਦੇ ਬਬਲੂ ਨੂੰ ਟਾਲਣ ਦੇ ਲਈ ਉਸਦੇ ਨਾਲ ਗੱਲਾਂ ਕਰਨ ਲੱਗੀ। ਬਬਲੂ ਅਤੇ ਉਸ ਤੋਂ ਛੋਟੀ ਸੀਮਾ ਪਿਛਲੀ ਸੀਟ ਦੇ ਉੱਤੇ ਬੈਠੇ ਮੰਮੀ ਡੈਡੀ ਦਾ ਧਿਆਨ ਖਿੱਚਣ ਦੇ ਲਈ ਕੁਝ ਨਾ ਕੁਝ ਕਰੀ ਹੀ ਜਾ ਰਹੇ ਸਨ। ਕਾਰ ਚਲਾਉਂਦਾ ਸਰੂਪ ਸਤਨਾਮੀ ਨੂੰ ਲੰਡਨ ਦੀਆਂ ਸੜਕਾਂ ਬਾਰੇ ਅਤੇ ਸਾਈਨਾਂ ਬਾਰੇ ਜਾਣਕਾਰੀ ਵੀ ਦੇਈ ਜਾ ਰਿਹਾ ਸੀ। ਅੱਜ ਕੱਲ੍ਹ ਸਤਨਾਮੀ ਕਾਰ ਚਲਾਉਣੀ ਸਿੱਖਣ ਦੇ ਸਬਕ ਲੈ ਰਹੀ ਸੀ। ਸਰੂਪ ਜਿਹੜਾ ਸੀ ਸਤਨਾਮੀ ਨੂੰ ਦੱਸਣ ਲੱਗਿਆ, ਲੰਡਨ ਦੇ ਵਿੱਚ ਬੰਦਾ ਸਹਿਜੇ ਹੀ ਭੁੱਲ ਜਾਂਦਾ, ਵਨ ਵੇ ਤੋਂ ਬਚਣ ਦੀ ਸਖ਼ਤ ਜ਼ਰੂਰਤ ਹੈ, ਪਰ ਲੰਡਨ ਦੇ ਟ੍ਰੈਫਿਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਵਨ ਵੇ ਦੇ ਤਰੀਕੇ ਦੇ ਨਾਲ ਹੀ ਕਾਬੂ ਦੇ ਵਿੱਚ ਰਹਿੰਦਾ ਹੈ। ਜੇ ਤੁਸੀਂ ਅਵੇਸਲੇ ਹੋ ਕੇ ਗਲਤ ਦਿਸ਼ਾ ਦੇ ਵਿੱਚ ਜਾਂ ਗਲਤ ਲੈਨ ਲੈ ਲਈ ਨਾ ਵਨ ਵੇ ਦੇ ਵਿੱਚ ਪੈ ਜਾਵੋ ਤਾਂ ਕਿਤੇ ਦੇ ਕਿਤੇ ਜਾ ਕੇ ਪਹੁੰਚੋਗੇ। ਨਾ ਜੀ ਨਾ, ਜੇ ਇਹ ਰਾਹ ਜਾਂਦਾ ਹੀ ਵਨ ਵੇ ਵਿੱਚ ਹੈ ਦੀ ਹੋਵੇ ਤਾਂ ਫਿਰ ਕੀ ਕਰੀਏ। ਸਰੂਪ ਨੇ ਪਤਨੀ ਵੱਲ ਦੇਖਦਿਆਂ ਅਤੇ ਹੱਸਣ ਲੱਗਿਆ ਜਿਵੇਂ ਉਸਨੇ ਇਹ ਗੱਲ ਪਹਿਲਾਂ ਸੋਚੀ ਹੀ ਨਾ ਹੋਵੇ। ਬੋਲਿਆ, ਲੰਡਨ ਦੇ ਵਿੱਚ ਤਾਂ ਚੱਲਣ ਦਾ ਅਸੂਲ ਹੀ ਵਨ ਵੇ ਹੈ, ਬਸ ਇਸੇ ਗੱਲ ਦਾ ਹੀ ਧਿਆਨ ਰੱਖਣ ਦੀ ਲੋੜ ਹੈ। ਸਤਨਾਮੀ ਨੇ ਕੁਝ ਵੀ ਪੱਲੇ ਨਾ ਪਿਆ। ਸਤਨਾਮੀ ਬਸ ਦੇਖੀ ਗਈ ਅਤੇ ਸੁਣਦੀ ਗਈ, ਨਾ ਸਰੂਪ ਦਾ ਹੱਸਣਾ ਅਤੇ ਨਾ ਹੀ ਵਨ ਵੇ ਦਾ ਅਸੂਲ। ਉਹ ਕਹਿਣ ਲੱਗੀ, ਛੱਡੋ ਇਸ ਗੱਲ ਨੂੰ ਜੀ, ਮੈਂ ਤਾਂ ਕਹਿੰਦੀ ਹਾਂ ਬਈ ਦਿਲਬਾਗ ਭਾਜੀ ਦੇ ਨਾਲ ਹੀ ਸਿੱਧੀ ਗੱਲ ਕਰੋ, ਸਾਡੇ ਨੇੜੇ ਤਾਂ ਉਹੀ ਹੈ, ਕਿਤੇ ਗੁੱਸਾ ਹੀ ਨਾ ਕਰ ਜਾਵੇ, ਤੁਹਾਨੂੰ ਪਤਾ ਹੀ ਹੈ ਉਹਦੇ ਸੁਭਾਅ ਦਾ। ਉਹਨੂੰ ਸੀਰੀਅਸਲੀ ਹੀ ਕੌਣ ਲੈਂਦਾ ਯਾਰ, ਗੁੱਸਾ ਕਰੂ ਤਾਂ ਮੈਨੂੰ ਮਨਾਉਣਾ ਆਉਂਦਾ, ਦੋ ਗੱਪਾਂ ਮਾਰੋ ਅਤੇ 4 ਉਹਦੀਆਂ ਸੁਣ ਲਵੋ। ਮੰਨ ਗਿਆ, ਲੈ ਬਸ ਮੰਨ ਗਿਆ,
ਦਿਲਬਾਗ ਸੂ ਹੋਰ ਕੀ ਲੈਣਾ ਹੈ। ਗੱਲ ਕਰਦੇ ਸਰੂਪ ਦੇ ਕਾਰ ਰੀਜੈਂਟ ਪਾਰਕ ਦੇ ਨਾਲ ਵਾਲੀ ਰੋਡ ਦੇ ਉੱਤੇ ਮੋੜ ਲਈ, ਜਿਹੜੀ ਕਿ ਸਿੱਧੀ ਕੈਮੇਡਨ ਟਾਊਨ ਜਾਂ ਨਿਕਲਦੀ ਸੀ। ਉਸਨੇ ਉੱਤਰੀ ਲੰਡਨ ਦੇ ਵਿੱਚ ਦੀ ਹੁੰਦੇ ਹੋਏ ਪੂਰਬੀ ਲੰਡਨ ਜਾ ਪੁੱਜਣਾ ਸੀ। ਰਾਹ ਕੁਝ ਲੰਬੇਰਾ ਵੀ ਸੀ, ਪਰ ਟ੍ਰੈਫਿਕ ਤੋਂ ਬਚਾਅ ਹੋ ਜਾਣਾ ਸੀ ਜ਼ਰੂਰ। ਉਹ ਅਰਜਨ ਸਿੰਘ ਨੂੰ ਮਿਲਣ ਜਾ ਰਹੇ ਸਨ ਅਤੇ ਅੱਜ ਜਾਣ ਦਾ ਖਾਸ ਮਕਸਦ ਸੀ। ਸਰੂਪ ਆਪਣੇ ਚਾਚੇ ਦੇ ਮੁੰਡੇ ਗੁਲਵੰਤ ਦੇ ਲਈ ਸੁਰਜਨ ਦੀ ਕੁੜੀ ਸੁਰਿੰਦਰ ਦਾ ਰਿਸ਼ਤਾ ਜਿਹੜਾ ਸੀ ਮੰਗਣਾ ਚਾਹੁੰਦਾ ਸੀ। ਜਾਣ ਦਾ ਤਾਂ ਉਹ ਸੁਰਜਨ ਨੂੰ ਵੀ ਸੀ, ਪਰ ਰਿਸ਼ਤਾ ਵਿਚੋਲੇ ਰਾਹੀਂ ਹੋ ਸਕਣਾ ਸੀ। ਸਰੂਪ ਆਪਣੇ ਟੱਬਰ ਦੇ ਨਾਲ ਇਸੇ ਹਫ਼ਤੇ ਇੰਡੀਆ ਤੋਂ ਆਇਆ ਸੀ। ਉਸਦੇ ਕੋਲ ਅਰਜਨ ਸਿੰਘ ਦੇ ਕਈ ਸੁਨੇਹੇ ਆਏ ਪਏ ਸਨ, ਕੁਝ ਸੂਟ, ਕੁਝ ਰੁੱਕੇ, 2 ਕਿਲੋ ਗੋੜਾ ਦੀ ਇੰਡੀਆ ਤੋਂ ਲਿਆਇਆ ਸੀ ਨਾਲ। ਪਿਛਲੇ 5 ਸਾਲਾਂ ਦੇ ਵਿੱਚ ਪਿੰਡ ਦੇ ਵਿੱਚ ਅਤੇ ਰਿਸ਼ਤੇਦਾਰੀ ਦੇ ਵਿੱਚ ਆਈ ਤਬਦੀਲੀ ਉਸਨੂੰ ਹੈਰਾਨ ਕਰ ਗਈ ਸੀ। ਸਭ ਤੋਂ ਵੱਧ ਹੈਰਾਨੀ ਸੀ ਉਸਨੂੰ ਗੁਲਵੰਤ ਵੱਲ ਦੇਖ ਕੇ ਹੋ ਰਹੀ ਸੀ। ਉਹ ਵਾਰ ਵਾਰ ਕਹਿ ਉੱਠਦਾ, ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਸੁੱਕੜੂ ਜਿਹਾ, ਪਤਲੂ ਜਿਹਾ ਗੁਲੂ ਇੰਨਾ ਜਵਾਨ ਨਿਕਲ ਆਊ ਅਤੇ ਲੋਕ ਉਹਨੂੰ ਚੱਠਾ ਸਾਹਿਬ ਕਹਿੰਦੇ ਫਿਰਨਗੇ। ਗੱਲਾਂ ਕਰਦਿਆਂ ਉਸਨੂੰ ਆਪਣੇ ਚਚੇਰੇ ਭਰਾ ਅਤੇ ਲੋਹੜੇ ਦਾ ਮਾਣ ਹੋਣ ਲੱਗਦਾ। ਜਦ ਉਹ ਵਿਆਹ ਕਰਵਾਉਣ ਗਿਆ ਤਾਂ ਗੁੱਲੂ ਕਾਲਜ ਦੇ ਵਿੱਚ ਪੜ੍ਹਦਾ ਸੀ। ਸਾਂਝੇ ਟੱਬਰ ਦੇ ਵਿੱਚ ਰਹਿੰਦੇ ਹੋਣ ਕਰਕੇ ਗੁੱਲੂ ਦੇ ਭਵਿੱਖ ਬਾਰੇ ਫਿਕਰ ਕਰਦਾ ਰਹਿੰਦਾ ਸੀ। ਉਹ ਸੋਚਦਾ ਕਿ ਜ਼ਮੀਨ ਉਹਨਾਂ ਦੀ ਬਹੁਤ ਥੋੜ੍ਹੀ ਹੀ ਸੀ ਅਤੇ ਜੱਟਾਂ ਨੂੰ ਨੌਕਰੀ ਕੋਈ ਮਿਲਦੀ ਨਹੀਂ, ਇਸ ਲਈ ਗੁੱਲੂ ਨੂੰ ਇੰਗਲੈਂਡ ਹੀ ਸੱਦਣਾ ਪੈਣਾ ਹੈ। ਇੰਗਲੈਂਡ ਨਹੀਂ ਤਾਂ ਕਿਸੇ ਹੋਰ ਮੁਲਕ, ਪਰ ਇੰਡੀਆ ਦੇ ਵਿੱਚ ਉਸਦਾ ਭਵਿੱਖ ਐਸਾ ਵੈਸਾ ਹੀ ਹੋਵੇਗਾ। ਹੁਣ ਜਦ ਉਹ ਇੰਡੀਆ ਗਿਆ ਤਾਂ ਗੁੱਲੂ ਵੱਲ ਦੇਖ ਕੇ ਹੈਰਾਨ ਹੁੰਦੇ ਹੋਏ ਮਨ ਸੁਰਜਨ ਦੀ 3 ਨੰਬਰ ਦੀ ਕੁੜੀ ਦੇ ਨਾਲ ਰਿਸ਼ਤੇ ਦੀ ਗੱਲ ਸੋਚ ਲਈ। ਉਹ ਮਨ ਹੀ ਮਨ ਉਸ ਕੁੜੀ ਦੀ ਗੁੱਲੂ ਦੇ ਨਾਲ ਜੋੜੀ ਬਣਾ ਕੇ ਦੇਖਣ ਵੀ ਲੱਗਿਆ। ਰਮਫੋਰਡ ਰੋਡ ਤੋਂ ਉਹ ਜਿਹੜਾ ਸੀ ਈਸਟ ਹੈਮ ਗ੍ਰੀਨ ਸਟਰੀਟ ਦੇ ਉੱਤੇ ਮੁੜ ਗਏ। ਗ੍ਰੀਨ ਸਟਰੀਟ ਉੱਪਰ ਬਹੁਤ ਸਾਰੀਆਂ ਨਵੀਆਂ ਦੁਕਾਨਾਂ ਖੁੱਲ੍ਹ ਚੁੱਕੀਆਂ ਸਨ, ਸਾਰੀਆਂ ਦੀਆਂ ਸਾਰੀਆਂ ਹੀ ਦੇਸੀ। ਐਤਵਾਰ ਨੂੰ ਵੀ ਸਾਰਾ ਬਾਜ਼ਾਰ ਖੁੱਲ੍ਹਾ। ਰੇਲਵੇ ਪੁਲ ਪਾਰ ਕਰਕੇ ਉਹ ਖੱਬੇ ਹੱਥ ਡਰਬੀ ਰੋਡ 'ਤੇ ਮੁੜ ਗਏ, ਪਰ ਮੋਹਰੇ ਨਵੀਂ ਬਣੀ ਪੋਰਚ ਦੇ ਕਾਰਨ ਘਰ ਪਛਾਣਿਆ ਨਾ ਗਿਆ। ਪਰ ਮੋਹਰੇ ਖੜ੍ਹਦੀ ਕਾਰ ਨੂੰ ਅਮਰਜੀਤ ਨੇ ਪਰਦਿਆਂ ਹੀ ਜਿਹੜਾ ਸੀ ਰਾਹੀਂ ਦੇਖ ਲਿਆ ਸੀ ਅਤੇ ਉਹ ਵੀ ਉਹਨਾਂ ਦੀ ਉਡੀਕ ਕਰ ਰਹੇ ਸੀ। ਉਸਦੇ ਮਾਂ ਪਿਓ ਦੇ ਸੁਨੇਹੇ ਵੀ ਉਹਨਾਂ ਹੱਥ ਆ ਰਹੇ ਸਨ ਨਾ, ਤਾਂ ਜਿਹੜੇ ਉਤਾਵਲੇ ਸੀ। ਅਮਰਜੀਤ ਨੂੰ ਪਰਮੀਤ ਦੇ ਨਾਲ ਵਿਆਹਾਂ 2 ਸਾਲ ਹੋ ਗਏ। ਇਹ 2 ਸਾਲ ਅਮਰਜੀਤ ਨੂੰ ਬਹੁਤ ਲੰਮੇ ਲੱਗ ਰਹੇ ਸਨ, 20 ਸਾਲਾਂ ਜਿੰਨੇ। ਉਸਨੇ ਕਾਹਲੀ ਦੇ ਨਾਲ ਬੂਹਾ ਖੋਲ੍ਹਿਆ ਅਤੇ ਸਤਨਾਮੀ ਦੇ ਗਲ ਲੱਗ ਗਈ। ਫਿਰ ਸਰੂਪ ਨੂੰ ਫਤਿਹ ਬੁਲਾਉਂਦੀ ਬੱਚਿਆਂ ਦੇ ਨਾਲ ਤੋਤਲੀਆਂ ਜਿਹੀਆਂ ਗੱਲਾਂ ਮਾਰਨ ਲੱਗੀ। ਉਹ ਉਹਨਾਂ ਦੇ ਮੂਹਰੇ ਤੁਰਦੀ ਫਰੰਟ ਰੂਮ ਦੇ ਵਿੱਚ ਆ ਗਈ। ਸਾਰੇ ਘਰ ਹੀ ਸਨ, ਸਾਰੇ ਹੈਰਾਨ ਸਨ ਕਿ ਇੰਡੀਆ ਗਿਆ ਦੇ ਜਿਹੜੇ ਇੰਨੀ ਜਲਦੀ ਰੰਗ ਇੰਨੇ ਕਾਲੇ ਕਿਵੇਂ ਹੋ ਗਏ ਯਾਰ, ਖਾਸ ਤੌਰ 'ਤੇ ਬੱਚਿਆਂ ਦੇ। ਹਾਲਾਂਕਿ ਇਹ ਸਿਆਲੂ ਦਿਨ ਸਨ। ਗੁਰਬੰਸ ਕੌਰ ਨੇ ਸਰੂਪ ਤੋਂ ਘਰ ਦੇ ਇੱਕ ਇੱਕ ਜੀ ਦਾ ਹਾਲ ਚਾਲ ਪੁੱਛਿਆ। ਪਰਮੀਤ ਤੋਂ ਛੋਟੇ ਹਰਮੀਤ
ਦੇ ਰਿਸ਼ਤੇ ਦੀ ਗੱਲ ਜਲੰਧਰ ਦੇ ਇੱਕ ਵਪਾਰੀ ਦੀ ਕੁੜੀ ਦੇ ਨਾਲ ਚੱਲ ਰਹੀ ਸੀ। ਕੁੜੀ ਦੇਖਣ ਦੀ ਜ਼ਿੰਮੇਵਾਰੀ ਸਤਨਾਮੀ ਦੇ ਲਈ ਲਾਈ ਹੋਈ ਸੀ। ਗੁਰਬੰਸ ਕੌਰ ਦੇ ਪੁੱਛਣ 'ਤੇ ਸਤਨਾਮੀ ਬੋਲੀ, ਮਾਸੀ ਜੀ, ਸਾਫ਼ ਗੱਲ ਤਾਂ ਇਹ ਹੈ ਕਿ ਕੁੜੀ ਮੁੰਡੇ ਦੇ ਬਰਾਬਰ ਦੀ ਨਹੀਂ। ਹਾਂ, ਫੈਮਿਲੀ ਬਹੁਤ ਰਿੱਚ ਹੈ, ਸਾਡੇ ਕੋਲ ਤਾਂ ਉਹ ਚੀਜ਼ਾਂ ਹੈ ਹੀ ਨਹੀਂ ਜਿਹੜੀਆਂ ਉਹਨਾਂ ਕੋਲ ਹੈ। ਸਤਨਾਮੀ, ਕੁੜੀ ਦੀ ਗੱਲ ਦੱਸ ਤੂੰ, ਆਪਾਂ ਉਹਨਾਂ ਦੇ ਰਿੱਚ ਹੋਣ ਤੋਂ ਕੀ ਲੈਣਾ ਭਾਈ। ਮਾਸੀ ਜੀ, ਇੱਕ ਤਾਂ ਕੁੜੀ ਮਦਰੀ ਹੈ ਅਤੇ ਦੂਜੇ ਗੱਲਾਂ ਬਹੁਤ ਕਰਦੀ ਹੈ। ਆਪਣਾ ਹਰਮੀਤ ਤਾਂ ਚੁੱਪ ਰਹਿੰਦਾ, ਪਰ ਉਹ ਤਾਂ ਕੁਚਰ 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 ਬੋਲੀ ਜਾਂਦੀ ਹੈ, ਫਿਲਮਾਂ ਦੀਆਂ ਗੱਲਾਂ ਕਰੀ ਜਾਂਦੀ ਹੈ, ਫੈਸ਼ਨ ਦੀਆਂ ਗੱਲਾਂ। ਇਹਦਾ ਮਤਲਬ ਤੂੰ ਕੁੜੀ ਰਿਜੈਕਟ ਕਰਤੀ? ਗੁਰਬੰਸ ਕੌਰ ਨੇ ਕਿਹਾ। ਉਹ ਇਸ ਰਿਸ਼ਤੇ ਨੂੰ ਲੈ ਕੇ ਬਹੁਤ ਉਤਸ਼ਾਹ ਦੇ ਵਿੱਚ ਸੀ। ਅਰਜਨ ਸਿੰਘ ਦੀ ਭੈਣ ਨੇ ਇਸ ਰਿਸ਼ਤੇ ਦੀ ਦੱਸ ਪਾਈ ਸੀ, ਪਰ ਸਤਨਾਮੀ ਨੇ ਆ ਕੇ ਬਾਜੀ ਪਲਟਤੀ। ਅਰਜਨ ਸਿੰਘ ਕਹਿਣ ਲੱਗਿਆ, ਮੈਨੂੰ ਤਾਂ ਪਹਿਲਾਂ ਹੀ ਇਹ ਗੱਲ ਸਹੀ ਨਹੀਂ ਸੀ ਜਾਪਦੀ ਭਾਈ, ਕਿੱਥੇ ਉਹ ਕਾਰਖਾਨੇਦਾਰ ਅਤੇ ਕਿੱਥੇ ਅਸੀਂ ਮਜ਼ਦੂਰ, ਓਵਰ ਟਾਈਮ ਲਾ ਕੇ ਗੁਜ਼ਾਰਾ ਕਰਨ ਵਾਲੇ। ਸਤਨਾਮੀ ਆਪਣੀ ਖੱਲ ਬਚਾਉਣ ਖਾਤਰ ਬੋਲੀ ਸੀ, ਵੈਸੇ ਕੁੜੀ ਐਡੀ ਮਾੜੀ ਵੀ ਨਹੀਂ, ਤੁਸੀਂ ਆਪ ਜਾ ਕੇ ਇੱਕ ਵਾਰੀ ਦੇਖ ਲਓ, ਫੇਰ ਫੈਸਲਾ ਕਰਨਾ। ਜਦ ਤੱਕ ਅਮਰਜੀਤ ਚਾਹ ਲੈ ਕੇ ਆ ਗਈ, ਹਰਬੰਸ ਕੌਰ ਸਤਨਾਮੀ ਨੂੰ ਪੁੱਛਣ ਲੱਗੀ, ਅਮਰਜੀਤ ਵਰਗੀ ਹੈ ਕਿ ਨਹੀਂ ਉਹ? ਨਹੀਂ ਮਾਸੀ ਜੀ, ਨਹੀਂ, ਅਮਰਜੀਤ ਦੇ ਨਾਲ ਤਾਂ ਉਹਦਾ ਕੋਈ ਮੁਕਾਬਲਾ ਹੀ ਨਹੀਂ। ਇਹਨਾਂ ਨੇ ਐਵੇਂ ਹੀ ਕਾਹਲੀ ਦੇ ਵਿੱਚ ਕਾਹਲੀ ਪਾਈ ਹੋਈ ਸੀ। ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਬਈ ਮੁੰਡਾ ਪੜ੍ਹਦਾ, ਇਹਨੂੰ ਪੜ੍ਹ ਲੈਣ ਦਿਓ, ਕਾਹਲ ਕਾਹਦੀ ਹੈ। ਅਰਜਨ ਸਿੰਘ ਨੇ ਆਖਿਆ, ਫਿਰ ਸਾਰੇ ਹੀ ਚੁੱਪ ਜਿਹੇ ਕਰ ਗਏ। ਸਰੂਪ ਨੇ ਇੰਦਰਜੀਤ ਨੂੰ ਖਿਝਾਉਂਦਾ ਬੋਲਿਆ, ਮੁੰਡਾ ਤਾਂ ਅਸੀਂ ਆਪਣੀ ਇੰਦਰੀ ਭੈਣ ਦੇ ਲਈ ਵੀ ਦੇਖ ਲਿਆ, ਮੁੰਡਾ ਤਾਂ ਬਹੁਤ ਚੰਗਾ, ਬਸ ਇੱਕ ਲੱਤ ਜ਼ਰਾ ਕੁ ਛੋਟੀ ਹੈ ਅਤੇ ਇੱਕ ਬਾਜ਼ਾਰ ਬੰਦ ਹੈ। ਸਾਰੇ ਹੱਸਣ ਲੱਗ ਪਏ। ਇੰਦਰਜੀਤ ਮੁੱਕਾ ਬਣਾ ਕੇ ਸਰੂਪ ਪਿੱਛੇ ਭੱਜੀ ਅਤੇ ਸਰੂਪ ਪਿੱਛੇ ਹਟਦਾ ਬੋਲਿਆ, ਸੌਰੀ ਸੌਰੀ ਸੌਰੀ, ਭਲਾ ਅਸੀਂ ਆਪਣੀ ਪਿਆਰੀ ਜਿਹੀ ਭੈਣ ਦੇ ਲਈ ਇਹੋ ਜਿਹਾ ਮੁੰਡਾ ਲੱਭਾਂਗੇ? ਕੋਈ ਅਸੀਂ ਤਾਂ ਕੋਈ ਪ੍ਰਿੰਸ ਲੱਭ ਕੇ ਲਿਆਵਾਂਗੇ, ਰਾਜਕੁਮਾਰ, ਸਾਰੀ ਦੁਨੀਆ ਦੇਖੂ। ਕੁਝ ਦੇਰ ਹੋਰ ਗੱਲਾਂ ਤੋਂ ਬਾਅਦ ਸਰੂਪ ਅਸਲੀ ਮੁੱਦੇ ਦੇ ਵੱਲ ਵਧਣ ਲਈ ਰਾਹ ਮੋਕਲਾ ਕਰਨ ਲੱਗ ਗਿਆ, ਜਾਣੀ ਕਿ ਸੌਖਾ ਲੱਗਿਆ। ਗੁਲਵੰਤ ਨੂੰ ਧੁਰਾ ਬਣਾ ਕੇ ਕੋਈ ਕਹਾਣੀ ਸੁਣਾਉਣ। ਗੁਲਵੰਤ ਦੀ ਪੜ੍ਹਾਈ, ਉਸਦੀ ਸਿਹਤ, ਜਵਾਨੀ ਅਤੇ ਉਸਦੀ ਨੌਕਰੀ ਦੀਆਂ ਤਾਰੀਫਾਂ ਕਰਨ ਲੱਗਿਆ। ਪੂਰੀ ਭੂਮਿਕਾ ਬੰਨ੍ਹ ਕੇ ਉਹਨੇ ਕਿਹਾ, ਮਾਸੜ ਜੀ, ਅਸੀਂ ਗੁਲਵੰਤ ਦੇ ਲਈ ਕੋਈ ਕੁੜੀ ਇੱਧਰ ਦੇਖਣੀ ਹੈ, ਇਹ ਮੇਰੀ ਡਿਊਟੀ ਹੈ। ਤੁਸੀਂ ਜਾਣਦੇ ਹੀ ਹੋ ਕਿ ਸਾਡੀ ਜੁਆਇੰਟ ਫੈਮਿਲੀ ਹੈ। ਅਸੀਂ ਸੋਚਦੇ ਹਾਂ ਕਿ ਅੰਕਲ ਸੁਰਜਨ ਸਿੰਘ ਦੀ ਤੀਜੇ ਨੰਬਰ ਦੀ ਕੁੜੀ ਨਾ ਵਿਆਹਣ ਵਾਲੀ ਹੈ। ਆਪਣੀ ਗੱਲ ਕਹਿ ਕੇ ਸਰੂਪ ਚੁੱਪ ਕਰ ਗਿਆ, ਤਾਂ ਜੋ ਅਰਜਨ ਸਿੰਘ ਦੇ ਇਸ ਬਾਰੇ ਵਿਚਾਰ ਜਾਣ ਸਕੇ। ਅਰਜਨ ਸਿੰਘ ਨੇ ਪਤਨੀ ਵੱਲ ਦੇਖਿਆ, ਜਿਵੇਂ ਉਸਨੂੰ ਕੁਝ ਕਹਿਣ ਦੇ ਲਈ ਕਹਿ ਰਿਹਾ ਹੋਵੇ। ਉਹ ਕਹਿਣ ਲੱਗੀ, ਸਰੂਪ, ਅਸੀਂ ਦਿਲਬਾਗ ਦਾ ਰਿਸ਼ਤਾ ਕਰਵਾਇਆ ਸੀ, ਉਹ ਬਹੁਤੇ ਖੁਸ਼ ਨਹੀਂ ਹੈ, ਤੂੰ ਵੀ ਜਾਣਦਾ �ਤਾਂ ਤੂੰ ਵੀ ਹੈ ਉਹਨੂੰ,
ਪਰ ਹੁਣ ਦੂਜੇ ਜਵਾਈ ਨੇ ਤਾਂ ਉਹਨੂੰ ਬਿਲਕੁਲ ਹੀ ਟੰਗ ਰੱਖਿਆ ਹੈ। ਉਹਨਾਂ ਦਾ ਦਿਲ ਟੁੱਟ ਪਿਆ। ਮਾਸੀ, ਇਹ ਵੀ ਠੀਕ ਹੈ, ਪਰ ਜੇ ਇੱਕ ਜਾਂ ਦੋ ਜਵਾਈ ਮਾੜੇ ਨਿਕਲ ਜਾਣ ਤਾਂ ਬਾਕੀ ਦੀਆਂ ਕੁੜੀਆਂ ਕੁਆਰੀਆਂ ਥੋੜ੍ਹੋ ਰੱਖ ਲਈਦੀਆਂ ਹੁੰਦੀਆਂ। ਉਹ ਤਾਂ ਗੱਲ ਠੀਕ ਹੈ ਤੇਰੀ, ਪਰ ਉਹਨਾਂ ਨੂੰ ਕਹਿਣ ਦੀ ਹਿੰਮਤ ਨਹੀਂ ਰਹੀ ਹੁਣ ਸਾਡੇ ਵਿੱਚ। ਗੁਰਬੰਸ ਬੋਲੀ, ਪਰ ਵਿਚੋਲਣ ਬਣਨਾ ਉਸਨੂੰ ਚੰਗਾ ਲੱਗਿਆ ਸੀ। ਸਰੂਪ ਨੇ ਕਿਹਾ, ਮਾਸੀ, ਇਹਦੇ ਵਿੱਚ ਹਿੰਮਤ ਦੀ ਕਿਹੜੀ ਗੱਲ ਹੈ? ਉਹ ਤਾਂ ਸਗੋਂ ਖੁਸ਼ ਹੋਣਗੇ ਕਿ ਤੁਸੀਂ ਉਹਨਾਂ ਦਾ ਫਿਕਰ ਕਰਦੇ ਹੋ। ਵਿਚੋਲੇ ਬਣਨਾ ਕੋਈ ਖਾਲਾ ਜੀ ਦਾ ਵਾੜਾ ਤਾਂ ਨਹੀਂ ਹੁੰਦਾ ਨਾ? ਪ੍ਰਕਾਸ਼ ਕੌਰ ਨੇ ਬੀਅਰ ਦੇ ਦੋ ਡੱਬੇ ਲਿਆ ਕੇ ਇੱਕ ਅਰਜਨ ਸਿੰਘ ਦੇ ਮੂਹਰੇ ਰੱਖਤਾ ਅਤੇ ਇੱਕ ਸੁਰਜਨ ਮੂਹਰੇ, ਪਰ ਦੋਵਾਂ ਨੇ ਹੀ ਆਪਣੇ ਡੱਬੇ ਨਾ ਖੋਲ੍ਹੇ। ਉਹ ਗੱਲਾਂ ਕਰਦੇ ਰਹੇ ਅਤੇ ਅਰਜਨ ਸਿੰਘ ਨੂੰ ਬੀਅਰ ਨਾ ਪੀਂਦੇ ਦੇਖ ਸੁਰਜਨ ਉੱਠਿਆ ਅਤੇ ਵਾਈਨ ਦੀ ਬੋਤਲ ਚੁੱਕ ਲਿਆ, ਨਾਲ ਹੀ ਦੋ ਵਾਈਨ ਗਲਾਸ। ਉਹ ਬੋਤਲ ਦੇ ਗਲੇ ਦੇ ਵਿੱਚ ਕੋਰਕ ਜਿਹੜਾ ਸਕਰਿਊ ਫਸਾ ਰਿਹਾ ਸੀ ਕਿ ਅਰਜਨ ਸਿੰਘ ਨੇ ਪੁੱਛਿਆ, ਵਾਈਨ ਪੀਣ ਦੀ ਆਦਤ ਗਈ ਨਹੀਂ ਹਾਲੇ? ਲੰਡਨ ਦੇ ਵਿੱਚ ਰਹਿ ਕੇ ਵਾਈਨ ਨਾ ਪੀਤੀ ਤਾਂ ਕੀ ਪੀਤਾ ਭਾਈ? ਉਸਦੇ ਵਿਅੰਗ ਦੇ ਵਿੱਚ ਕਹਿਣ ਦੇ ਅਰਜਨ ਸਿੰਘ ਮੁਸਕਰਾਇਆ। ਵਾਈਨ ਦਾ ਘੁੱਟ ਭਰਦਿਆਂ ਸੁਰਜਨ ਸਿੰਘ ਨੇ ਕਿਹਾ, ਅੱਜ ਤਾਂ ਬਈ ਅਚਾਨਕ ਹੀ ਛਾਪਾ ਮਾਰਿਆ, ਸੁੱਖ ਤਾਂ ਹੈ। ਜਦ ਤੱਕ ਗੁਰਬੰਸ ਕੌਰ ਅਤੇ ਪ੍ਰਕਾਸ਼ ਕੌਰ ਵੀ ਉਹਨਾਂ ਦੇ ਕੋਲ ਆ ਬੈਠੀਆਂ। ਪਤੀ ਦੀ ਥਾਂ ਗੁਰਬੰਸ ਕੌਰ ਬੋਲੀ, ਅਸੀਂ ਤਾਂ ਇੱਕ ਵਾਰੀ ਫਿਰ ਵਿਚੋਲੇ ਬਣਨਾ ਚਾਹੁੰਦੇ ਹਾਂ। ਨਾ ਭੈਣ ਜੀ ਨਾ, ਅਸੀਂ ਹਾਲੇ ਰੈਡੀ ਨਹੀਂ, ਹਾਲੇ ਅਸੀਂ ਪਹਿਲਿਆਂ ਝਟਕਿਆਂ ਦੇ ਵਿੱਚੋਂ ਨਹੀਂ ਨਿਕਲੇ ਭੈਣ ਜੀ। ਅਸੀਂ ਸਮਝਦੇ ਹਾਂ ਭਰਾ ਜੀ, ਪਰ ਚੰਗੇ ਰਿਸ਼ਤੇ ਸਬੱਬੀ ਮਿਲਦੇ ਆ। ਸੁਰਜਨ ਸਿੰਘ ਨੇ ਆਪਣੀ ਵਾਈਨ ਮੁਕਾਈ। ਵਾਈਨ ਨੇ ਜ਼ਰਾ ਕੁ ਹੁੰਝ ਮਾਰੀ। ਉਹ ਆਖਣ ਲੱਗਿਆ, ਹੁਣ ਅਸੀਂ ਕੁੜੀ ਇੱਦਾਂ ਨਹੀਂ ਵਿਆਹਣੀ, ਹੁਣ ਅਸੀਂ ਫਿਊਡਰਲ ਕੀਮਤਾਂ ਦੇ ਖਿਲਾਫ ਖੜਨਾ ਹੈ, ਕੁੜੀਆਂ ਨੂੰ ਵੀ ਇਹਦੇ ਲਈ ਤਿਆਰ ਕਰਨਾ ਹੈ। ਅਸੀਂ ਹੁਣ ਉਹ ਮੁੰਡਾ ਲੱਭਣਾ ਹੈ ਜਿਹੜਾ ਕੁੜੀ ਦਾ ਮਾਲਕ ਨਾ ਬਣੇ, ਸਗੋਂ ਉਹਦੀ ਜ਼ਿੰਦਗੀ ਦਾ ਹਿੱਸੇਦਾਰ ਬਣੇ। ਹਿੱਸੇਦਾਰ, ਜ਼ਿੰਦਗੀ ਦੇ ਹਰ ਫੈਸਲੇ ਦੇ ਵਿੱਚ ਕੁੜੀ ਦੀ ਬਰਾਬਰ ਦੀ ਮਰਜ਼ੀ ਹੋਵੇ। ਸੁਰਿੰਦਰ ਪਹਿਲੀਆਂ ਵਰਗੀ ਕਮਜ਼ੋਰ ਕੁੜੀ ਨਹੀਂ ਹੈ, ਇਹ ਤਾਂ ਮਾੜੇ ਮੁੰਡੇ ਨੂੰ ਝਟਕ ਕੇ ਰੱਖ ਦਿਓ। ਉਸਦੀ ਗੱਲ ਸੁਣਦਾ ਅਰਜਨ ਸਿੰਘ ਕਹਿਣ ਲੱਗਿਆ, ਗੱਲ ਤੁਹਾਡੀ 100% ਸਹੀ ਹੈ ਜੀ, ਪਰ ਅਸੀਂ ਆਪਣੇ ਸੰਸਕਾਰਾਂ ਦੇ ਗੁਲਾਮ ਬਣੇ ਬੈਠੇ ਹਾਂ। ਸਦੀਆਂ ਤੋਂ ਸਾਡੇ ਨਾ ਅੰਦਰ ਵਸੇ ਇਸ ਗੰਧ ਤੋਂ ਇੰਨੀ ਜਲਦੀ ਪਿੱਛਾ ਕਿੱਦਾਂ ਛੁੱਟੂਗਾ? ਇਹ ਪਿੱਛਾ ਜਲਦੀ ਛੁੱਟ ਜਾਣਾ। ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ ਨਾ, ਇੱਥੇ ਜਲਦੀ ਛੁੱਟ ਜਾਣਾ। ਪਰ ਮੈਂ ਤਾਂ ਆਪਣੀਆਂ ਕੁੜੀਆਂ ਦੇ ਮਾਮਲੇ ਦੇ ਵਿੱਚ ਇਸ ਬਾਰੇ ਸ਼ੋਰ ਹੋਣਾ ਜ਼ਰੂਰੀ ਸਮਝਦਾ ਹਾਂ। ਹੋ ਸਕਦਾ ਹੈ ਮੇਰੀਆਂ ਕੁੜੀਆਂ ਦੁੱਖ ਵੀ ਉਠਾਉਣ, ਪਰ ਜਿਹੜਾ ਨਰਕ ਪਹਿਲੀਆਂ ਦੋ ਭੋਗ ਰਹੀਆਂ ਨਾ, ਉਹਦੇ ਨਾਲੋਂ ਤਾਂ ਜ਼ਿੰਦਗੀ ਚੰਗੀ ਹੀ ਹੋਊ, ਆਪਣੀ ਮਰਜ਼ੀ ਦੀ। ਪ੍ਰਕਾਸ਼ ਕੌਰ ਅਤੇ ਗੁਰਬੰਸ ਕੌਰ ਆਪਣੇ ਪਤੀਆਂ ਦੀਆਂ ਗੱਲਾਂ ਸੁਣ ਰਹੀਆਂ ਸਨ, ਪਰ ਉਹਨਾਂ ਨੂੰ ਗੱਲਾਂ ਸਮਝ ਨਹੀਂ ਸੀ ਪੈ ਰਹੀਆਂ। ਪ੍ਰਕਾਸ਼ ਕੌਰ ਇੰਨਾ ਸਮਝ ਗਈ ਸੀ ਕਿ ਉਸਦੇ ਪਤੀ ਨੇ ਰਿਸ਼ਤੇ ਦੇ ਲਈ ਨਾਂਹ ਕਰ ਦਿੱਤੀ ਹੈ। ਉਹ ਬੋਲੀ, ਸੁਰਿੰਦਰ ਨੂੰ ਵਿਆਹੁਣ ਦੇ ਵਿੱਚ ਅਸੀਂ ਕੋਈ ਕਾਹਲੀ ਨਹੀਂ ਕਰਨੀ ਹੈ, ਅਸੀਂ ਕੋਈ ਪੜ੍ਹਿਆ ਲਿਖਿਆ ਨਾ ਖਾਨਦਾਨੀ ਮੁੰਡਾ ਲੱਭਾਂਗੇ। ਭੈਣੇ,
ਭੈਣ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਕੇ ਪੀਂਦਾ ਹੈ। ਬਿਲਕੁਲ, ਤੁਹਾਨੂੰ ਠੋਕ ਵਜਾ ਕੇ ਰਿਸ਼ਤਾ ਕਰਨਾ ਚਾਹੀਦਾ। ਜਿਹੜਾ ਮੁੰਡਾ ਅਸੀਂ ਦੱਸਣਾ ਚਾਹੁੰਦੇ ਹਾਂ ਉਹ ਸੋਹਣਾ ਸੁਨੱਖਾ ਤਾਂ ਹੈ, ਹੈ ਹੀ, ਨਾਲੇ ਕਪੂਰਥਲੇ ਕਾਲਜ ਦੇ ਵਿੱਚ ਪ੍ਰੋਫੈਸਰ ਵੀ ਲੱਗਿਆ ਹੋਇਆ। ਹਰਬੰਸ ਕੌਰ ਦੇ ਮੂੰਹ ਦੇ ਬੋਲ ਬੋਚ ਦੀ ਪ੍ਰਕਾਸ਼ ਕੌਰ ਚੀ ਚਹਿਕੀ, ਪ੍ਰੋਫੈਸਰ? 2 ਮਹੀਨੇ ਦੇ ਅੰਦਰ ਅੰਦਰ ਪ੍ਰਕਾਸ਼ ਕੌਰ ਇੱਕ ਵਾਰ ਫਿਰ ਇੰਡੀਆ ਨੂੰ ਚੜ੍ਹ ਗਈ। ਉਸਦੇ ਇਵੇਂ ਜਾਣ ਦੇ ਕਾਰਨ ਘਰ ਦੇ ਵਿੱਚ ਹਾਸੜ ਪੈ ਗਈ, ਪਰ ਉਸਨੂੰ ਕਿਸੇ ਦੀ ਪਰਵਾਹ ਨਹੀਂ ਸੀ। ਉਹ ਤਾਂ ਇਸ ਰਿਸ਼ਤੇ ਦੇ ਲਈ ਉਲਾਰ ਹੋਈ ਪਈ ਸੀ, ਉਲਾਰ ਵੀ ਲੋੜ ਤੋਂ ਵੱਧ। ਪ੍ਰੋਫੈਸਰ ਮੁੰਡਾ ਮਿਲਣਾ ਤਾਂ ਇੱਕ ਸੁਪਨੇ ਵਾਂਗ ਸੀ। ਸਰੂਪ ਅਤੇ ਸਤਨਾਮੇ ਵੀ ਉਹਨਾਂ ਨੂੰ ਮਿਲਣ ਆਏ ਸਨ। ਉਹਨਾਂ ਦੀਆਂ ਗੱਲਾਂ ਉਸਦੇ ਅੰਦਰ ਧੂਪ ਆ ਰਹੀਆਂ ਸਨ ਅਤੇ ਸਤਨਾਮੀ ਦੱਸਣ ਲੱਗੀ, ਅਸੀਂ ਕਪੂਰਥਲੇ ਗਏ, ਸੋਚਿਆ ਗੁੱਲੂ ਨੂੰ ਮਿਲ ਚੱਲਦੇ ਹਾਂ, ਇਹ ਉਹਦਾ ਕਰਦੇ ਵੀ ਤਾਂ ਬਹੁਤ ਹੈ ਨਾ ਭਾਈ। ਅਸੀਂ ਕਾਲਜ ਦੇ ਗੇਟ 'ਤੇ ਜਾ ਕੇ ਇੱਕ ਮੁੰਡੇ ਨੂੰ ਪੁੱਛਿਆ ਕਿ ਅਸੀਂ ਗੁੱਲੂ ਨੂੰ ਮਿਲਣਾ, ਗੁੱਲੂ ਦਾ ਕਿਸੇ ਨੂੰ ਪਤਾ ਹੀ ਨਾ ਚੱਲੇ, ਇਹਨਾਂ ਨੂੰ ਉਹਦਾ ਪੂਰਾ ਨਾਂ ਭੁੱਲ ਗਿਆ ਸੀ। ਫਿਰ ਅਸੀਂ ਪੂਰੇ ਡਿਟੇਲ ਦੱਸੀ ਉਹਦੀ, ਤਾਂ ਇੱਕ ਮੁੰਡਾ ਗੁੱਸੇ ਦੇ ਵਿੱਚ ਆਉਂਦਾ ਬੋਲਿਆ, ਉਹ ਚੱਠਾ ਸਾਹਿਬ ਕਹੋ ਤਾਂ ਯਾਰ, ਗੁੱਲੂ ਗੁੱਲੂ ਕਰੀ ਜਾਂਦੇ ਹੋ, ਚੱਠਾ ਸਾਹਿਬ ਕਹੋ, ਸਾਡੇ ਹਿਸਟਰੀ ਦੇ ਪ੍ਰੋਫੈਸਰ ਸਾਹਿਬ ਹੈ ਉਹ। ਅਸੀਂ ਹੈਰਾਨ ਕਿ ਇਹਨਾਂ ਨੂੰ ਹੀ ਮੁੰਡਿਆਂ ਵਰਗਾ ਉਹ ਮੁੰਡਾ ਅਤੇ ਚੱਠਾ ਸਾਹਿਬ ਹੋ ਗਿਆ। ਆਪਣੀ ਗੱਲ ਕਰਦੀ ਸਤਨਾਮੀ ਰੁਕ ਕੇ ਪ੍ਰਕਾਸ਼ ਕੌਰ ਵੱਲ ਦੇਖਦੀ ਅਤੇ ਫਿਰ ਬੋਲਦੀ, ਮੈਂ ਹੱਸਦੀ ਨੇ ਕਿਹਾ ਕਿ ਤੇਰੇ ਪਾਪੇ ਨੂੰ ਕਿਸੇ ਨੇ ਚੱਠਾ ਸਾਹਿਬ ਨਾ ਕਿਹਾ, ਨਾ ਤੇਰੇ ਤਾਏ ਨੂੰ ਅਤੇ ਨਾ ਹੀ ਤੇਰੇ ਭਰਾ ਨੂੰ, ਤੂੰ ਕਿੱਧਰੋਂ ਦਾ ਚੱਠਾ ਸਾਹਿਬ ਹੋ ਗਿਆ। ਮੁੰਡੇ ਦੀ ਹਲੀਮੀ ਦੇਖੋ, ਕਹਿੰਦਾ, ਭਾਬੀ ਜੀ, ਵੱਡਿਆਂ ਦਾ ਬਣਾਇਆ ਹੀ ਬਣਿਆ ਹੈ। ਸਤਨਾਮੀ ਦੀਆਂ ਗੱਲਾਂ ਸੁਣਦਿਆਂ ਹੀ ਪ੍ਰਕਾਸ਼ ਕੌਰ ਨੂੰ ਲੱਗਿਆ ਕਿ ਜਵਾਲਾ ਸ਼ਾਹ ਦੇ ਸੁੱਕਿਆ ਹੋਇਆ ਰੋਟ ਨਾ ਕੰਮ ਆ ਗਿਆ। ਸੁਰਿੰਦਰ ਦੀ ਕਿਸਮਤ ਤਾਂ ਪਲਵਿੰਦਰ ਦੇ ਨਾਲੋਂ ਵੀ ਵਧੀਆ ਹੋਏਗੀ। ਪੜ੍ਹਾਈ ਦੇ ਵਿੱਚ ਇਹ ਮੁੰਡਾ ਤਾਂ ਉਸਦੇ ਪਤੀ ਤੋਂ 2 ਰੱਤੀਆਂ ਉੱਪਰ ਹੀ ਜਾਪਦਾ ਸੀ। ਸੁਰਜਨ ਸਿੰਘ ਉੱਪਰਲੇ ਦਿਲੋਂ ਤਾਂ ਕਾਹਲੀ ਨਾ ਕਰਨ ਵਾਸਤੇ ਕਹਿੰਦਾ ਜਾ ਰਿਹਾ ਸੀ, ਪਰ ਦਿਲੋਂ ਚਾਹੁੰਦਾ ਸੀ ਕਿ ਇਹ ਰਿਸ਼ਤਾ ਜਲਦੀ ਤੋਂ ਜਲਦੀ ਤੈਅ ਹੋ ਜਾਵੇ। ਉਹ ਸਰੂਪ ਨੂੰ ਜਾਣਦਾ ਸੀ ਕਿ ਉਹ ਬਹੁਤ ਮਿਹਨਤੀ ਬੰਦਾ, ਉਸਨੇ ਤਾਂ ਉਹਨਾਂ ਤੋਂ ਵੀ ਕਈ ਸਾਲ ਪਹਿਲਾਂ ਦਾ ਘਰ ਲਿਆ ਹੋਇਆ ਸੀ। ਕੁਦਰਤ ਹੀ ਸੀ ਕਿ ਸਰੂਪ ਆਪਣੇ ਚਚੇਰੇ ਭਰਾ ਦੀ ਸੈਟਲ ਹੋਣ ਦੇ ਵਿੱਚ ਵੀ ਮਦਦ ਕਰੇਗਾ। ਘੱਟੋ ਘੱਟ ਸਰੂਪ ਜ਼ਿੰਮੇਵਾਰ ਬੰਦਾ ਹੈ ਜਿਸਦੇ ਕੋਲ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। ਇੱਕ ਹੋਰ ਗੱਲ ਸੁਰਜਨ ਦੀ ਇਸ ਮੁੰਡੇ ਦੇ ਵਿੱਚ ਦਿਲਚਸਪੀ ਵਧਾ ਰਹੀ ਸੀ, ਕੋਈ ਉਹ ਜਿਹੜਾ ਸੀ ਇਤਿਹਾਸ ਦਾ ਪ੍ਰੋਫੈਸਰ ਸੀ, ਹਿਸਟਰੀ ਦਾ। ਸੁਰਜਨ ਨੇ ਸੁਰਿੰਦਰ ਦੇ ਨਾਲ ਸਾਰੀ ਗੱਲ ਖੋਲ੍ਹ ਕੇ ਕਰ ਲਈ। ਉਸਨੇ ਕਿਹਾ, ਤੂੰ ਆਪਣੀ ਮੰਮੀ ਦੇ ਨਾਲ ਆਪ ਇੰਡੀਆ ਚਲੇ ਜਾ ਅਤੇ ਆਪ ਜਾ ਕੇ ਮੁੰਡਾ ਪਸੰਦ ਕਰ, ਜੇ ਚੰਗਾ ਲੱਗਿਆ ਤਾਂ ਹੀ ਹਾਂ ਆਖੀ। ਨਹੀਂ ਡੈਡੀ, ਨਹੀਂ, ਮੈਂ ਨਹੀਂ ਜਾਣਾ, ਮੰਮੀ ਨੂੰ ਮੇਰੀ ਪਸੰਦ ਦਾ ਪਤਾ ਹੈ। ਕਿਸੇ ਨਾਲ 10 ਮਿੰਟ ਗੱਲ ਕਰਕੇ ਨੇਚਰ ਤਾਂ ਪਤਾ ਨਹੀਂ ਚੱਲ ਜਾਂਦਾ ਨਾ ਧੀਏ, ਬਸ ਮੈਂ ਤਾਂ ਇੰਨਾ ਹੀ ਚਾਹੁੰਦੀ ਹਾਂ ਕਿ ਵੱਡੇ ਭਾਜੀਆਂ ਵਰਗਾ ਨਾ ਹੋਏ, ਬਸ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਪੁੱਤ। ਫਿਰ ਵੀ ਆਪਣੀ ਸੋਸਾਇਟੀ ਦੇ ਵਿੱਚ ਔਰਤ ਨੂੰ ਬਹੁਤ ਕੁਝ ਟੋਲਰੇਟ ਕਰਨਾ ਪੈਂਦਾ। ਆਈ ਡੋਂਟ
ਮਾਈ ਡੈਡ, ਪਰ ਬੱਲੀ ਵਾਂਗੂ ਮੈਂ ਨਹੀਂ ਰਹਿ ਸਕਦੀ ਫਿਰ। ਇਫ ਹੀ ਡਜ਼ ਲਾਈਕ ਭਾਜੀ, ਆਈ ਵਿਲ ਲੀਵ ਹਿਮ। ਸੁਰਜਨ ਸਿੰਘ ਨੂੰ ਧੀ ਦਾ ਆਤਮ ਵਿਸ਼ਵਾਸ ਚੰਗਾ ਲੱਗਿਆ ਸੀ, ਪਰ ਉਹ ਕਹਿਣ ਲੱਗਿਆ, ਇਹ ਵੀ ਤਾਂ ਮਸਲੇ ਦਾ ਹੱਲ ਨਹੀਂ ਨਾ, ਪਹਿਲਾਂ ਐਡਜਸਟ ਕਰਨ ਦੀ ਕੋਸ਼ਿਸ਼ ਕਰਨੀ ਜ਼ਰੂਰ ਚਾਹੀਦੀ ਹੈ। ਬਟ ਆਈ ਵਿਲ ਲੀਵ ਹਿਮ, ਆਈ ਡੋਂਟ ਕੇਅਰ। ਧੀ ਦੀ ਗੱਲ 'ਤੇ ਹੱਸਦਾ ਹੋਇਆ ਉਹ ਬੋਲਿਆ, ਪਹਿਲਾਂ ਵਿਆਹ ਤਾਂ ਕਰਾ ਲੈ, ਫਿਰ ਛੱਡ ਲਈ। ਸੁਰਿੰਦਰ ਨੇ ਗੁਲਵੰਤ ਦੀਆਂ ਤਸਵੀਰਾਂ ਦੇਖ ਲਈਆਂ। ਮੁੰਡਾ ਉਸਨੂੰ ਪਸੰਦ ਸੀ। ਉਸਨੂੰ ਇਹ ਵੀ ਪਤਾ ਸੀ ਕਿ ਉਹਦੇ ਮਾਂ ਪਿਓ ਉਹਨੂੰ ਜਿਹੜਾ ਸੀ ਗਲਤ ਮੁੰਡਾ ਨਹੀਂ ਲੱਭ ਕੇ ਦੇਣ ਲੱਗੇ। ਪ੍ਰਕਾਸ਼ ਕੌਰ ਨੂੰ ਇੰਡੀਆ ਤੁਰਨ ਲੱਗੀ ਨੂੰ ਉਸਨੇ ਇੱਕੋ ਗੱਲ ਕਹੀ ਸੀ, ਮੰਮੀ ਇੰਨਾ ਧਿਆਨ ਰੱਖੀ ਮੁੰਡੇ ਦੇ। ਮੈਂ ਗੱਲ ਕਰ ਨਹੀਂ ਸਕਦਾ, ਇੰਨਾ ਧਿਆਨ ਰੱਖੀ ਉਹਦੀ ਸ਼ੇਪ ਜਿਹੜੀ ਆ ਖਰਾਬ ਨਾ ਹੋਵੇ। ਜਿੱਦਾਂ ਪਹਿਲਾਂ ਇੱਕ ਕਾਲਾ ਲੈ ਜਾਂਦਾ ਸੀ ਨਾ, ਅਤੇ ਕਹਿੰਦੀ ਸੀ ਬੜਾ ਸੋਹਣਾ ਸੁਨੱਖਾ ਮੁੰਡਾ, ਜਿਹੜੀ ਪਹਿਲੀ ਧੀ ਦੀ ਗੱਲ ਆਉਂਦੀ ਹੈ, ਅਤੇ ਉਸੇ ਤਰ੍ਹਾਂ ਮੁੜ ਕੇ ਜਦੋਂ ਲਿਆਂਦਾ ਕਿ ਕਹਿੰਦੇ ਉਹ ਇੰਡੀਆ 'ਚ ਬੰਦਾ ਕਾਲਾ ਹੋ ਜਾਂਦਾ, ਤਾਂ ਕਰਕੇ ਇੱਦਾਂ ਦਾ ਹੈ, ਹੌਲੀ ਹੌਲੀ ਗੋਰਾ ਹੋ ਜੂ। ਅਤੇ ਉਹ ਕਹਿੰਦੀ ਆ, ਮੰਮੀ ਇੰਨਾ ਧਿਆਨ ਰੱਖੀ ਅਤੇ ਉਹਦੀ ਸੂਰਤ ਅਤੇ ਸੀਰਤ ਠੀਕ ਠਾਕ ਹੋਵੇ, ਟਰਾਊਜ਼ਰ ਪਾਈ ਹੋਵੇ, ਹੋਈ ਸਜੇ ਵੀ ਹੋ ਮੇਰੇ ਨਾਲ। ਘਰ ਦੇ ਵਿੱਚ ਕਾਰ ਖਰੀਦਣ ਦੀਆਂ ਰੋਜ਼ ਗੱਲਾਂ ਹੋਣ ਲੱਗ ਗਈਆਂ। ਸੁਰਜਨ ਵੀ ਕਾਰ ਲੈਣ ਦੇ ਲਈ ਹੁਣ ਤਿਆਰ ਸੀ। ਦੋ ਕੁ ਵਾਰ ਉਹ ਦਿਲਬਾਗ ਦੇ ਨਾਲ ਕਾਰ ਜਿਹੜਾ ਸੀ ਆਕਸ਼ਨ 'ਤੇ ਵੀ ਗਿਆ, ਪਰ ਕੋਈ ਪਸੰਦ ਨਹੀਂ ਸੀ ਆਈ। ਗੈਰਜਾਂ ਦੇ ਵਿੱਚ ਕਾਰਾਂ ਬਹੁਤ ਮਹਿੰਗੀਆਂ ਸਨ। ਰੋਇਲ ਡੀਨ ਦੇ ਵਿੱਚ ਕੰਮ ਕਰਦੇ ਪੀਟਰ ਨੇ ਆਪਣੀ ਕਾਰ ਉੱਪਰ ਇੱਕ ਦਿਨ ਫਾਰ ਸੇਲ ਜਿਹੜਾ ਦੀ ਚਿਪਕੀ ਲਗਾ ਦਿੱਤੀ ਸੀ, ਯਾਨੀ ਕਿ ਸਟਿੱਕਰ। ਸਾਰੇ ਜਾਣਦੇ ਸਨ ਕਿ ਪੀਟਰ ਨਵੀਂ ਕਾਰ ਕਢਾਇਆ ਕਰਦਾ ਅਤੇ ਦੋ ਕੁ ਸਾਲ ਬਾਅਦ ਵੇਚ ਦਿੰਦਾ ਹੈ ਅਤੇ ਕੁਝ ਹੋਰ ਪੈਸੇ ਪਾ ਕੇ ਫਿਰ ਨਵੀਂ ਖਰੀਦ ਲੈਂਦਾ। ਕਾਰ ਦੀ ਸੰਭਾਲ ਵੀ ਉਹ ਪੂਰੀ ਕਰਦਾ ਰੱਖਦਾ। ਫੋਰਡ ਦੀ ਐਸਕੋਟ ਕਾਰ ਹੀ ਜ਼ਿਆਦਾਤਰ ਉਹ ਖਰੀਦਿਆ ਕਰਦਾ। ਸੁਰਜਨ ਸਿੰਘ ਨੇ ਪੀਟਰ ਦੇ ਨਾਲ ਗੱਲਾਂ ਕੀਤੀਆਂ ਤਾਂ ਉਹ ਕੀਮਤ ਜ਼ਰਾ ਕਸਵੀਂ ਮੰਗ ਰਿਹਾ ਸੀ। ਸੁਰਜਨ ਸਿੰਘ ਦੇ ਦੋਸਤ ਡੈਰਕ ਨੇ ਵਿੱਚ ਪੈ ਕੇ 200 ਪੌਂਡ ਘੱਟ ਜਿਹੜਾ ਕਰਵਾ ਦਿੱਤੇ ਅਤੇ 1500 ਪੌਂਡ ਦੇ ਵਿੱਚ ਸੌਦਾ ਕਰਵਾ ਦਿੱਤਾ ਗਿਆ। ਸੁਰਜਨ ਕਾਰ ਘਰ ਲੈ ਗਿਆ, ਆਇਆ ਅਤੇ ਸਾਰਾ ਟੱਬਰ ਹੀ ਖੁਸ਼। ਹੁਣ ਉਹਨਾਂ ਨੂੰ ਦਿਲਬਾਗ ਦੇ ਮੁਹਤਾਜ ਨਹੀਂ ਸੀ ਹੋਣਾ ਪੈਣਾ। ਸਾਰਾ ਟੱਬਰ ਹੀ ਪ੍ਰਕਾਸ਼ ਕੌਰ ਨੂੰ ਕਾਰ ਦਾ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਪ੍ਰਕਾਸ਼ ਕੌਰ ਦਾ ਇੰਡੀਆ ਤੋਂ ਵਾਪਸ ਮੁੜਨ ਦਾ ਦਿਨ ਆ ਗਿਆ। ਸਾਰਾ ਟੱਬਰ ਹੀ ਕਾਰ ਲੈ ਕੇ ਉਸਨੂੰ ਲੈਣ ਗਿਆ। ਪ੍ਰਕਾਸ਼ ਕੌਰ ਅੰਤਾਂ ਦੇ ਚਾਹ ਦੇ ਵਿੱਚ ਮੁੜੀ। ਉਹ ਪਤੀ ਨੂੰ ਕਹਿਣ ਲੱਗੀ, ਕਿਉਂ ਮੰਨਦੇ ਹੋ ਬਾਬਾ ਜਵਾਲਾ ਸ਼ਾਹ ਨੂੰ? ਫਿਰ ਅਕਲ ਨੂੰ ਵੀ ਹੱਥ ਮਾਰ ਜ਼ਰਾ। ਅਕਲ ਨੂੰ ਹੱਥ ਤੁਸੀਂ ਮਾਰੋ, ਮੇਰੀਆਂ ਤਾਂ ਉਹਨੇ ਝੋਲੀਆਂ ਖੁਸ਼ੀਆਂ ਦੇ ਨਾਲ ਭਰਤੀਆਂ, ਮੁਰਾਦਾਂ ਪੂਰੀਆਂ ਹੋ ਗਈਆਂ। ਫਿਰ ਉਹ ਗੁਲਵੰਤ ਦੀਆਂ ਗੱਲਾਂ ਕਰਨ ਲੱਗੀ। ਸੁਖਵੀਰ ਅਤੇ ਰਣਜੀਤ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨ ਲੱਗੀਆਂ। ਸੁਰਿੰਦਰ ਸ਼ਰਮਾਈ ਜਾ ਰਹੀ ਸੀ। ਸੁਖਵੀਰ ਨੇ ਪੁੱਛਿਆ, ਮੰਮੀ ਤੂੰ ਦੱਸ ਭਾਜੀ ਲੱਗਦਾ ਕਿੱਦਾਂ ਦਾ? ਸੈਚਡਾ ਨੂੰ ਜਿਹੜਾ ਪ੍ਰੋਗਰਾਮ ਆ ਨਾ, ਯਾਨੀ ਕਿ ਉਹ ਸੈਚਡਾ ਕਹਿੰਦੀ ਸੀ। ਸੈਚਡਾ ਨੂੰ ਜਿਹੜਾ ਪ੍ਰੋਗਰਾਮ ਆ ਨਾ ਆਉਂਦਾ, ਚੌੜੇ ਜਿਹੇ ਨੱਕ ਵਾਲੇ ਭਾਈ ਦਾ, ਉਹਦੇ ਨਾਲ ਜਿਹੜਾ ਸੋਹਣਾ ਜਿਹਾ ਮੁੰਡਾ ਹੁੰਦਾ ਨਾ ਨਾਲ ਬੈਠਾ, ਬਿਲਕੁਲ ਉਹਦੇ ਵਰਗਾ। ਉਸਨੂੰ ਪ੍ਰੋਗਰਾਮ ਦੇ ਨਾਂ ਦਾ ਨਹੀਂ ਸੀ ਪਤਾ, ਪਰ ਗੁਲਵੰਤ ਨੂੰ ਦੇਖਦੇ ਸਾਰ ਹੀ
ਉਸਨੇ ਇਹ ਅੰਦਾਜ਼ਾ ਲਗਾ ਲਿਆ ਸੀ ਉਹ ਸਾਰੇ ਹੀ ਗੁਲਵੰਤ ਦੀਆਂ ਗੱਲਾਂ ਦੇ ਵਿੱਚ ਅਜਿਹੇ ਗੁਆਚੇ ਕਿ ਉਹਨਾਂ ਨੂੰ ਕਾਰ ਦੇ ਸਰਪ੍ਰਾਈਜ਼ ਦਾ ਚੇਤਾ ਹੀ ਨਾ ਰਿਹਾ। ਕਾਰ ਦੇ ਵਿੱਚ ਬੈਠਦਿਆਂ ਪ੍ਰਕਾਸ਼ ਕੌਰ ਸਮਝ ਗਈ ਸੀ ਕਿ ਉਹਦੇ ਮਗਰੋਂ ਕਾਰ ਲੈ ਲਈ ਹੈ, ਪਰ ਗੁਲਵੰਤ ਦੀਆਂ ਗੱਲਾਂ ਮੋਹਰੇ ਉਸਨੂੰ ਇਹ ਗੱਲ ਨਿਗੂਣੀ ਜਾਪ ਰਹੀ ਸੀ। ਕਾਰ ਚਲਾ ਰਹੀ ਸੁਰਿੰਦਰ ਟੈਲੀਵਿਜ਼ਨ ਦੇ ਉਸ ਹੀਰੋ ਦੇ ਵਿੱਚੋਂ ਆਪਣੇ ਸੁਪਨਿਆਂ ਦਾ ਰਾਜਕੁਮਾਰ ਲੱਭ ਰਹੀ ਸੀ। ਘਰ ਆ ਕੇ ਉਸਨੇ ਮਾਂ ਨੂੰ ਇੱਕ ਪਾਸੇ ਕਰਕੇ ਪੁੱਛਿਆ, ਮੰਮੀ ਉਹਦੇ ਬੋਡੀ ਸ਼ੇਪ ਬਹੁਤ ਸੋਹਣੇ ਹੈ, ਜਿੱਦਾਂ ਸਾਡੇ ਪਿੰਡ ਵਾਲੇ ਸਾਧੂ ਤਖਾਨ ਦੇ ਤਰਾਸ਼ੇ ਹੋਏ ਨੇ ਉੱਦਾਂ ਦੇ। ਗੁਲਵੰਤ ਨੂੰ ਪਹਿਲੀ ਨਜ਼ਰੇ ਹੀ ਦੇਖਦਿਆਂ, ਚਲੋ ਮੈਂ ਤੁਹਾਨੂੰ ਦੱਸ ਹੀ ਦਿੰਦਾ ਜੀ, ਉਹਨੇ ਵਾਅਦਾ ਕੀਤਾ ਸੀ ਕਿ ਉਹਦੇ ਜਿਹੜੀ ਉਹਦੀ ਬੈਕ ਆ ਨਾ ਉਹ ਮਤਲਬ ਕਿ ਸ਼ੇਪ ਦੇ ਵਿੱਚ ਹੋਣੀ ਚਾਹੀਦੀ ਹੈ, ਅਤੇ ਚਿੱਤੜਾਂ ਦੀ ਗੱਲ ਹੁੰਦੀ ਹੈ। ਅਤੇ ਉਹ ਫਿਰ ਉਹਦੀ ਕੁੜੀ ਉਹਨੂੰ ਪੁੱਛਦੀ ਹੈ ਜਦੋਂ ਵਾਪਸ ਆਉਂਦੀ ਹੈ ਤਾਂ ਅੱਗੇ ਉਹ ਕਹਿੰਦੀ ਹੈ, ਅਤੇ ਬਹੁਤ ਸੋਹਣੇ ਜਿੱਦਾਂ ਸਾਡੇ ਪਿੰਡ ਵਾਲੇ ਸਾਧੂ ਤਰਖਾਨ ਦੇ ਤਰਾਸ਼ੇ ਹੋਏ ਹੋਣ। ਗੁਲਵੰਤ ਨੂੰ ਪਹਿਲੀ ਨਜ਼ਰੇ ਦੇਖਦਿਆਂ ਹੀ ਪ੍ਰਕਾਸ਼ ਕੌਰ ਨੇ ਧੀ ਦੀ ਫਰਮਾਇਸ਼ ਦਾ ਧਿਆਨ ਰੱਖਿਆ ਸੀ। ਇੰਡੀਆ ਪੁੱਛਦਿਆਂ ਹੀ ਉਹ ਸਰਦੂਲ ਨੂੰ ਲੈ ਕੇ ਉਹ ਕਪੂਰਥਲੇ ਜਾ ਪੁੱਜੀ। ਉਹ ਮੁੰਡੇ ਨੂੰ ਅਚਨਚੇਤ ਹੀ ਦੇਖਣਾ ਚਾਹੁੰਦੀ ਸੀ ਕਿ ਉਸਨੇ ਆਪਣੀ ਦਿੱਖ ਦੇ ਵਿੱਚ ਕੋਈ ਉਚੇਚ ਨਾ ਕੀਤੀ ਹੋਵੇ। ਫਿਰ ਉਸਨੂੰ ਕਾਲ ਵੀ ਇੰਨੀ ਸੀ ਕਿ ਮੁੰਡੇ ਦੇ ਘਰਦਿਆਂ ਨੂੰ ਮਿਲਣ ਦੇ ਵਿੱਚ ਵਕਤ ਖਰਾਬ ਨਹੀਂ ਸੀ ਕਰਨਾ ਚਾਹੁੰਦੀ। ਉਹ ਪੁੱਛਦੇ ਪਛਾਂਦੇ ਕਾਲਜ ਦੇ ਸਟਾਫ ਰੂਮ ਦੇ ਵਿੱਚ ਜਾ ਪੁੱਜੇ। ਸਰਦੂਲ ਨੂੰ ਕਾਲਜ ਆਉਣਾ ਵੈਸੇ ਹੀ ਚੰਗਾ ਲੱਗ ਰਿਹਾ ਸੀ, ਉਸਨੂੰ ਆਪਣੇ ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਹੋ ਆਈ ਸੀ। ਪ੍ਰਕਾਸ਼ ਕੌਰ ਦੇ ਲਈ ਇਹ ਮਾਹੌਲ ਬਿਲਕੁਲ ਓਪਰਾ ਸੀ, ਪਰ ਉਸਦਾ ਸਾਰਾ ਧਿਆਨ ਤਾਂ ਮੁੰਡੇ ਨੂੰ ਦੇਖਣ ਵੱਲ ਪਿਆ ਹੋਇਆ ਸੀ। ਉਸ ਵਕਤ ਗੁਲਵੰਤ ਨੇ ਕਲਾਸ ਦੇ ਲਈ ਜਿਹੜੀ ਸੀ ਗੁਲਵੰਤ ਨੇ ਕਲਾਸ ਜਿਹੜੀ ਸੀ ਲਈ ਹੋਈ ਸੀ। ਗੁਲਵੰਤ ਦੇ ਸਾਥੀਆਂ ਨੇ ਰਿਸ਼ਤੇਦਾਰ ਸਮਝਦੇ ਹੋਏ ਉਹਨਾਂ ਨੂੰ ਬਿਠਾਇਆ ਅਤੇ ਚਾਹ ਪਾਣੀ ਪਿਲਾਇਆ, ਜਦ ਤੱਕ ਗੁਲਵੰਤ ਵੀ ਆ ਗਿਆ। ਉਹ ਆਇਆ ਤਾਂ ਪ੍ਰਕਾਸ਼ ਕੌਰ ਉਹਦੇ ਵੱਲ ਦੇਖਣ ਲੱਗੀ ਬਿਨਾਂ ਅੱਖਾਂ ਝਮਕੇ। ਨਿਰਮਲ ਦੇ ਜਵਾਈ ਤੋਂ ਕਿਤੇ ਵੱਧ ਸੋਹਣਾ ਉਸਦਾ ਰੰਗ ਪੱਕਾ ਸੀ ਅਤੇ ਚਿਹਰਾ ਵਾਲਾਂ ਦੇ ਨਾਲ ਭਰਿਆ ਪਿਆ ਸੀ, ਪਰ ਇੱਕ ਕਲੀਨ ਸ਼ੇਵਡ ਜਿਵੇਂ ਇੰਗਲੈਂਡ ਤੋਂ ਹੀ ਆਇਆ ਹੋਵੇ। ਤੇਜ਼ ਅੱਖਾਂ, ਤਿੱਖਾ ਨੱਕ, ਸੁਰਿੰਦਰ ਵਾਂਗ ਹੀ ਲੰਮਾ ਕੱਦ, ਗੁਲਵੰਤ ਨੂੰ ਸਰੂਪ ਦੀ ਚਿੱਠੀ ਆ ਗਈ ਹੋਈ ਪਈ ਸੀ, ਪਰ ਉਹ ਇਹਨਾਂ ਨੂੰ ਇੱਥੇ ਇਵੇਂ ਕਾਲਜ ਦੇ ਵਿੱਚ ਨਹੀਂ ਸੀ ਉਡੀਕ ਰਿਹਾ। ਪ੍ਰਕਾਸ਼ ਕੌਰ ਨੇ ਸਰਦੂਲ ਦੇ ਕੰਨ ਦੇ ਵਿੱਚ ਕੁਝ ਕਿਹਾ ਅਤੇ ਸਰਦੂਲ ਗੁਲਵੰਤ ਨੂੰ ਬੋਲਿਆ, ਚੱਠਾ ਸਾਹਿਬ ਅਸੀਂ ਕੁਝ ਗੱਲਾਂ ਕਰਨੀਆਂ, ਬਾਹਰ ਸਾਹਮਣੇ ਹੋਟਲ ਦੇ ਵਿੱਚ ਬੈਠੀਏ ਜ਼ਰਾ। ਗੁਲਵੰਤ ਉਹਨਾਂ ਨੂੰ ਲੈ ਕੇ ਕਾਲਜ ਤੋਂ ਬਾਹਰ ਆ ਗਿਆ। ਪ੍ਰਕਾਸ਼ ਕੌਰ ਸਰਦੂਲ ਨੂੰ ਇੱਕ ਪਾਸੇ ਕਰਕੇ ਕਹਿਣ ਲੱਗੀ, ਭਾਅ ਜੀ 100 ਦਾ ਨੋਟ ਦੇ ਕੇ ਮੁੰਡਾ ਹੁਣੇ ਰੋਕ ਲੈ, ਹੁਣੇ ਰੋਕਾ ਲਾ ਲੈ, ਕਮਲੀ ਹੋ ਗਈ ਹੈ, ਜਲੰਧਰ ਐਕਸਚੇਂਜ 'ਚ ਜਾ ਕੇ ਸੁਰਜਨ ਨੂੰ ਫੋਨ ਕਰਦੇ ਹਾਂ, ਫਿਰ ਕਰਾਂਗੇ ਜੋ ਕਰਨਾ ਹੈ, ਨਾਲੇ ਮੁੰਡੇ ਦਾ ਘਰ ਬਾਰ ਵੀ ਦੇਖ ਲਈਏ। ਭਾਅ ਜੀ ਇਹਨਾਂ ਨਾਲ ਵੀ ਸਾਰੀ ਗੱਲ ਹੋ ਚੁੱਕੀ ਹੈ, ਕੁੜੀ ਨੂੰ ਵੀ ਮੈਂ ਪੁੱਛਿਆ ਹੋਇਆ ਹੈ, ਨਾਲੇ ਆਪਾਂ ਕੁੜੀ ਮੁੰਡੇ ਨੂੰ ਵਿਆਹਣੀ ਆ ਨਾ, ਕੀ ਘਰ ਨੂੰ ਘਰ ਬਾਰ ਨੂੰ ਕੀ ਕਰਨਾ, ਮੁੰਡਾ ਕੁੜੀ ਪਸੰਦ ਹੈ, ਠੀਕ ਹੈ। ਉਸਦੀ ਇਹ ਗੱਲ ਸੁਣ ਕੇ ਸਰਦੂਲ ਨੂੰ ਕੁਝ ਹੈਰਾਨੀ ਹੋਈ। ਇਹੋ ਗੱਲ ਅੱਜ ਤੋਂ 27 ਸਾਲ ਪਹਿਲਾਂ ਸੁਰਜਨ ਬਾਰੇ ਉਸਨੇ ਆਪਣੀ ਮਾਂ ਨੂੰ ਕਹੀ ਸੀ, ਜਦ ਪ੍ਰਕਾਸ਼ ਕੌਰ ਦਾ ਰਿਸ਼ਤਾ ਉਸਦੇ ਨਾਲ ਕਰਨ ਜਾ ਰਿਹਾ ਸੀ। ਸਰਦੂਲ ਨੇ ਗੁਲਵੰਤ ਦੇ ਸਿਰ ਉੱਪਰ ਹੱਥ ਫੇਰ ਕੇ 100 ਰੁਪਏ ਪਿਆਰ ਦੇ ਦਿੱਤਾ।
ਬਾਕੀ ਦੀਆਂ ਰਸਮਾਂ ਬਾਅਦ ਦੇ ਵਿੱਚ ਹੁੰਦੀਆਂ ਰਹੀਆਂ। ਇਸ ਰਿਸ਼ਤੇ ਦੇ ਵਿੱਚ ਉਹਨਾਂ ਨੇ ਸਾਥੀ ਬਿਸ਼ੰਬਰ ਸਿੰਘ ਨੂੰ ਵਿਚੋਲੇ ਵਜੋਂ ਵਿਚਕਾਰ ਰੱਖਿਆ, ਕਿਉਂਕਿ ਉਸਦੀ ਪਹਿਲਾਂ ਹੀ ਪਿੰਡ ਘੁਮਾਣਾ ਦੇ ਵਿੱਚ ਆਉਣੀ ਜਾਣੀ ਸੀ। ਸਰੂਪ ਦੇ ਸਹੁਰੇ ਜਾਂ ਗੁਲਵੰਤ ਦੇ ਨਾਨਕੇ ਬਿਸ਼ੰਬਰ ਸਿੰਘ ਦੇ ਗਵਾਂਢ ਪਿੰਡ ਦੇ ਵਿੱਚ ਸਨ। ਸਰੂਪ ਇੰਡੀਆ ਆਵੇ ਤਾਂ ਉਸਨੂੰ ਮਿਲ ਕੇ ਜਾਂਦਾ ਸੀ। ਗੁਲਵੰਤ ਦੇ ਠਾਕੇ ਦੀ ਚਿੱਠੀ ਸਰੂਪ ਨੂੰ ਮਿਲੀ ਤਾਂ ਉਸਨੇ ਦਿਲਬਾਗ ਨੂੰ ਵੀ ਵਿਚੋਲੇ ਦੇ ਤੌਰ ਦੇ ਉੱਤੇ ਨਾਲ ਰਲਾ ਲਿਆ ਅਤੇ ਉਸਨੂੰ ਫੋਨ ਕਰਕੇ ਕਹਿਣ ਲੱਗਿਆ, ਨਗਮਿਆ ਵਿਹਲਾ ਤਾਂ ਆ ਜਾ, ਗਲਾਸ ਪਿਲਾਵਾਂ ਤੈਨੂੰ, ਬੱਚਿਆਂ ਨੂੰ ਨਾਲ ਲੈ ਆਈ। ਉਸਨੂੰ ਪਤਾ ਸੀ ਕਿ ਇੰਨੇ ਨਾਲ ਹੀ ਦਿਲਬਾਗ ਨੇ ਫੁੱਲਿਆ ਨਹੀਂ ਸਮਾਉਣਾ, ਉਹਨੂੰ ਵੀ ਇਸ ਰਿਸ਼ਤੇ ਦੀ ਖਬਰ ਮਿਲ ਚੁੱਕੀ ਸੀ। ਉਹ ਆਇਆ ਅਤੇ ਆਉਂਦੇ ਹੀ ਬੋਤਲ ਖੁੱਲ੍ਹ ਗਈ। ਸਰੂਪ ਕਹਿਣ ਲੱਗਿਆ, ਮੈਂ ਘਰ ਨੂੰ ਚਿੱਠੀ ਲਿਖੀ ਸੀ ਵੀ ਕਾਮਰੇਡ ਹੋਰਾਂ ਨੂੰ ਮੂਹਰੇ ਰੱਖ ਕੇ ਰਿਸ਼ਤਾ ਕਰਿਓ, ਸਿਆਣੇ ਬੰਦੇ ਦਾ ਵਿੱਚ ਹੋਣਾ ਜ਼ਰੂਰੀ ਹੁੰਦਾ। ਮੈਂ ਦੱਸ ਦਿੱਤਾ ਸੀ ਬਈ ਇੱਥੇ ਦਿਲਬਾਗ ਅਤੇ ਮਾਸੜ ਅਰਜਨ ਸਿੰਘ ਵਿਚੋਲੇ ਹੈ। ਨਾ ਬਈ ਨਗਮਿਆ, ਨਾ ਮੈਂ ਨਹੀਂ ਬਣਦਾ ਵਿਚੋਲਾ ਵਿਚੋਲਾ, ਇਹ ਕੁੜੀਆਂ ਤਾਂ ਮੇਰੀਆਂ ਭੈਣਾਂ ਹੈ। ਆਪਣੀਆਂ ਭੈਣਾਂ ਦਾ ਤਾਂ ਮੈਨੂੰ ਬਹੁਤ ਚੇਤਾ ਨਹੀਂ, ਛੋਟੀਆਂ ਨੂੰ ਛੱਡ ਆਇਆ ਸੀ ਮੈਂ। ਲੈ ਫਿਰ ਤਾਂ ਨਗਮਿਆ ਗੱਲ ਹੀ ਸਿੱਧੀ ਹੋ ਗਈ ਯਾਰ, ਪਹਿਲਾਂ ਤੇਰੀ ਆ ਭੈਣ ਮੇਰੇ ਘਰ ਅਤੇ ਹੁਣ ਤੇਰੀ ਦੂਜੀ ਭੈਣ ਵੀ ਸਾਡੇ ਘਰ। ਜਾ ਓਏ ਨਗਮਿਆ ਜਾ, ਤੂੰ ਮੇਰੇ 'ਤੇ ਮੱਲੋ ਮੱਲੀ ਸਾਲਾ ਹੋਣ ਦਾ ਠੱਪਾ ਲਾਈ ਜਾਂਦਾ ਓਏ। ਇਹ ਠੀਕ ਹੈ, ਇਹ ਮੇਰੀ ਭੈਣ ਆ, ਪਰ ਤੈਨੂੰ ਮੈਂ ਭਣੋਈਆ ਨਹੀਂ ਸਮਝਦਾ। ਇਹ ਕਿੱਦਾਂ ਦਾ ਰਿਸ਼ਤਾ ਹੋਇਆ ਬਈ? ਇਹ ਇੱਦਾਂ ਦਾ ਹੀ ਹੁੰਦਾ ਹੈ, ਸਾਡੇ ਰਿਵਾਜ਼ ਹੈ ਭਈ। ਭਣੋਈਆ ਕੁੜੀ ਨੂੰ ਜ਼ਰਾ ਵੀ ਤੰਗ ਕਰੇ ਨਾ ਤਾਂ ਜਾ ਕੇ ਉਹਦੀ ਤੌਣੀ ਲਾ ਦਿਓ, ਦੇਖ ਲਾ ਮਨਜ਼ੂਰ ਹੈ ਤਾਂ। ਨਗਮਿਆ ਤੂੰ ਵੀ ਹੁਣ ਦੇਖ ਲੈ ਯਾਰ, ਅਸੀਂ ਦੋ ਹੋ ਗਏ ਹਾਂ। ਨਗਮਿਆ ਉਹਦਾ ਫਿਕਰ ਨਾ ਕਰ, ਉਹਨੂੰ ਮੈਂ ਭਰਾ ਬਣਾ ਲੈਣਾ। ਸਾਂਢੂ ਵਾਲਾ ਰਿਸ਼ਤਾ ਹੀ ਨਹੀਂ ਰੱਖਣਾ ਆਪਾਂ। ਸਤਨਾਮੀ ਅਤੇ ਗੁਰਿੰਦਰ ਜਿਹੜੀਆਂ ਸੀ ਉਹਨਾਂ ਦੇ ਕੋਲ ਬੈਠੀਆਂ ਗੱਲਾਂ ਸੁਣਦੀਆਂ ਰਹੀਆਂ ਅਤੇ ਮਿੰਨਾ ਮਿੰਨਾ ਜਿਹੜੀਆਂ ਬੁੱਲਾਂ 'ਚ ਮੁਸਕਰਾਉਂਦੀਆਂ ਰਹੀਆਂ। ਸਤਨਾਮੀ ਕਦੇ ਉਹਨਾਂ ਦੀ ਕਿਸੇ ਗੱਲ ਦੇ ਵਿੱਚ ਦਖਲ ਨਹੀਂ ਸੀ ਦਿੰਦੀ, ਪਰ ਗੁਰਿੰਦਰ ਆਪਣੇ ਸੁਭਾਅ ਦੇ ਅਨੁਸਾਰ ਚੁੱਪ ਰਹੀ। ਬੱਚੇ ਖੇਡ ਖੇਡ ਕੇ ਸੌਣ ਲੱਗੇ, ਅੱਧੀ ਰਾਤ ਗੱਲਾਂ ਚੱਲਦੀਆਂ ਰਹੀਆਂ। ਇਹ ਜਿਹੜਾ ਉਹ ਇੱਕ ਦੂਜੇ ਨੂੰ ਨਗਮਾ ਕਹਿ ਕੇ ਬੁਲਾਉਂਦੇ, ਇਹ ਸ਼ਬਦ ਦਿਲਬਾਗ ਨੇ ਅਵਤਾਰ ਤੋਂ ਲਿਆ ਸੀ। ਅਵਤਾਰ ਨੂੰ ਹਰ ਕੋਈ ਸਲਾਹ ਦੇਣ ਲੱਗਦਾ ਕਿ ਉਹ ਵਿਆਹ ਕਰਾ ਲਵੇ, ਸੈਟਲ ਹੋ ਜਾਵੇ, ਟਿਕ ਕੇ ਜ਼ਿੰਦਗੀ ਬਤੀਤ ਕਰੇ। ਅਵਤਾਰ ਉਹਨਾਂ ਦੀਆਂ ਗੱਲਾਂ ਸੁਣਦਾ ਅਤੇ ਮੁਸਕਰਾਉਂਦਾ ਹੋਇਆ ਸ਼ੇਰ ਪੜ੍ਹਨ ਲੱਗਦਾ, ਮੈਂ ਵੋ ਨਗਮਾ ਹੂੰ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ, ਮੈਂ ਵੋ ਨਗਮਾ ਹੂੰ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਅਵਤਾਰ ਦੀ ਰੀਸੇ ਦਿਲਬਾਗ ਵੀ ਆਪਣੇ ਆਪ ਨੂੰ ਅਲੱਗ ਦੱਸਣ ਦੇ ਲਈ ਇਹੋ ਹੀ ਸ਼ੇਰ ਪੜ੍ਹਨ ਲੱਗਦਾ। ਹਾਸੇ ਹਾਸੇ ਦੇ ਵਿੱਚ ਉਹ ਅਤੇ ਸਰੂਪ ਇੱਕ ਦੂਜੇ ਨੂੰ ਨਗਮਾ ਕਹਿਣ ਲੱਗ ਪਏ ਸਨ। ਸਰੂਪ ਦੇ ਘਰੋਂ ਆ ਕੇ ਦਿਲਬਾਗ ਬਹੁਤ ਖੁਸ਼ ਸੀ, ਆਪਣੇ ਵਿਚੋਲਾ ਬਣਨ ਦਾ ਚਾਅ ਉਸ ਤੋਂ ਸਾਂਭਿਆ ਨਹੀਂ ਸੀ ਜਾ ਰਿਹਾ ਅਤੇ ਅਗਲੇ ਦਿਨ ਹੀ ਉਹ ਗ੍ਰੇਵਜੈਡ ਚਲਿਆ ਗਿਆ। ਨਹੀਂ ਤਾਂ ਹੁਣ ਕਾਫ਼ੀ ਦੇਰ ਤੋਂ ਉਸਨੇ ਤਾਏ ਨੂੰ ਫੋਨ ਵੀ ਨਹੀਂ ਸੀ ਕੀਤਾ ਨਾ। ਦੋ ਕੁ ਵਾਰ ਤਾਏ ਗੁੱਸੇ ਦੇ ਵਿੱਚ ਵੀ ਤਾਈ ਜਿਹੜੀ ਸੀ ਗੁੱਸੇ ਦੇ ਵਿੱਚ ਆਈ ਅਤੇ ਦਿਲਬਾਗ ਨੂੰ ਕਹਿ ਗਈ ਸੀ ਕਿ ਉਹ ਲੋਕ ਤਾਂ ਵਿਆਹ ਕੇ ਕੁੜੀਆਂ ਘਰੋਂ ਤੋਰਦੇ ਨੇ ਅਤੇ ਅਸੀਂ ਤਾਂ ਭਾਈ ਮੁੰਡਾ ਹੀ ਤੋਰਿਆ।
ਕਈ ਵਾਰ ਤਾਏ ਦਾ ਗੁੱਸਾ ਸੁਰਜਨ ਸਿੰਘ 'ਤੇ ਵੀ ਡਿੱਗਣ ਲੱਗਦਾ ਅਤੇ ਇਸਦੇ ਲਈ ਜਿਹੜਾ ਸੀ ਦਿਲਬਾਗ ਨੇ ਗ੍ਰੇਵਯਾਰਡ ਜਾਣਾ ਬਹੁਤ ਘਟਾਇਆ ਹੋਇਆ ਸੀ। ਹੁਣ ਤਾਂ ਉਹ ਵਿਚੋਲਾ ਬਣ ਕੇ ਜਿਹੜਾ ਮਾਰਕਾ ਉਸਨੇ ਮਾਰਿਆ ਸੀ ਨਾ, ਉਸ ਬਾਰੇ ਦੱਸਣ ਹੀ ਜਾ ਰਿਹਾ ਸੀ ਅਤੇ ਗ੍ਰੇਵਯਾਰਡ ਜਾ ਕੇ ਉਸਨੇ ਖੂਬ ਪਾਂਡੀਆਂ ਮਾਰੀਆਂ, ਫਿਰ ਜਾਣ ਕੇ ਗੱਪਾਂ ਮਾਰੀਆਂ। ਉਸਦੇ ਤਾਏ ਦਾ ਮੁੰਡਾ ਜਿਹੜਾ ਸੀ ਅਮਰੀਕ ਕਹਿਣ ਲੱਗਿਆ, ਬਾਗਿਆ ਇਹ ਸਾਰੀਆਂ ਗੱਪਾਂ ਤੂੰ ਲਿਖ ਲੈਂਦਾ ਯਾਰ, ਹੋਣਾ ਹੈ ਕਿ ਚੇਤੇ ਰਹਿ ਜਾਂਦੀਆਂ ਨੇ। ਜਾਵੇ ਜਾ, ਮੈਨੂੰ ਤਾਂ ਅਕਲ ਦੀ ਗੱਲ ਦੱਸਣ ਦਾ ਉਹ ਹਿਸਾਬ ਬੋਇਆ ਬਾਈ ਗਧੇ ਨੂੰ ਲੂਣ ਦਿਓ ਤਾਂ ਕਹਿੰਦਾ ਹੈ ਕੰਨ ਪਾੜਦੇ ਹੈ। ਰਿਸ਼ਤੇ ਬਾਰੇ ਸਾਰੀ ਗੱਲਬਾਤ ਸਰੂਪ ਦੇ ਸੁਰਜਣ ਦੇ ਨਾਲ ਸਿੱਧੀ ਹੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਵੱਲ ਉਸਦਾ ਗੇੜਾ ਵੀ ਕੁਝ ਵੱਧ ਗਿਆ ਸੀ ਨਾ, ਅਤੇ ਉਸਨੇ ਸੁਰਜਣ ਨੂੰ ਕਿਹਾ, ਮਾਸੜ ਜੀ ਪੇਪਰ ਵਰਕ ਤੁਸੀਂ ਆਪੇ ਹੀ ਕਰ ਲਿਓ ਸਾਰਾ, ਕੋਈ ਗੱਲ ਨਹੀਂ, ਪਰ ਸਖਤੀ ਬਹੁਤ ਹੋਈ ਜਾਂਦੀ ਹੈ, ਨਾ ਕਰਨ ਦਾ ਬਹਾਨਾ ਲੱਭਣੇ ਫਿਰਦੇ ਹੈ। ਇਹ ਤਾਂ ਹੈ, ਪਰ ਆਪਾਂ ਕਿਹੜੀ ਕੋਈ ਗਲਤ ਗੱਲ ਕਰਨੀ ਹੈ। ਪਿਛਲੇ ਕੁਝ ਸਾਲਾਂ ਤੋਂ ਵਿਆਹ ਦੇ ਲਈ ਆ ਰਹੇ ਮੁੰਡਿਆਂ ਉੱਪਰ ਕਾਫ਼ੀ ਸਾਰੀਆਂ ਪਾਬੰਦੀਆਂ ਆਇਤ ਹੋ ਰਹੀਆਂ ਸਨ। ਨਕਲੀ ਵਿਆਹ ਕਰਾ ਕੇ ਇੰਗਲੈਂਡ ਦੇ ਵਿੱਚ ਪੱਕੇ ਹੋਣ ਦੀ ਰੁਚੀ ਜਿਹੜੀ ਸੀ ਵੱਧ ਰਹੀ ਸੀ। ਨਕਲੀ ਵਿਆਹਾਂ ਦੀ ਬਹੁਤਾਤ ਕਾਰਨ ਇੱਕ ਸਮਾਂ ਤਾਂ ਅਜਿਹਾ ਵੀ ਆਇਆ ਸੀ ਕਿ ਇਹ ਕਾਨੂੰਨ ਹੀ ਬੰਦ ਹੋ ਗਿਆ ਸੀ ਕਿ ਭਾਰਤ ਜਾਂ ਹੋਰ ਤੀਜੀ ਦੁਨੀਆ ਦੇ ਮੁੰਡੇ ਵਿਆਹ ਕਰਾਉਣ ਦੇ ਲਈ ਇੰਗਲੈਂਡ ਨਹੀਂ ਆ ਸਕਣਗੇ। ਹਾਂ, ਕੁੜੀਆਂ 'ਤੇ ਕੋਈ ਪਾਬੰਦੀ ਨਹੀਂ ਸੀ ਲੱਗੀ। ਇਸ ਤਰ੍ਹਾਂ ਬਰਾਬਰਤਾ ਨੂੰ ਜਿਹੜਾ ਖਤਰਾ ਪੈਦਾ ਹੋਣ ਲੱਗਿਆ ਸੀ। ਮੁੰਡੇ ਸੌਖੇ ਵਿਆਹੇ ਜਾਂ ਹੋਣ ਲੱਗੇ ਕਿਉਂਕਿ ਉਹ ਕੁੜੀ ਇੰਡੀਆ ਤੋਂ ਲੈ ਆਉਂਦੇ ਅਤੇ ਕੁੜੀਆਂ ਦੇ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ। ਫਿਰ ਬਰਤਾਨੀਆ ਭਰ ਦੀਆਂ ਜਥੇਬੰਦੀਆਂ ਨੇ ਇਸ ਇੱਕ ਤਰਫਾ ਕਾਨੂੰਨ ਦੇ ਖਿਲਾਫ ਮੁਜ਼ਾਹਰੇ ਕੀਤੇ ਸੀ, ਜਲੂਸ ਕੱਢੇ ਸੀ। ਦੁਬਾਰਾ ਵਿਆਹ ਦੇ ਲਈ ਮੁੰਡੇ ਆਉਣ ਦਾ ਕਾਨੂੰਨ ਤਾਂ ਬਣ ਗਿਆ, ਪਰ ਪੱਕੇ ਹੋਣ ਦੀ ਸਹੂਲਤ ਵਾਲੇ ਵਿਆਹਾਂ ਨੂੰ ਖਤਮ ਕਰਨ ਦੇ ਲਈ ਸਰਕਾਰ ਨੇ ਨਵੀਂ ਸ਼ਰਤ ਲਾਤੀ ਕਿ ਜਿਹੜਾ ਵਿਆਹ ਇੱਕ ਸਾਲ ਚੱਲੇਗਾ ਨਾ, ਉਹੀ ਸਹੀ ਸਮਝਿਆ ਜਾਏਗਾ ਅਤੇ ਵਿਆਹ ਨੂੰ ਆਇਆ ਮੁੰਡਾ ਪੱਕਾ ਹੋ ਸਕੇਗਾ। ਜੇ ਵਿਆਹ ਸਾਲ ਦੇ ਅੰਦਰ ਅੰਦਰ ਟੁੱਟ ਗਿਆ ਤਾਂ ਮੁੰਡੇ ਨੂੰ ਵਾਪਸ ਮੋੜ ਦਿੱਤਾ ਜਾਊ। ਇਸ ਦੇ ਨਾਲ ਵੀ ਕਈ ਕਿਸਮ ਦੇ ਅਪਵਾਦ ਪੈਦਾ ਹੋਣ ਦਾ ਡਰ ਸੀ, ਪਰ ਹੋਰ ਕੋਈ ਚਾਰਾ ਵੀ ਨਹੀਂ ਸੀ ਬਚਿਆ। ਹੁਣ ਵੀ ਗੁਰਜੰਟ ਨੇ ਆਉਣਾ ਹੋਵੇ ਤਾਂ ਗੁਲਵੰਤ ਨੇ ਦਿੱਲੀ ਦਾ ਹਾਈ ਕਮਿਸ਼ਨਰ ਬਹੁਤ ਘੋਖ ਕਰਦਾ ਅਤੇ ਜ਼ਰਾ ਜਿੰਨੀ ਸ਼ੱਕ ਪੈਣ ਦੇ ਉੱਤੇ ਵੀ ਵੀਜ਼ੇ ਤੋਂ ਇਨਕਾਰੀ ਹੋ ਜਾਂਦਾ ਜਾਂ ਕੋਈ ਨੁਕਸ ਕੱਢ ਕੇ ਵੀਜ਼ਾ ਲਮਕਾ ਦਿੱਤਾ ਜਾਂਦਾ। ਇਹੋ ਡਰ ਸੁਰਜਣ ਨੂੰ ਖਾ ਰਿਹਾ ਸੀ। ਉਸਨੇ ਆਪਣੀ ਧੀ ਨੂੰ ਕਿਹਾ, ਸੁਰਿੰਦਰ ਤੂੰ ਗੁਲਵੰਤ ਨੂੰ ਚਿੱਠੀ ਲਿਖਿਆ ਕਰ, ਇੰਟਰਵਿਊ ਵੇਲੇ ਉਹਦੇ ਕੰਮ ਆਊ। ਗੁਰਜੰਟ ਨੂੰ ਇਸੇ ਸਵਾਲ ਤੋਂ ਉਲਝਾ ਲਿਆ ਸੀ ਕਿ ਜਦ ਤੁਹਾਡੀ ਆਪਸ ਦੇ ਵਿੱਚ ਵਾਕਫੀ ਨਹੀਂ ਹੈ, ਕੋਈ ਖਤੋ ਖਿਤਾਬਤ ਨਹੀਂ ਹੈ, ਤਾਂ ਤੁਸੀਂ ਵਿਆਹ ਕਿਵੇਂ ਕਰਵਾਓਗੇ ਭਾਈ? ਡੈਡ, ਲੈਟਰ ਮੈਨੂੰ ਲਿਖਣੀ ਨਹੀਂ ਆਉਂਦੀ, ਕੀ ਲਿਖੂੰਗੀ ਮੈਂ? ਸੁਰਿੰਦਰ ਨੇ ਸ਼ਰਮਾਉਂਦਿਆਂ ਕਿਹਾ। ਸੁਰਜਣ ਸਮਝਾਉਂਦਾ ਹੋਇਆ ਦੱਸਣ ਲੱਗਿਆ, ਆਪਣੇ ਬਾਰੇ, ਆਪਣੇ ਕੰਮ ਦੇ ਬਾਰੇ ਲਿਖਦੇ ਜਾਂ ਇਹ ਲਿਖਦੇ ਕਿ ਅੱਜ ਕੱਲ੍ਹ ਇੱਥੇ ਮੌਸਮ ਕਿਹੋ ਜਿਹਾ ਹੈ, ਲਿਖਦੇ ਕਿ ਪੂਰਾ ਇੰਗਲੈਂਡ ਹੀ ਮੌਸਮ ਦੇ ਹਿਸਾਬ ਦੇ ਨਾਲ ਚੱਲਦਾ ਹੈ, ਜਾਂ ਫਿਰ ਪੁੱਛ ਲੈ ਅੱਜ ਕੱਲ੍ਹ ਇੰਡੀਆ ਦੇ ਮੌਸਮ ਬਾਰੇ ਪੁੱਛ, ਉਹਨੂੰ ਉਹਦੀਆਂ ਹੌਬੀਆਂ ਪੁੱਛ ਲੈ, ਉਹਦੇ ਕੰਮ ਬਾਰੇ ਜਾਂ ਪਰਿਵਾਰ ਬਾਰੇ ਪੁੱਛ ਲੈ, ਜੋ ਵੀ ਚੰਗਾ ਲੱਗੇ ਲਿਖ ਲੈ, ਯੂ ਸ਼ੁੱਡ ਨੋ ਬੈਟਰ। ਸੁਰਿੰਦਰ ਹੋਰ ਵੀ ਸ਼ਰਮਾ ਗਈ ਅਤੇ ਐਸਤਾ ਜਿਹੇ ਬੋਲੀ, ਨੋ ਡੈਡ ਨੋ, ਉਹ ਮੈਨੂੰ ਪਹਿਲਾਂ ਲਿਖੇ,
ਮੈਂ ਆਂਸਰ ਦੇ ਦਊਂ ਉਹਨੂੰ, ਉਹ ਮੈਨੂੰ ਪਹਿਲਾਂ ਲਿਖੇ, ਮੈਂ ਆਂਸਰ ਦੇ ਦਊਂ ਉਹਨੂੰ। ਜੁਲਾਈ ਦਾ ਮਹੀਨਾ, ਹਰ ਵੇਲੇ ਬੱਦਲ ਅਸਮਾਨ ਦੇ ਵਿੱਚ ਤੈਰਦੇ ਫਿਰਦੇ ਸਨ, ਭਾਵੇਂ ਇਹ ਮੀਂਹ ਵਾਲੇ ਬੱਦਲ ਨਹੀਂ, ਪਰ ਲੋਕ ਫਿਰ ਵੀ ਧੁੱਪ ਰਹਿਤ ਮੌਸਮ ਤੋਂ ਖਿਜੇ ਪਏ ਸੀ। ਵਪਾਰ ਤੰਗ ਸਨ ਕਿ ਟੂਰਿਸਟ ਨਹੀਂ ਸਨ ਆ ਰਹੇ, ਬਰਤਾਨਵੀ ਲੋਕ ਛੁੱਟੀਆਂ ਕੱਟਣ ਧੁੱਪ ਵਾਲੇ ਇਲਾਕਿਆਂ ਨੂੰ ਭੱਜ ਰਹੇ ਸਨ। ਪਿਛਲੇ ਸਾਲ ਧੁੱਪ ਇੰਨੀ ਪਈ ਸੀ ਕਿ ਪਾਰਕਾਂ ਦੇ ਘਾਹ ਤੱਕ ਸੜ ਗਏ, ਪਰ ਐਤਕੀ ਅਜਿਹਾ ਕੁਝ ਨਹੀਂ। ਅਜਿਹੀ ਇੱਕ ਸਵੇਰ ਨੂੰ ਗੁਲਵੰਤ ਹੀਥਰੋ ਦੇ ਟਰਮੀਨਲ 3 'ਤੇ ਆ ਕੇ ਉਤਰਿਆ, ਆਪਣਾ ਸਮਾਨ ਚੁੱਕਿਆ ਅਤੇ ਇਮੀਗ੍ਰੇਸ਼ਨ ਕਰਵਾਉਣ ਵਾਲਿਆਂ ਦੀ ਕਤਾਰ ਦੇ ਵਿੱਚ ਖੜ੍ਹ ਆਪਣੀ ਵਾਰੀ ਦੀ ਉਡੀਕ ਕਰਨ ਲੱਗਿਆ। ਇਮੀਗ੍ਰੇਸ਼ਨ ਅਫਸਰ ਨੇ ਉਸਦਾ ਪਾਸਪੋਰਟ ਦੇਖਿਆ ਅਤੇ ਉਸਨੂੰ ਇੱਕ ਪਾਸੇ ਬੈਠਾ ਲਿਆ। ਜਿੱਥੇ ਉਹ ਬੈਠਾ ਸੀ ਉਸ ਵਰਗੇ ਹੋਰ ਵੀ ਕਈ ਮੁੰਡੇ ਬੈਠੇ ਸਨ। ਇੱਥੋਂ ਆ ਕੇ ਉਹਨਾਂ ਦੀਆਂ ਮੰਗੇਤਰ ਕੁੜੀਆਂ ਨੇ ਉਹਨਾਂ ਨੂੰ ਲੈ ਕੇ ਜਾਣਾ ਸੀ। ਕੁੜੀਆਂ ਵਾਰੀ ਵਾਰੀ ਆਉਣ ਲੱਗੀਆਂ। ਇਮੀਗ੍ਰੇਸ਼ਨ ਅਫਸਰ ਪੇਪਰ ਦੇ ਕੇ ਆਵਾਜ਼ ਦਿੰਦਾ, ਉਹਨਾਂ ਦੇ ਵਿੱਚੋਂ ਕੋਈ ਮੁੰਡਾ ਉੱਠ ਕੇ ਤੁਰ ਪੈਂਦਾ। ਕੁਝ ਦੇਰ ਬਾਅਦ ਇੱਕ ਸਰਦਾਰ ਦੇ ਨਾਲ ਲੰਮੀ ਜਿਹੀ ਕੁੜੀ ਨੂੰ ਆਉਂਦੀ ਦੇਖ ਗੁਲਵੰਤ ਖੜ੍ਹ ਗਿਆ। ਉਸਨੇ ਸੁਰਿੰਦਰ ਨੂੰ ਪਛਾਣ ਲਿਆ ਸੀ। ਉਸਦੀਆਂ ਇੰਨੀਆਂ ਫੋਟੋ ਦੇਖੀਆਂ ਸਨ ਕਿ ਇਹ ਚਿਹਰਾ ਉਸਦੇ ਮਨ ਉੱਪਰ ਖੁਣਿਆ ਜਾ ਚੁੱਕਿਆ ਸੀ। ਲੱਖਾਂ ਦੀ ਭੀੜ ਦੇ ਵਿੱਚੋਂ ਵੀ ਪਛਾਣ ਸਕਦਾ ਸੀ। ਸੁਰਿੰਦਰ ਉਸਨੂੰ ਬਿਲਕੁਲ ਉਹੋ ਜਿਹੀ ਲੱਗੀ ਜਿਹੋ ਜਿਹੀ ਉਸਨੇ ਸੁਪਨਿਆਂ ਦੇ ਵਿੱਚ ਚਿੱਤ ਵੀ ਸੀ, ਪਰ ਉਸਦੇ ਤੁਰਨ ਦਾ ਅੰਦਾਜ਼, ਉਸਦਾ ਆਪਣੇ ਵੱਲ ਦੇਖਣ ਦਾ ਤਰੀਕਾ ਉਸਨੂੰ ਜ਼ਰਾ ਕੁ ਚੁੱਭਿਆ ਸੀ। ਉਸਨੇ ਇੱਕ ਪਲ ਦੇ ਲਈ ਸੋਚਿਆ ਕਿ ਇਸ ਕੁੜੀ ਦੇ ਵਿੱਚ ਤਾਂ ਲੋੜ ਤੋਂ ਜ਼ਿਆਦਾ ਆਤਮ ਵਿਸ਼ਵਾਸ ਹੈ, ਪਰ ਫਿਰ ਅਗਲੇ ਪਲ ਉਸਨੇ ਸੋਚਿਆ ਕਿ ਇਹੋ ਹੀ ਤਾਂ ਉਹ ਚਾਹੁੰਦਾ ਸੀ। ਸੁਰਿੰਦਰ ਵੀ ਹਲਕਾ ਜਿਹਾ ਮੁਸਕਰਾਉਂਦੀ ਉਸ ਵੱਲ ਦੇਖੀ ਜਾ ਰਹੀ ਸੀ ਅਤੇ ਉਸਨੂੰ ਗੁਲਵੰਤ ਪਹਿਲੀ ਨਜ਼ਰ ਹੀ ਪਸੰਦ ਆ ਗਿਆ। ਸੁਰਜਨ ਨੂੰ ਗੁਲਵੰਤ ਦੇਖ ਕੇ ਤਸੱਲੀ ਹੋ ਗਈ। ਗੁਲਵੰਤ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਉਹ ਸਾਰੇ ਇਮੀਗ੍ਰੇਸ਼ਨ ਅਫਸਰ ਦੇ ਮਗਰ ਹੋ ਤੁਰੇ। ਡੈਸਕ ਉੱਪਰ ਪੁੱਜ ਕੇ ਸੁਰਿੰਦਰ ਨੇ ਕੁਝ ਕਾਗਜ਼ਾਂ ਉੱਪਰ ਸਹੀ, ਜਾਣੀ ਕਿ ਹਸਤਾਖਰ ਪਾਏ। ਫਿਰ ਗੁਲਵੰਤ ਦੀ ਹਲਕੀ ਜਿਹੀ ਡਾਕਟਰੀ ਹੋਈ। ਤੀਜੀ ਦੁਨੀਆ ਤੋਂ ਆਉਂਦੇ ਲੋਕਾਂ ਤੋਂ ਡਰ ਰਹਿੰਦਾ ਸੀ ਕਿ ਆਪਣੇ ਨਾਲ ਕੋਈ ਬਿਮਾਰੀ ਨਾ ਲੈਂਦੇ ਆਉਣ। ਡਾਕਟਰੀ ਤੋਂ ਬਾਅਦ ਗੋਰੇ ਅਫਸਰਾਂ ਨੇ ਗੁਲਵੰਤ ਵੱਲ ਇਸ਼ਾਰਾ ਕਰਦਿਆਂ ਸੁਰਿੰਦਰ ਨੂੰ ਕਿਹਾ, ਨਾਓ ਆਲ ਯੂਅਰਸ। ਸੁਰਿੰਦਰ ਮੁਸਕਰਾਈ ਅਤੇ ਉਹ ਸਾਰੇ ਬਾਹਰ ਨੂੰ ਤੁਰ ਪਏ। ਸੁਰਿੰਦਰ ਮੋਹਰੇ ਮੋਹਰੇ ਤੁਰ ਰਹੀ ਸੀ ਅਤੇ ਗੁਲਵੰਤ ਪਿੱਛੇ ਪਿੱਛੇ। ਇੱਕ ਵਾਰ ਤਾਂ ਗੁਲਵੰਤ ਦਾ ਦਿਲ ਕੀਤਾ ਕਿ ਭੱਜ ਕੇ ਸੁਰਿੰਦਰ ਤੋਂ ਮੋਹਰੇ ਹੋ ਜਾਵੇ, ਅਤੇ ਉਵੇਂ ਹੀ ਤੁਰੇ ਜਿਵੇਂ ਉਸਦਾ ਪਿਓ ਉਸਦੀ ਮਾਂ ਦੇ ਅੱਗੇ ਅੱਗੇ ਤੁਰਿਆ ਕਰਦਾ ਹੈ। ਪਰ ਇਹ ਮੁਲਕ ਓਪਰਾ ਸੀ। ਸੁਰਿੰਦਰ ਇੱਥੋਂ ਦੇ ਮਾਹੌਲ ਨੂੰ ਜਾਣਦੀ ਸਮਝਦੀ ਸੀ, ਇਸ ਦੇ ਲਈ ਉਹ ਚੁੱਪ ਕਰਕੇ ਤੁਰਦਾ ਗਿਆ। ਉਹ ਬਾਹਰ ਨਿਕਲੇ ਤਾਂ ਰਿਸੈਪਸ਼ਨ ਏਰੀਏ ਦੇ ਵਿੱਚ ਉਸਨੂੰ ਲੈਣ ਆਉਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਸਰੂਪ, ਸਤਨਾਮੀ, ਬੱਚੇ ਦਿਲਬਾਗ, ਗੁਰਿੰਦਰ ਅਤੇ ਬੱਚੇ, ਪ੍ਰਕਾਸ਼ ਕੌਰ ਅਤੇ ਛੋਟੀਆਂ ਦੋਨੋਂ ਕੁੜੀਆਂ ਵੀ, ਅਵਤਾਰ ਵੀ ਆਇਆ ਹੋਇਆ ਸੀ। ਬਾਕੀ ਸਭ ਦੀਆਂ ਫੋਟੋ ਤਾਂ ਗੁਲਵੰਤ ਨੇ ਦੇਖੀਆਂ ਹੋਈਆਂ ਸਨ, ਪਰ ਅਵਤਾਰ ਨੂੰ ਉਹ ਨਹੀਂ ਸੀ ਪਛਾਣ ਰਿਹਾ। ਅਵਤਾਰ ਨੂੰ ਤਾਂ ਦਿਲਬਾਗ ਮੱਲੋ ਮੱਲੀ ਲੈ ਆਇਆ ਸੀ। ਸਰੂਪ ਆਪਣੇ ਇੱਕ ਦੋਸਤ ਤਰਲੋਕ ਨੂੰ ਇਸ ਕਰਕੇ ਲੈ ਆਇਆ ਸੀ, ਜੇ ਕਾਰਾਂ ਦੇ ਹਿਸਾਬ ਦੇ ਨਾਲ ਬੰਦੇ ਵੱਧ ਗਏ ਤਾਂ ਇੱਕ ਹੋਰ ਕਾਰ ਦੀ ਲੋੜ ਪੈ ਸਕਦੀ ਹੈ। ਸਾਰੇ ਹੀ ਗੁਲਵੰਤ ਨੂੰ ਪੂਰੇ ਮੋਹ ਦੇ ਨਾਲ ਮਿਲੇ। ਗੁਲਵੰਤ ਵੀ ਇਕੱਲੇ ਇਕੱਲੇ ਦੇ ਨਾਲ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਭਰਮਾ ਹੱਥ ਮਿਲਾ ਰਿਹਾ ਸੀ। ਸੁਰਜਨ ਸਿੰਘ ਨੂੰ ਲੱਗਿਆ ਕਿ ਇਸ ਮੁੰਡੇ ਦੀਆਂ ਅੱਖਾਂ ਦੇ ਵਿੱਚ ਅਜਿਹਾ ਕੁਝ ਹੈ ਜਿਹੜਾ ਉਸਨੇ ਪਹਿਲਾਂ ਕਿਤੇ ਘੱਟ ਦੇਖਿਆ ਹੈ। ਉਸਨੂੰ ਇਹ ਗੱਲ ਚੰਗੀ ਲੱਗੀ। ਗੁਲਵੰਤ ਨੇ ਆਲੇ ਦੁਆਲੇ ਇੱਕ ਨਜ਼ਰ ਦੁੜਾ ਕੇ
ਜਾਇਜ਼ਾ ਲਿਆ ਅਤੇ ਫਿਰ ਸਭ ਨਾਲ ਘੁਲ ਮਿਲ ਕੇ ਗੱਲਾਂ ਕਰਨ ਲੱਗਿਆ, ਜਿਵੇਂ ਉਹਨਾਂ ਦੇ ਵਿੱਚੋਂ ਹੀ ਇੱਕ ਹੋਵੇ ਉਹ। ਉਸਦੇ ਆਉਣ ਦੀ ਖੁਸ਼ੀ ਦੇ ਵਿੱਚ ਸਰੂਪ ਨੇ ਆਪਣੇ ਘਰ ਅੱਜ ਇੱਕ ਪਾਰਟੀ ਵੀ ਰੱਖੀ ਹੋਈ ਸੀ। ਹੁਣ ਇਹਨਾਂ ਸਭ ਉੱਥੇ ਜਾਣਾ ਸੀ। ਗੁਲਵੰਤ ਨੂੰ ਸਭ ਉਪਰਾ ਉਪਰਾ ਅਤੇ ਚੰਗਾ ਚੰਗਾ ਲੱਗ ਰਿਹਾ ਸੀ। ਏਅਰਪੋਰਟਰ ਫਿਰ ਰੋਸ਼ਨੀਆਂ ਭਰੀ ਲੰਮੀ ਸੁਰੰਗ, ਉਸਦੇ ਵਿੱਚ ਸਰਪਟ ਦੌੜਦੀਆਂ ਕਾਰਾਂ, ਗੱਦੇਦਾਰ ਵਿਛੀਆਂ ਸੜਕਾਂ, ਚੌੜਾ ਸਾਰਾ ਮੋਟਰਵੇ, ਮੁੱਖ ਸੜਕਾਂ ਛੱਡੋ ਸਥਾਨਕ ਸੜਕਾਂ 'ਤੇ ਆ ਗਏ। ਇੱਕੋ ਕਿਸਮ ਦੇ ਕਾਰ ਉਸਨੇ ਤਸਵੀਰਾਂ ਦੇ ਵਿੱਚ ਦੇਖੇ ਸਨ। ਸਰੂਪ ਦੀ ਕਾਰ ਘਰ ਮੋਹਰੇ ਆ ਖੜੀ ਹੋਈ। ਸਰੂਪ ਨੇ ਉਸਦਾ ਅਟੈਚੀ ਅਤੇ ਬੈਗ ਚੁੱਕ ਕੇ ਇੱਕ ਕਮਰੇ ਦੇ ਵਿੱਚ ਰੱਖਦਿਆਂ ਕਿਹਾ, ਲੈ ਬਈ ਆਹ ਕਮਰਾ ਹੁਣ ਤੇਰਾ। ਸਰੂਪ ਨੇ ਕਮਰੇ ਦੇ ਵਿੱਚ ਇੱਕ ਨਜ਼ਰ ਦੌੜਾਈ। ਕਿਸੇ ਹੋਟਲ ਦੇ ਕਮਰੇ ਵਰਗਾ ਕਮਰਾ। ਵਿਦਿਆਰਥੀਆਂ ਨੂੰ ਟੂਰ 'ਤੇ ਲੈ ਜਾਂਦੇ ਸਮੇਂ ਉਸਨੂੰ ਕਈ ਵਾਰ ਹੋਟਲਾਂ ਦੇ ਵਿੱਚ ਠਹਿਰਨ ਦਾ ਮੌਕਾ ਮਿਲਦਾ ਰਿਹਾ ਸੀ। ਕੰਧਾਂ 'ਤੇ ਪੇਪਰ ਲਗਾਇਆ ਗਿਆ ਸੀ ਅਤੇ ਫਰਸ਼ ਦੇ ਉੱਤੇ ਮੋਟੀ ਕਾਰਪੈਟ ਵਿਛਾਈ ਹੋਈ ਸੀ। ਡਰੈਸਿੰਗ ਟੇਬਲ ਕੱਪਬੋਰਡ 'ਤੇ ਇੱਕ ਪਾਸੇ ਟੈਲੀਵਿਜ਼ਨ ਵੀ ਪਿਆ। ਆਪਣਾ ਕਮਰਾ ਅਤੇ ਬਾਥਰੂਮ ਦੇਖ ਕੇ ਉਸ ਸਭ ਦੇ ਵਿੱਚ ਆ ਬੈਠਾ। ਉਸਦੀਆਂ ਦੋ ਕੁ ਵਾਰ ਸੁਰਿੰਦਰ ਦੇ ਨਾਲ ਅੱਖਾਂ ਮਿਲੀਆਂ। ਸੁਰਿੰਦਰ ਵੀ ਜਿਵੇਂ ਉਸ ਵੱਲ ਹੀ ਝਾਕ ਰਹੀ ਹੁੰਦੀ। ਸੁਰਿੰਦਰ ਬਹੁਤ ਖੁਸ਼ ਸੀ ਅਤੇ ਉਸ ਤੋਂ ਵੀ ਖੁਸ਼ ਸੀ ਪ੍ਰਕਾਸ਼ ਕੌਰ। ਉਸਦਾ ਪਸੰਦ ਕੀਤਾ ਮੁੰਡਾ ਸਭ ਨੂੰ ਇੰਨਾ ਪਸੰਦ ਆ ਰਿਹਾ ਸੀ ਕਿ ਸੁਰਜਨ ਸਿੰਘ ਵੀ ਗੁਲਵੰਤ ਵੱਲ ਹੀ ਦੇਖੀ ਜਾ ਰਿਹਾ ਸੀ। ਔਰਤਾਂ ਰਸੋਈ ਦੇ ਕੰਮ ਨੂੰ ਲੱਗ ਗਈਆਂ, ਮਰਦ ਮੋੜ ਵਾਲੇ ਪੱਬ ਦੇ ਵਿੱਚ ਜਾ ਬੈਠੇ। ਹੁਣ ਅਜਿਹੇ ਇੰਡੀਆ ਦੀ ਸਿਆਸਤ ਦੇ ਵਿੱਚ ਬਹੁਤ ਉਤਰਾਅ ਚੜ੍ਹਾਅ ਆਏ ਹੋਏ ਸਨ। ਪਹਿਲਾਂ ਐਮਰਜੈਂਸੀ ਲੱਗੀ ਅਤੇ ਫਿਰ 2 ਸਾਲ ਦੀ ਐਮਰਜੈਂਸੀ ਤੋਂ ਬਾਅਦ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ। ਇੱਥੋਂ ਤੱਕ ਕਿ ਇੰਦਰਾ ਗਾਂਧੀ ਖੁਦ ਇੱਕ ਨਿਕੰਮੇ ਜਿਹੇ ਲੀਡਰ ਤੋਂ ਹਾਰ ਗਈ। ਸਿਆਸਤ ਨੂੰ ਸਮਝਣ ਵਾਲੇ ਲੋਕ ਤਾਂ ਹਰ ਮਹਿਫਲ ਦੇ ਵਿੱਚ ਇਸ ਬਾਰੇ ਗੱਲਾਂ ਕਰਨ ਲੱਗਦੇ ਸਨ। ਸਰੂਪ ਨੂੰ ਯਕੀਨ ਸੀ ਕਿ ਗੁਲਵੰਤ ਭਾਰਤ ਦੀ ਸਿਆਸਤ ਨੂੰ ਖੂਬ ਸਮਝਦਾ ਹੋਵੇਗਾ। ਉਹ ਚਾਹੁੰਦਾ ਸੀ ਕਿ ਗੁਲਵੰਤ ਸਭ 'ਤੇ ਛਾ ਜਾਵੇ। ਉਸਨੇ ਗੱਲ ਸ਼ੁਰੂ ਕਰਦਿਆਂ ਕਿਹਾ, ਹਾਂ ਬਈ ਪ੍ਰੋਫੈਸਰ, ਅਸੀਂ ਨਹੀਂ ਸੀ ਸੋਚਿਆ ਯਾਰ ਕਿ ਇੰਦਰਾ ਗਾਂਧੀ ਇੰਨੀ ਬੁਰੀ ਤਰ੍ਹਾਂ ਹਾਰ ਜਾਊ। ਗਲਤੀ ਕਿੱਥੇ ਹੋ ਗਈ ਭਾਜੀ? ਗਲਤੀ ਹੋ ਗਈ ਕਿ ਇੰਦਰਾ ਗਾਂਧੀ ਆਮ ਲੋਕਾਂ ਦੀ ਗੱਲ ਸੁਣਨ ਦੀ ਥਾਂ ਥੋੜ੍ਹੇ ਚਾਪਲੂਸਾਂ ਦੀ ਹੀ ਸੁਣਦੀ ਰਹੀ ਅਤੇ ਰਿਐਲਿਟੀ ਤੋਂ ਕੱਟੀ ਗਈ। ਇੰਨੀ ਚਲਾਕ ਪੋਲੀਟੀਸ਼ਨ ਜੀ ਉਹ ਹਜ਼ੂਰੀਆਂ ਹੱਥੋਂ ਗੁੰਮਰਾਹ ਹੋ ਗਈ। ਇਹੋ ਹੀ ਲੋਕ ਕਹਿੰਦੇ ਸੀ ਕਿ ਇੰਡੀਆ ਇੰਜ ਇੰਦਰਾ ਐਂਡ ਇੰਦਰਾ ਇਜ਼ ਇੰਡੀਆ। ਬਸ ਇੱਥੇ ਹੀ ਮਾਰ ਖਾ ਗਈ। ਪਰ ਐਡੀ ਵੱਡੀ ਹਾਰ ਕਦੇ ਸੋਚਿਆ ਹੀ ਸੀ ਕਿਤੇ ਕਿਸੇ ਨੇ ਭਾਜੀ? ਇੱਥੇ ਉਹ ਮਾਤ ਖਾ ਗਈ ਕਿ ਲੋਕਾਂ ਦੀ ਵਰਡੈਕਟ ਨੂੰ ਆਪਣੇ ਹੱਕ ਦੇ ਵਿੱਚ ਗਰੰਟਡ ਸਮਝਣ ਲੱਗ ਪਈ ਸੀ। ਮੀਡੀਏ 'ਤੇ ਪਾਬੰਦੀ ਲੱਗ ਜਾਣ ਦੇ ਕਾਰਨ ਅਸਲ ਖਬਰ ਉਸ ਤੱਕ ਨਹੀਂ ਸੀ ਪੁੱਜਦੀ। ਐਮਰਜੈਂਸੀ ਲਗਾਉਣ ਦੀ ਗਲਤੀ ਕਿੱਦਾਂ ਕਰ ਬੈਠੀ ਉਹ? ਇਹ ਸੰਜੇ ਗਾਂਧੀ ਦੀ ਸਕੀਮ ਸੀ। ਉਹ ਡਿਕਟੇਟਰ ਸੁਭਾਅ ਦਾ ਬੰਦਾ, ਉਹਨੂੰ ਇਹ ਨਹੀਂ ਪਤਾ ਕਿ ਡੈਮੋਕ੍ਰੇਸੀ ਦੇ ਵਿੱਚ ਡਿਕਟੇਟਰਸ਼ਿਪ ਨਹੀਂ ਚੱਲਦੀ ਬਲਕਿ ਐਕਟਿੰਗ ਚੱਲਦੀ ਹੈ। ਜਿੱਡਾ ਵੱਡਾ ਐਕਟਰ ਓਡਾ ਵੱਡਾ ਲੀਡਰ। ਉਸਦੀ ਗੱਲ 'ਤੇ ਸਾਰੇ ਹੱਸਣ ਲੱਗ ਪਏ। ਅਵਤਾਰ ਬੋਲਿਆ, ਅਸਲ ਦੇ ਵਿੱਚ ਇਹ ਪੱਛਮੀ ਫਿਨੋਮਨਾ ਹੈ। ਡੁਗਡੁਗੀ ਤੋਂ ਬਿਨਾਂ ਭੀੜ ਇਕੱਠੀ ਨਹੀਂ ਹੁੰਦੀ। ਡੁਗਡੁਗੀ ਤਾਂ ਇੰਦਰਾ ਵੀ ਬਹੁਤ ਵਜਾ ਲੈਂਦੀ ਹੈ, ਪਰ ਸੰਜੇ ਗਾਂਧੀ ਦੀ ਡਿਕਟੇਟਰ ਨਾ ਸੂਰ ਨੇ
ਡਿਕਟੇਟਰ ਨਾਲ ਸੁਰ ਨੇ ਕਾਂਗਰਸ ਨੂੰ ਬਹੁਤੀ ਢਾਹ ਲਾਈ ਹੈ। ਫਿਰ ਸੰਜੇ ਗਾਂਧੀ ਵੱਲੋਂ ਕਿਰਾਇਆ ਜ਼ਬਰਦਸਤੀ ਨਸਬੰਦੀਆਂ ਦਿੱਲੀ ਦੇ ਵਿੱਚ ਢਾਈਆਂ ਝੌਂਪੜੀਆਂ ਆਦਿ ਬਾਰੇ ਗੱਲਾਂ ਹੋਣ ਲੱਗੀਆਂ। ਸਰੂਪ ਦੇ ਦੋਸਤ ਤਰਲੋਕ ਨੇ ਇਸ ਦੇ ਵਿੱਚੋਂ ਨਿਕਲੇ ਕੁਝ ਲਤੀਫੇ ਵੀ ਸੁਣਾਏ। ਉਸਦਾ ਛੜਾ ਚਾਚਾ ਕਈ ਵਾਰ ਨਸਬੰਦੀ ਕਰਾ ਕੇ ਪੈਸੇ ਲੈ ਚੁੱਕਿਆ ਸੀ। ਸਰੂਪ ਕਹਿਣ ਲੱਗਿਆ, ਇੱਕ ਦਿਨ ਮੈਂ ਵਾਸ ਪ੍ਰਵਾਸ ਦੇ ਵਿੱਚ ਪੜ੍ਹਿਆ ਸੀ ਕਿ ਸੰਜੇ ਗਾਂਧੀ ਦੀ ਪੁਲਿਸ ਦੇ ਨਾਲ ਟੱਕਰ ਹੋ ਗਈ। ਇਹ ਤਾਂ ਭਾਜੀ ਖ਼ਬਰਾਂ ਦੇ ਵਿੱਚ ਰਹਿਣ ਦਾ ਇੱਕ ਤਰੀਕਾ ਹੁੰਦਾ ਹੈ। ਇੰਦਰਾ ਵੀ ਬਹੁਤ ਗਰੀਬਣੀ ਜਿਹੀ ਬਣ ਕੇ ਇੰਟਰਵਿਊ ਦੇ ਰਹੀ ਹੈ। ਇਹ ਤਾਂ ਇਹ ਸਰਕਾਰ ਕਿਸੇ ਇੱਕ ਵਿਚਾਰਧਾਰਾ ਦੇ ਨਾਲ ਬੱਝੀ ਨਾ ਹੋਣ ਕਰਕੇ ਲੱਗਦਾ ਨਹੀਂ ਜ਼ਿਆਦਾ ਦੇਰ ਚੱਲੂ। ਇਸ ਲਈ ਕਾਂਗਰਸ ਹੀ ਮੁੜ ਕੇ ਆਉਣੀ ਹੈ। ਪਰ ਇਹਦਾ ਇੱਕ ਫਾਇਦਾ ਹੋ ਗਿਆ। ਉਹ ਕਿਹੜਾ? ਇਹੋ ਹੀ ਕਿ ਇੰਡੀਆ ਦੇ ਵਿੱਚ ਕਾਂਗਰਸ ਦੇ ਬਰਾਬਰ ਦੀ ਕਿਸੇ ਹੋਰ ਪਾਰਟੀ ਦੇ ਖੜ੍ਹੇ ਹੋਣ ਦੇ ਚਾਂਸ ਬਣ ਗਏ। ਕਾਂਗਰਸ ਦਾ ਇੰਨਾ ਸਟਰੋਂਗ ਹੋਣਾ ਡੈਮੋਕ੍ਰੇਸੀ ਦੇ ਲਈ ਚੰਗੀ ਗੱਲ ਨਹੀਂ ਸੀ। ਸੁਰਜਨ ਸਿੰਘ ਉਸਦੀਆਂ ਗੱਲਾਂ ਇਵੇਂ ਸੁਣ ਰਿਹਾ ਸੀ ਜਿਵੇਂ ਕੀਲਿਆ ਹੀ ਗਿਆ ਹੋਵੇ। ਉਹ ਗੁਲਵੰਤ ਨਹੀਂ, ਜਿਵੇਂ ਉਹ ਖੁਦ ਬੋਲ ਰਿਹਾ ਹੋਵੇ। ਗੁਲਵੰਤ ਨੇ ਬੀਅਰ ਦਾ ਇੱਕ ਗਲਾਸ ਹੀ ਪੀਤਾ, ਜਦਕਿ ਬਾਕੀ ਸਭ ਸਹਿਜੇ ਹੀ ਤਿੰਨ ਤਿੰਨ ਚਾਰ ਚਾਰ ਪੀ ਗਏ। ਗੁਲਵੰਤ ਦੇ ਲਈ ਪੱਬ ਦੇ ਵਿੱਚ ਜਾਣ ਦਾ ਨਵਾਂ ਤਜਰਬਾ ਸੀ। ਜਦ ਉਹ ਬੀਅਰ ਦਾ ਘੁੱਟ ਭਰਨ ਦੇ ਵਿੱਚ ਦੇਰ ਕਰਦਾ ਤਾਂ ਦਿਲਬਾਗ ਉੱਠ ਕੇ ਉਸਦੇ ਮੂੰਹ ਨੂੰ ਗਲਾਸ ਲਾਉਣ ਤੱਕ ਜਾਂਦਾ ਸੀ। ਅਵਤਾਰ ਵੀ ਬੀਅਰ ਦਾ ਬਹੁਤਾ ਸ਼ੌਕੀਨ ਨਹੀਂ ਸੀ। ਉਹ ਦਿਲਬਾਗ ਨੂੰ ਟੀਚਰ ਕਰਦਾ ਕਹਿਣ ਲੱਗਿਆ, ਦੇਖੋ ਹਲਕੀ ਜਿਹੀ ਵਿੱਤ ਦਾ ਮਾਲਕ ਏ ਬੀਅਰ ਦੀ ਬਾਲਟੀ ਪੀ ਜਾਂਦਾ ਹੈ। ਉਹ ਲੰਮੀਆਂ ਕਪੈਸਿਟੀ ਰੱਖਦੀ ਹੈ, ਤੇਰੇ ਵਾਂਗੂ ਨਹੀਂ। ਇੱਕ ਰੋਟੀ ਵਾਧੂ ਖਾ ਲਈ ਤਾਂ ਮਰੋੜ ਲੱਗ ਗਏ ਤੈਨੂੰ। ਦਿਲਬਾਗ ਅੱਜ ਕੁਝ ਜ਼ਿਆਦਾ ਹੀ ਚਾਂਭਲਿਆ ਪਿਆ ਸੀ। ਅਸਲ ਦੇ ਵਿੱਚ ਵਿਚੋਲਗਿਰੀ ਜਿਹੜੀ ਸੀ ਉਹਦੀ ਪੁੱਛ ਪ੍ਰਤੀਤ ਅਰਜਨ ਸਿੰਘ ਤੋਂ ਜ਼ਿਆਦਾ ਰਹੀ ਸੀ। ਬਹੁਤੀਆਂ ਗੱਲਾਂ ਸਿੱਧੀਆਂ ਹੋ ਜਾਣ ਦੇ ਕਾਰਨ ਵਿਚੋਲੇ ਦੀ ਲੋੜ ਵੀ ਨਹੀਂ ਸੀ, ਪਰ ਦਿਲਬਾਗ ਹਰ ਗੱਲ ਦੇ ਵਿੱਚ ਆ ਵੜਦਾ। ਸਰੂਪ ਵੀ ਅੱਜ ਹੱਥ ਖੋਲ੍ਹ ਕੇ ਖਰਚ ਕਰ ਰਿਹਾ ਸੀ, ਨਹੀਂ ਤਾਂ ਪੈਸੇ ਦੇ ਮਾਮਲੇ 'ਚ ਉਹ ਬਹੁਤ ਧਿਆਨ ਦੇ ਨਾਲ ਚੱਲਦਾ। ਇਸ ਵਿਆਹ ਨੂੰ ਬਹੁਤ ਹੀ ਸਾਦੇ ਢੰਗ ਦੇ ਨਾਲ ਕਰਨ ਦਾ ਮਤਲਬ ਵੀ ਇਹ ਸੀ ਕਿ ਜਿਹੜੇ ਪੈਸੇ ਵਿਆਹ ਦੇ ਉੱਤੇ ਖਰਚ ਕਰਨੇ ਨੇ ਉਹ ਕੁੜੀ ਮੁੰਡਾ ਆਪਣੇ ਘਰ ਲੈਣ ਉੱਪਰ ਜਿਹੜਾ ਖਰਚ ਕਰਨ, ਇਹ ਸਰੂਪ ਦੀ ਹੀ ਰਾਏ ਸੀ। ਹਾਲਾਂਕਿ ਸੁਰਜਨ ਉਸਦੇ ਨਾਲ ਪਹਿਲਾਂ ਹੀ ਸਹਿਮਤ ਸੀ। ਪੱਬ ਦੇ ਵਿੱਚੋਂ ਜਲਦੀ ਉੱਠਣ ਦੀ ਕੋਸ਼ਿਸ਼ ਕਰਦੇ ਰਹੇ, ਕਿਉਂਕਿ ਸੁਰਜਨ ਸਿੰਘ, ਦਿਲਬਾਗ ਅਤੇ ਅਵਤਾਰ ਦੀਆਂ ਕਾਰਾਂ ਈਸਟ ਲੰਡਨ ਜਾਣੀਆਂ ਸਨ। ਪੱਬ ਦੇ ਵਿੱਚੋਂ ਆ ਕੇ ਸਭ ਨੇ ਰੋਟੀ ਖਾਧੀ। ਕਾਰ ਦੇ ਵਿੱਚ ਬੈਠਣ ਤੱਕ ਸੁਰਿੰਦਰ ਅਤੇ ਗੁਲਵੰਤ ਵੱਲੋਂ ਇੱਕ ਦੂਜੇ ਦੇ ਨਾਲ ਚੋਰੀ ਚੋਰੀ ਦੇਖਣਾ ਜਾਰੀ ਰਿਹਾ। ਕਾਰ ਦੇ ਵਿੱਚ ਬੈਠਦਿਆਂ ਪ੍ਰਕਾਸ਼ ਕੌਰ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ ਅਤੇ ਸੁਰਜਨ ਸਿੰਘ ਨੂੰ ਚੁੱਪ ਦੇਖ ਕੇ ਬੋਲੀ, ਤੁਹਾਨੂੰ ਹੁਣ ਕਿਹੜਾ ਸੱਪ ਸੁੰਘ ਗਿਆ? ਮੈਂ ਸੋਚਦਾ ਕਿ ਮੁੰਡਾ ਸੁਰਿੰਦਰ ਦੇ ਨਾਲੋਂ ਬਹੁਤ ਜ਼ਿਆਦਾ ਪੜ੍ਹਿਆ ਹੋਇਆ ਹੈ। ਲੈ ਇਹਦੇ 'ਚ ਕਿਹੜੀ ਗੱਲ ਹੈ? ਮੈਂ ਕਿੰਨਾ ਕੁ ਪੜ੍ਹੀ ਸੀ, ਚੰਗਾ ਭਲਾ ਕੰਮ ਚਲਾ ਲਿਆ, ਇਹ ਤਾਂ ਕੰਮ ਹੀ ਸੌਖਾ ਹੈ। ਪੜ੍ਹੇ ਆਦਮੀ ਦੀ ਗੱਲ ਦੇ ਵਿੱਚ ਲੱਤ ਨਾ ਅੜਾਵੇ ਬਸ। ਉਹ ਬੁੜੀਏ, ਤੂੰ ਤਾਂ ਸਾਰੀ ਉਮਰ ਅੜਾਈ ਹੈ ਨਾ, ਜੇ ਅੜਾਈ ਹੁੰਦੀ ਤਾਂ ਮਨ ਮਰਜ਼ੀਆਂ ਨਾ ਕਰਦੇ। ਮੈਂ ਤਾਂ ਸੁਰਿੰਦਰ ਨੂੰ ਕਹੂੰ ਬਈ ਮੇਰੇ ਆਂਗੂ ਕਮਲੀ ਨਾ ਬਣੀ, ਧਿਆਨ ਰੱਖੀ ਆਦਮੀ ਦਾ। ਉਹ ਬੁੜੀਏ, ਮੈਂ ਕਿਹਦੀ ਮੱਝ ਖੋਲ੍ਹ ਲਈ ਹੈ? ਮਾਂ ਪਿਓ ਦੀ ਨੋਕ ਝੋਕ ਦੇ ਵਿੱਚੋਂ ਛੋਟੀਆਂ ਦੋ ਜਿਹੜੀਆਂ ਸੀ ਨੂੰ ਤਾਂ ਬਹੁਤੀ ਗੱਲ ਸਮਝ ਹੀ ਨਹੀਂ ਸੀ ਆ ਰਹੀ,
ਤੇ ਸੁਰਿੰਦਰ ਕਾਰ ਚਲਾਉਂਦੀ ਮਿੰਨਾ ਮਿੰਨਾ ਮੁਸਕਰਾਈ ਜਾ ਰਹੀ ਸੀ। ਘਰ ਪੁੱਜ ਕੇ ਵੀ ਉਹ ਗੁਲਵੰਤ ਦੀਆਂ ਗੱਲਾਂ ਹੀ ਕਰਦੇ ਰਹੇ, ਜਿਵੇਂ ਕਿਸੇ ਦਾ ਸੌਣ ਨੂੰ ਦਿਲ ਹੀ ਨਾ ਕਰਦਾ ਹੋਵੇ। ਪ੍ਰਕਾਸ਼ ਕੋਲ ਇਸ ਰਿਸ਼ਤੇ ਦਾ ਸਾਰਾ ਜਿਹੜਾ ਸੀ ਸਹਿਰਾ ਜਿਹੜਾ ਸੀ ਆਪ ਲੈਣਾ ਚਾਹੁੰਦੀ ਸੀ। ਸੁਰਜਨ ਸਿੰਘ ਵੀ ਸਮਝਦਾ ਸੀ, ਬੋਲਿਆ, ਬੁੜੀ ਦਾ ਪਿਛਲਾ ਗੇੜਾ ਤਾਂ ਬਾਜੀਗਰਨੀ ਵਾਲਾ ਹੀ ਸੀ, ਪਰ ਐਤਕੀ ਪੂਰੀ ਪਾ ਆਈ ਹੈ। ਮੈਂ ਦੱਸਿਆ ਸੀ ਬਈ ਮੁੰਡਾ 24 ਕੈਰਟ ਹੈ, 24 ਕੈਰਟ। ਪਹਿਲੇ ਵਾਰੀ ਵੀ ਤੂੰ ਇਹੋ ਹੀ ਕਹਿੰਦੀ ਸੀ, ਪਰ ਉਹ ਜਿਹੜਾ ਸੀ ਕਾਲਾ ਕਾਲਾ ਨਿਕਲਿਆ, ਕਾਲਾ ਕੈਰਟ ਨਿਕਲਿਆ, ਗੋਲਡ ਵਾਲਾ ਨਹੀਂ। ਪਹਿਲੇ ਵਾਰੀ ਵੀ ਤੂੰ ਇਹੋ ਹੀ ਕਹਿੰਦੀ ਸੀ, ਮੈਂ ਕਿਹੜਾ ਵਿੱਚ ਵੜ ਕੇ ਦੇਖਿਆ ਸੀ। ਸੁਰਜਨ ਸਿੰਘ ਨੂੰ ਕਿਧਰੇ ਗਵਾਚਾ ਦੇਖ ਕੇ ਪ੍ਰਕਾਸ਼ ਕੌਰ ਪੁੱਛਣ ਲੱਗੀ, ਜੀ ਤੁਸੀਂ ਹੁਣ ਕਿਹੜੀਆਂ ਸੋਚਾਂ ਵਿੱਚ ਪੈ ਗਏ? ਮੈਂ ਸੋਚਦਾ ਕਿ ਗੁਲਵੰਤ ਨੂੰ ਕਿਸੇ ਦਿਨ ਲੰਡਨ ਹੀ ਘੁਮਾ ਲਿਆਵਾਂ। ਫੋਰਟ, ਮੈਂ ਕਿਹਾ ਮਨ ਹੀ ਮਨ ਪਤਾ ਨਹੀਂ ਕਿਹੜੇ ਗੁਰਮਤੇ ਕਰੀ ਜਾਂਦੇ ਹੈ, ਤੁਹਾਨੂੰ ਲੰਡਨ ਦਾ ਝੱਲ ਨਹੀਂ ਹਟਣਾ ਕਿਤੇ ਵੀ ਸਾਰੀ ਉਮਰ। ਤੁਸੀਂ ਕਾਹਲੀ ਨਾ ਕਰਿਓ, ਮੁੰਡਾ ਤੇਜ਼ ਹੈ ਤਾਂ ਆਪੇ ਘੁੰਮ ਲਓ। ਸੁਰਜਨ ਸਿੰਘ ਨੇ ਉਸਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ ਅਤੇ ਫਿਰ ਕੁਝ ਦੇਰ ਬਾਅਦ ਕਹਿਣ ਲੱਗਿਆ, ਗੁਰਜੰਟ ਦਾ ਫੋਨ ਤੱਕ ਨਹੀਂ ਆਇਆ। ਸੁਰਿੰਦਰ ਪਿਓ ਦੇ ਫਿਕਰ ਨੂੰ ਕੁਝ ਘਟਾਉਣ ਲਈ ਬੋਲੀ, ਅਸਲ ਦੇ ਵਿੱਚ ਗੁਰਜੰਟ ਭਾਅ ਜੀ ਵੱਡੇ ਭਾਅ ਜੀ ਦੇ ਬੋਲਣ ਤੋਂ ਡਰਦਾ ਰਹਿੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਕੀ ਕਹਿ ਦੇਵੇ। ਸੁਰਿੰਦਰ ਦੀ ਗੱਲ ਸੱਚੀ ਸੀ, ਸਾਰੇ ਜਾਣਦੇ ਹੀ ਸਨ, ਪਰ ਕਰ ਕੁਝ ਨਹੀਂ ਸੀ ਸਕਦਾ ਕੋਈ। ਜੇ ਦਿਲਬਾਗ ਨੂੰ ਸਮਝਾਉਂਦੇ ਤਾਂ ਉਹ ਆਪਣੇ ਆਪ ਨੂੰ ਵੱਡੀ ਚੀਜ਼ ਸਮਝਣ ਲੱਗਦਾ ਸੀ। ਗੁਰਜੰਟ ਤਾਂ ਕਿਸੇ ਦੀ ਗੱਲ ਸੁਣਦਾ ਹੀ ਨਹੀਂ, ਉਸਨੇ ਚਾਲ ਪਰਿਵਾਰ ਦੇ ਨਾਲ ਇੱਕ ਕਿਸਮ ਦਾ ਸਭ ਖਤਮ ਹੀ ਕੀਤਾ ਹੋਇਆ ਸੀ। ਬਲਜਿੰਦਰ ਨੂੰ ਵੀ ਨਾ ਜਾਣ ਦਿੰਦਾ ਅਤੇ ਬਲਜਿੰਦਰ ਅਤੇ ਸੁਰਿੰਦਰ ਹੁਣ ਇਕੱਠੀਆਂ ਹੀ ਖਿਡੌਣੇ ਫੈਕਟਰੀ ਦੇ ਵਿੱਚ ਕੰਮ ਕਰਦੀਆਂ ਸਨ ਅਤੇ ਬ੍ਰੇਕ ਵੇਲੇ ਵੀ ਸਾਰੀਆਂ ਗੱਲਾਂ ਸਾਂਝੀਆਂ ਕਰ ਲੈਂਦੀਆਂ। ਗੁਰਜੰਟ ਬਹੁਤ ਹੀ ਪਿਛਾਂ ਜਿਹੜਾ ਖਿੱਚੂ ਬੰਦਾ ਸੀ, ਬਲਜਿੰਦਰ ਨੂੰ ਮੇਕਅਪ ਵੀ ਨਾ ਕਰਨ ਦਿੰਦਾ, ਕਿਸੇ ਮਰਦ ਦੇ ਨਾਲ ਬਹੁਤੀ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਸੀ ਉਸਨੂੰ। ਉਸਦੀ ਸਾਰੀ ਤਨਖਾਹ ਖੋਹ ਲੈਂਦਾ ਅਤੇ ਉਸਨੂੰ ਸਿਰਫ ਕੰਮ 'ਤੇ ਜਾਣ ਜੋਗੇ ਹੀ ਪੈਸੇ ਦਿੰਦਾ ਸੀ। ਉਸਨੂੰ ਮੰਮੀ ਨੂੰ ਫੋਨ ਕਰਨ ਦੀ ਵੀ ਆਗਿਆ ਨਹੀਂ ਸੀ, ਡਰਦਾ ਸੀ ਕਿ ਮੰਮੀ ਉਸਨੂੰ ਕੋਈ ਸਿੱਖਤ ਕੋਈ ਗੱਲ ਹੀ ਨਾ ਸਿਖਾ ਦੇਵੇ ਅਤੇ ਜਿਸ ਦੇ ਨਾਲ ਉਸਦੇ ਘਰ ਦੀ ਸ਼ਾਂਤੀ ਭੰਗ ਹੋ ਜਾਵੇ। ਗੁਲਵੰਤ ਦਾ ਪਹਿਲਾ ਦਿਨ ਤਾਂ ਸੁਪਨੇ ਵਾਂਗ ਸੀ, ਦੂਜੇ ਦਿਨ ਕੁਝ ਹੋਸ਼ ਆਈ। ਜਾਗ ਆਈ ਤਾਂ ਧੁੱਪ ਚੜ੍ਹੀ ਹੋਈ ਸੀ, ਸਾਹਮਣੇ ਲੱਗਿਆ ਕਲੋਕ ਦੇਖਿਆ ਤਾਂ ਹਾਲੇ ਸਵੇਰ ਦੇ 5 ਹੀ ਵੱਜੇ ਸਨ। ਇੰਨੇ ਤੜਕੇ ਇੰਨੀ ਧੁੱਪ! ਉਸਨੇ ਪਰਦੇ ਹਟਾ ਕੇ ਬਗੀਚੇ ਵਿੱਚ ਦੇਖਿਆ, ਚਿੜੀਆਂ ਗਾ ਰਹੀਆਂ ਸਨ, ਅਸਮਾਨ ਬਹੁਤ ਸਾਫ਼ ਸੀ, ਬੱਦਲ ਦੀ ਇੱਕ ਵੀ ਕਾਤਰ ਨਹੀਂ ਸੀ। ਰਾਤੀ ਤਾਂ ਇਵੇਂ ਜਾਪਦਾ ਸੀ ਕਿ ਇਹ ਝੜੀ ਕਈ ਦਿਨ ਚੱਲੇਗੀ। ਨਾਲ ਦੇ ਕਮਰਿਆਂ ਦੇ ਵਿੱਚੋਂ ਘੁਰਾੜਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ, ਮਤਲਬ ਕਿ ਘੜੀ ਸਹੀ ਸੀ। ਉਹ ਬਾਥਰੂਮ ਜਾ ਕੇ ਹੇਠ ਫਰੰਟ ਰੂਮ ਦੇ ਵਿੱਚ ਆ ਗਿਆ, ਟੈਲੀਵਿਜ਼ਨ ਚਲਾਇਆ। ਗੋਰਾ ਅਨਾਊਂਸਰ ਕੁਝ ਕਹਿ ਰਿਹਾ ਸੀ, ਇੱਕ ਵੀ ਸ਼ਬਦ ਉਸਦੇ ਪੱਲੇ ਨਾ ਪਿਆ। ਉਸਨੇ ਚੈਨਲ ਬਦਲਿਆ, 3 ਚੈਨਲ ਸਨ, ਤਿੰਨਾਂ ਦੀ ਕੋਈ ਗੱਲ ਉਸਨੂੰ ਸਮਝ ਨਹੀਂ ਸੀ ਆ ਰਹੀ। ਫਿਰ ਉਸਨੇ ਕੌਫੀ ਟੇਬਲ ਦੇ ਹੇਠ ਪਈ ਅੰਗਰੇਜ਼ੀ ਦੀ ਅਖਬਾਰ ਚੁੱਕ ਲਈ। ਇਹ ਤਾਂ ਆਮ ਜਿਹੀ ਸੌਖੀ ਅੰਗਰੇਜ਼ੀ ਸੀ, ਜੇ ਉਸਨੂੰ ਅੰਗਰੇਜ਼ੀ ਪੜ੍ਹਨ ਦੇ ਵਿੱਚ ਸਮਝ ਆ ਰਹੀ ਸੀ ਤਾਂ ਬੋਲਣ ਦੇ ਵਿੱਚ ਕਿਉਂ ਨਹੀਂ ਸੀ ਕੁਝ ਪਤਾ ਚੱਲ ਰਿਹਾ? ਉਹ ਅਨਾਊਂਸਰ ਦੇ ਬੋਲਣ ਵੱਲ ਧਿਆਨ ਦੇਣ ਲੱਗਿਆ, ਕੋਈ ਕੋਈ ਸ਼ਬਦ ਸਮਝ ਪੈਣ ਲੱਗ ਪਈ।
ਫਿਰ ਖਬਰਾਂ ਆਈਆਂ। ਉਸਨੇ ਬਹੁਤ ਹੀ ਧਿਆਨ ਦੇ ਨਾਲ ਸੁਣੀਆਂ। ਬਹੁਤਾ ਕੁਝ ਉਹ ਸਮਝ ਗਿਆ ਅਤੇ ਇੱਕ ਗੱਲ ਦੀ ਜ਼ਰਾ ਤਕਲੀਫ ਹੋਈ ਕਿ ਅੱਧੇ ਘੰਟੇ ਦੀਆਂ ਖਬਰਾਂ ਦੇ ਵਿੱਚ ਇੱਕ ਵੀ ਖਬਰ ਇੰਡੀਆ ਬਾਰੇ ਨਹੀਂ ਸੀ। ਇਸ ਬਾਰੇ ਉਸਨੇ ਜ਼ਰਾ ਕੁ ਕੁਝ ਹੋਰ ਸੋਚਿਆ ਤਾਂ ਹੱਸਣ ਲੱਗਿਆ। ਇਹ ਲੋਕ ਆਪਣੀਆਂ ਖਬਰਾਂ ਦੇਣਗੇ ਇੰਡੀਆ ਦੀਆਂ ਕਿਉਂ? ਅੰਗਰੇਜ਼ੀ ਸਮਝ ਨਾ ਆਉਣ ਦਾ ਕਾਰਨ ਵੀ ਉਸਦੇ ਪੱਲੇ ਪੈਣ ਲੱਗਿਆ। ਉਸਦਾ ਅਥਾਹਕਰਨ ਭਾਰਤੀ ਹੈ, ਇਸ ਦੇ ਲਈ ਉਸਨੂੰ ਜਿਹੜਾ ਹੈ ਆਪਣੀ ਮਾਨਸਿਕਤਾ ਦੇ ਵਿੱਚ ਬਦਲ ਲਿਆਉਣਾ ਪਵੇਗਾ। ਚਲਦੇ ਟੈਲੀ ਦੀ ਆਵਾਜ਼ ਨੇ ਸਤਨਾਮੀ ਨੂੰ ਜਗਾ ਦਿੱਤਾ। ਉਸ ਉੱਠ ਆਈ, ਉਹ ਜਿਹੜੀ ਸੀ ਉੱਠ ਕੇ ਆਈ ਅਤੇ ਉਸਦੇ ਮਗਰ ਹੀ ਸਰੂਪ ਦੇ ਬਬਲੂ ਵੀ ਆ ਗਏ। ਬਬਲੂ ਅਤੇ ਸੀਮਾ ਕੱਲ੍ਹ ਦੇ ਹੀ ਉਸਦੇ ਆਉਣ ਦੇ ਚਾਅ ਦੇ ਵਿੱਚ ਦੌੜੇ ਫਿਰਦੇ ਸਨ। ਇੰਡੀਆ ਗਿਆ ਉਹਨਾਂ ਨੂੰ ਸਕੂਟਰ 'ਤੇ ਘੁਮਾਇਆ ਕਰਦਾ ਸੀ ਉਹ। ਇਸ ਦੇ ਲਈ ਉਸਦੇ ਨਾਲ ਕਾਫ਼ੀ ਰਿਲੇ ਮਿਲੇ ਸਨ। ਉਹਨਾਂ ਚਾਹ ਪੀਤੀ, ਹਲਕਾ ਜਿਹਾ ਨਾਸ਼ਤਾ ਕੀਤਾ ਅਤੇ ਬਾਹਰ ਜਾਣ ਨੂੰ ਤਿਆਰੀ ਕਰਨ ਲੱਗੇ। ਸਰੂਪ ਦਾ ਮਤਲਬ ਸੀ ਕਿ ਗੁਲਵੰਤ ਨੂੰ ਇੱਥੋਂ ਦੇ ਮਾਹੌਲ ਬਾਰੇ ਜਾਣਕਾਰੀ ਮਿਲੇ। ਹਾਈ ਸਟਰੀਟ ਵੈਬਲੇ ਦਾ ਗੇੜਾ ਕੱਢ ਕੇ ਮੁੜੇ ਤਾਂ ਬੱਦਲਵਾਹੀ ਜਿਹੜੀ ਸੀ ਹੋ ਗਈ ਸੀ ਅਤੇ ਇੱਕਦਮ ਠੰਡ ਵੀ। ਸਰੂਪ ਹੱਸਦਾ ਹੋਇਆ ਬੋਲਿਆ, ਇਸ ਮੁਲਕ ਦੇ 3W ਬਹੁਤ ਅਹਿਮ ਹੈ। ਹਾਂ ਭਾਅ ਜੀ ਹਾਂ, ਮੈਂ ਪੜ੍ਹਿਆ ਹੈ। ਬਸ ਫਿਰ 1W ਵੈਦਰ ਤੂੰ ਅੱਜ ਦੇਖ ਲਿਆ, ਹੁਣ ਵਰਕ ਅਤੇ ਵੋਮੈਨ ਵੀ ਦੇਖ ਲਵੇਂਗਾ। ਅਤੇ ਸਰੂਪ ਨੇ ਉਸਨੂੰ ਇੱਕ ਜੈਕਟ ਲੈ ਕੇ ਦਿੱਤੀ ਅਤੇ ਕੁਝ ਕੱਪੜੇ ਹੋਰ ਵੀ। ਗੁਲਵੰਤ ਕਹਿੰਦਾ ਰਿਹਾ ਕਿ ਉਸਦੇ ਕੋਲ ਕੱਪੜੇ ਬਹੁਤ ਨੇ, ਪਰ ਸਰੂਪ ਆਪਣਾ ਵੀ ਕੁਝ ਫਰਜ਼ ਸਮਝਦਾ ਸੀ। ਸਰੂਪ ਰਾਤਾਂ ਨੂੰ ਹਾਲੇ ਵੀ ਟੈਕਸੀ ਕਰਦਾ ਸੀ ਅਤੇ ਦਿਨੇ ਫੈਕਟਰੀ ਦੇ ਵਿੱਚ ਕੰਮ। ਬੱਚੇ ਛੋਟੇ ਹੋਣ ਕਰਕੇ ਸਤਨਾਮੀ ਕੰਮ ਨਹੀਂ ਸੀ ਕਰ ਸਕਦੀ। ਹੁਣ ਸਰੂਪ ਸੋਚ ਰਿਹਾ ਸੀ ਕਿ ਕੋਈ ਦੁਕਾਨ ਵਗੈਰਾ ਖਰੀਦ ਲਵੇ। ਹੁਣ ਉਹ ਆਪਣਾ ਬੌਸ ਆਪ ਬਣਨਾ ਚਾਹੁੰਦਾ ਸੀ। ਉਸੇ ਸ਼ਾਮ ਉਹ ਹੰਸਲੋ ਦੇ ਇਲਾਕੇ 'ਚ ਸੇਲ 'ਤੇ ਲੱਗੀ ਇੱਕ ਦੁਕਾਨ ਦੇਖਣ ਵੀ ਗਿਆ ਸੀ। ਗੁਲਵੰਤ ਉਸਦੇ ਨਾਲ ਸੀ। ਵਾਪਸ ਆਉਂਦਿਆਂ ਉਹ ਪੱਬ ਦੇ ਵਿੱਚ ਚਲੇ ਗਏ। ਇੱਕ ਗਲਾਸ ਤੋਂ ਬਾਅਦ ਸਰੂਪ ਪੁੱਛਣ ਲੱਗਿਆ, ਹਾਨੀਮੂਨ ਦੇ ਲਈ ਕਿੱਥੇ ਜਾਣਾ ਚਾਹੁੰਦਾ? ਸਵਾਲ ਸੁਣ ਕੇ ਗੁਲਵੰਤ ਜ਼ਰਾ ਕੁ ਸ਼ਰਮਾਇਆ ਅਤੇ ਫਿਰ ਬੋਲਿਆ, ਭਾਅ ਜੀ ਕਿਤੇ ਜਾਣ ਦੀ ਲੋੜ ਨਹੀਂ, ਚੰਗਾ ਭਲਾ ਕਮਰਾ ਹੈ ਆਪਣੇ ਘਰ। ਉਹ ਤਾਂ ਠੀਕ ਹੈ, ਪਰ ਮੈਂ ਚਾਹੁੰਦਾ ਬਈ ਤੂੰ ਕੁਝ ਦਿਨ ਕਿਤੇ ਲਾ ਕੇ ਆਵੇ। ਭਾਅ ਜੀ ਮੇਰਾ ਕੋਈ ਮਨ ਨਹੀਂ ਹੈ। ਤੇਰਾ ਨਹੀਂ, ਸੁਰਿੰਦਰ ਦਾ ਤਾਂ ਹੋਏਗਾ ਹੀ, ਉਹ ਵੀ ਵਿਚਾਰੀ ਡਰੀਮ ਲੈਂਦੀ ਹੋਏਗੀ। ਭਾਅ ਜੀ ਮੈਨੂੰ ਤਾਂ ਇਸ ਮੁਲਕ ਬਾਰੇ ਕੁਝ ਨਹੀਂ ਪਤਾ ਹਾਲੇ, ਤੁਸੀਂ ਜਿਵੇਂ ਕਹੋਗੇ ਕਰੋਗੇ, ਠੀਕ ਹੈ। ਗੁਲਵੰਤ ਨੇ ਸਾਰੀ ਗੱਲ ਸਰੂਪ 'ਤੇ ਹੀ ਛੱਡਤੀ। ਉਸਨੂੰ ਡਰ ਸੀ ਕਿ ਹਨੀਮੂਨ ਉੱਪਰ ਖਰਚ ਬਹੁਤ ਹੋ ਜਾਵੇਗਾ, ਨਹੀਂ ਤਾਂ ਦਿਲ ਉਸਦਾ ਕਰਦਾ ਸੀ ਕਿ ਕੁਝ ਦਿਨ ਕਿਸੇ ਹੋਟਲ ਦੇ ਵਿੱਚ ਜਾ ਕੇ ਰਹੇ। ਉਸਦੇ ਦੋਸਤ ਦਾ ਵਿਆਹ ਹੋਇਆ ਸੀ ਤਾਂ ਉਹ 10 ਦਿਨ ਦੇ ਲਈ ਚੰਡੀਗੜ੍ਹ ਹੋਟਲ ਦੇ ਵਿੱਚ ਰਹਿ ਕੇ ਆਇਆ ਸੀ। ਸਰੂਪ ਦੇ ਮਨ ਦੇ ਵਿੱਚ ਕੁਝ ਸ਼ਹਿਰਾਂ ਦੇ ਨਾਂ ਆ ਰਹੇ ਸਨ ਜਿਹੜੇ ਸਮੁੰਦਰ ਕਿਨਾਰੇ ਵਸੇ ਸਨ। ਉਸਨੇ ਵੀ ਇਸ ਬਾਰੇ ਹੋਰ ਗੱਲ ਨਾ ਕੀਤੀ ਅਤੇ ਚੁੱਪ ਰਿਹਾ। ਵਿਆਹ ਦੀ ਤਿਆਰੀ ਦੇ ਨਾਲ ਨਾਲ ਉਹ ਕਦੇ ਕਦਾਈ ਕੋਈ ਦੁਕਾਨ ਵੀ ਦੇਖ ਆਉਂਦਾ, ਜਿੱਥੇ ਕੋਈ 10 ਪਾਉਂਦਾ ਸੀ ਜਾਂ ਏਜੰਟ ਦੀ ਚਿੱਠੀ ਆ ਜਾਂਦੀ ਉਹ ਦੇਖਣ ਚਲਿਆ ਜਾਂਦਾ। ਉਸਨੇ ਕਈ ਦੁਕਾਨਾਂ ਦੇਖੀਆਂ। ਇਹਨਾਂ ਦੇ ਵਿੱਚੋਂ ਐਕਟਨ ਟਾਊਨ ਦੇ ਵਿੱਚ ਦੇਖੀ ਦੁਕਾਨ ਦੇ ਲਈ ਉਸਦੀ ਕਾਫ਼ੀ ਦੇਰ ਤੋਂ ਗੱਲਬਾਤ ਵੀ ਚੱਲ ਰਹੀ ਸੀ। ਮੇਨ ਰੋਡ ਦੇ ਇੱਕ ਖੂੰਜੇ ਉੱਪਰਲੀ ਇਹ ਦੁਕਾਨ ਕਾਫ਼ੀ ਦੇਰ ਤੋਂ ਬੰਦ ਪਈ ਸੀ। ਕੋਈ ਵੇਲੇ ਸੀ ਕਿ ਇਹ ਦੁਕਾਨ ਬਹੁਤ ਚੱਲਿਆ ਕਰਦੀ। ਸਰੂਪ ਵੀ ਜਦ ਕਦੇ ਟੈਕਸੀ ਲੈ ਕੇ ਇਸ ਪਾਸੇ ਆ ਜਾਂਦਾ ਤਾਂ ਉੱਥੋਂ ਕੁਝ ਨਾ ਕੁਝ ਖਰੀਦਿਆ ਕਰਦਾ ਸੀ, ਕਦੇ ਅਖਬਾਰ ਜਾਂ ਫਿਰ ਪੀਣ ਦੇ ਲਈ ਕੋਕ ਆਦਿ।
ਇਸ ਦਾ ਮਾਲਕ ਬਿਮਾਰ ਰਹਿੰਦਾ ਸੀ ਤੇ ਜਾਪਦਾ ਸੀ ਕਿ ਇਹ ਦੁਕਾਨ ਇੱਕ ਦਿਨ ਵਿਕ ਜਾਏਗੀ। ਉਹ ਹਰ ਵੇਲੇ ਇਸ ਦਾ ਧਿਆਨ ਰੱਖਣ ਲੱਗਿਆ। ਫਿਰ ਇੱਕ ਦਿਨ ਇਸ ਦੇ ਮੱਥੇ ਦੇ ਉੱਤੇ ਫਾਰ ਸੇਲ ਦਾ ਬੋਰਡ ਲੱਗਿਆ। ਸਰੂਪ ਨੇ ਉਸੇ ਵੇਲੇ ਹੀ ਏਜੰਟ ਨੂੰ ਫੋਨ ਕਰ ਲਿਆ ਤੇ ਉਸਨੇ ਦੁਕਾਨ ਚੰਗੀ ਤਰ੍ਹਾਂ ਦੇਖੀ। ਹੇਠਾਂ ਦੁਕਾਨ ਤੇ ਉੱਪਰ ਫਲੈਟ, ਫਲੈਟ ਵੀ ਪੂਰੇ ਘਰ ਜਿੱਡਾ। ਸਰੂਪ ਦੀ ਗੱਲਬਾਤ ਇਸ ਦੇ ਲਈ ਸਿਰੇ ਨਹੀਂ ਸੀ ਚੜ੍ਹ ਸਕੀ ਰਹੀ ਕਿ ਦੁਕਾਨ ਦਾ ਮਾਲਕ ਦੁਕਾਨ ਦੀ ਪਗੜੀ ਤੇ ਕਿਰਾਇਆ ਮਾਰਕੀਟ ਦੇ ਰੇਟ ਤੋਂ ਜ਼ਿਆਦਾ ਮੰਗ ਰਿਹਾ ਸੀ। ਸਰੂਪ ਨੇ ਕੁਝ ਘੱਟ ਕਰਕੇ ਪੇਸ਼ਕਸ਼ ਕਰ ਰੱਖੀ ਸੀ ਪਰ ਮਾਲਕ ਨਹੀਂ ਸੀ ਮੰਨਿਆ। ਉਹ ਹੋਰ ਦੁਕਾਨ ਦੇਖਣ ਲੱਗਿਆ ਸੀ। ਹੁਣ ਗੁਲਵੰਤ ਦਾ ਵਿਆਹ ਆ ਗਿਆ ਤਾਂ ਦੂਜੇ ਪਾਸੇ ਬਹੁਤ ਭੱਜ ਦੌੜ ਨਹੀਂ ਸੀ ਘਰ ਹੁੰਦੀ। ਗੁਲਵੰਤ ਦੇ ਆਉਣ ਤੋਂ ਤੀਜੇ ਕੁ ਦਿਨ ਦੀ ਗੱਲ ਹੈ ਕਿ ਸਰੂਪ ਨੂੰ ਏਜੰਟ ਦਾ ਫੋਨ ਆ ਗਿਆ। ਐਕਟਨ ਵਾਲੀ ਦੁਕਾਨ ਦੇ ਮਾਲਕ ਨੇ ਉਸਦੀ ਔਫਰ ਮੰਨ ਲਈ। ਸਰੂਪ ਨੇ ਸਤਨਾਮੀ ਨੂੰ ਦੱਸਿਆ। ਸਤਨਾਮੀ ਨੂੰ ਪਤਾ ਸੀ ਕਿ ਸਰੂਪ ਦੇ ਲਈ ਇਹ ਦੁਕਾਨ ਕਿੰਨੀ ਅਹਿਮ ਸੀ। ਉਹ ਬੋਲੀ, ਇਹ ਤਾਂ ਗੁਲਵੰਤ ਸਾਡੇ ਲਈ ਕਿਸਮਤ ਵਾਲਾ ਨਿਕਲਿਆ, ਨਹੀਂ ਤਾਂ ਇੰਨੀ ਦੇਰ ਤੋਂ ਅੜਿੱਕਾ ਚੱਲਿਆ ਆ ਰਿਹਾ ਸੀ। ਸਰੂਪ ਵੀ ਇਵੇਂ ਹੀ ਸੋਚ ਰਿਹਾ ਸੀ। ਉਹ ਵੀ ਜ਼ਰਾ ਵਹਿਮੀ ਸੀ ਅਤੇ ਇਹ ਗੱਲ ਹਰੇਕ ਨੂੰ ਦੱਸਦਾ ਫਿਰਦਾ। ਉਹ ਕਈ ਵਾਰ ਗੁਲਵੰਤ ਦੇ ਨਾਲ ਪੱਬ ਦੇ ਵਿੱਚ ਬੈਠਾ ਗੱਲਾਂ ਕਰਦਾ ਤਾਂ ਕਹਿਣ ਲੱਗਦਾ, ਬੇਗਾਨੇ ਮੁਲਕ ਦੇ ਵਿੱਚ ਆਪਣੇ ਬੰਦੇ ਕਦੋਂ ਮਿਲਦੇ ਹੈ? ਇਹ ਜਿਹੜੇ ਦੋਸਤ ਹੁੰਦੇ ਆ ਨਾ, ਇਹ ਬਸ ਦੋਸਤ ਹੀ ਹੁੰਦੇ ਹੈ। ਜੇ ਕਦੇ ਗਲਤੀ ਨਾਲ ਵੀ ਇਹਨਾਂ ਦੇ ਮੂੰਹ ਦੇ ਵਿੱਚ ਉਂਗਲ ਪਾ ਬੈਠੋ ਨਾ, ਤਾਂ ਇਹਨਾਂ ਦੰਦੀ ਵੱਢਣੀ ਵੱਢਣੀ ਹੈ। ਜਿਹੜੀ ਰਿਸ਼ਤੇਦਾਰਾਂ ਦੇ ਵਿੱਚ ਸਾਂਝ ਹੁੰਦੀ ਹੈ, ਉਹ ਫਰੈਂਡਾਂ ਦੇ ਵਿੱਚ ਨਹੀਂ ਹੁੰਦੀ। ਇਹ ਤਾਂ ਭਾਜੀ ਸੱਚ ਹੈ, ਅਸਲੀ ਦੋਸਤ ਨਹੀਂ ਮਿਲਦੇ ਅੱਜ ਕੱਲ੍ਹ, ਲੋੜ ਵੀ ਨਹੀਂ। ਜੇ ਤੁਹਾਡੇ ਆਲੇ ਦੁਆਲੇ ਦੋ ਤਿੰਨ ਰਿਸ਼ਤੇਦਾਰ ਵੀ ਚੰਗੇ ਹੈਗੇ ਆ ਨਾ, ਤਾਂ ਦੋਸਤਾਂ ਦੀ ਲੋੜ ਵੀ ਨਹੀਂ ਪੈਂਦੀ। ਸਰੂਪ ਨੂੰ ਪੂਰਾ ਯਕੀਨ ਸੀ ਗੁਲਵੰਤ ਉਸਦੀ ਮਜ਼ਬੂਤ ਧਿਰ ਬਣੇਗਾ। ਸਤਨਾਮੀ ਵੀ ਗੁਲਵੰਤ ਦੇ ਆਉਣ 'ਤੇ ਬਹੁਤ ਖੁਸ਼ ਸੀ। ਸਰੂਪ ਗੁਲਵੰਤ ਦੇ ਨਾਨਕਿਆਂ ਦੇ ਵਿੱਚ ਵੀ ਹੀ ਜਿਹੜਾ ਵਿਆਹਿਆ ਹੋਣ ਕਰਕੇ ਸਤਨਾਮੀ ਉਸਨੂੰ ਬਚਪਨ ਤੋਂ ਹੀ ਜਾਣਦੀ ਸੀ। ਉਹ ਸੋਚ ਰਹੀ ਸੀ ਕਿ ਕੋਈ ਤਾਂ ਹੋਏਗਾ ਉਸਦੇ ਨਾਲ ਗੱਲ ਕਰਨ ਵਾਲਾ। ਸਰੂਪ ਤਾਂ ਚੱਤੋ ਪਹਿਰ ਕੰਮ 'ਤੇ ਰਹਿੰਦਾ ਸੀ। ਦੋਨੋਂ ਬੱਚੇ ਵੀ ਚਾਚਾ ਜੀ ਚਾਚੀ ਜੀ ਕਰਦੇ ਫਿਰਦੇ ਸੀ। ਬਬਲੂ ਹੁਣ ਪੂਰਾ ਸਮਾਂ ਨਰਸਰੀ ਜਾਂਦਾ। ਸੀਮਾ ਵੀ ਅੱਧੇ ਦਿਨ ਦੇ ਲਈ ਜਾਣ ਲੱਗ ਪਈ ਸੀ। ਇਹਨਾਂ ਦਿਨਾਂ ਦੇ ਵਿੱਚ ਵਿਆਹ ਦੀ ਤਾਰੀਖ ਨਿਯਤ ਕਰ ਦਿੱਤੀ ਜਾਂਦੀ ਹੈ। 13 ਤਾਰੀਖ ਆਉਂਦੀ ਹੈ। ਅਜੀਬ ਗੱਲ ਇਹ ਹੋਈ ਕਿ ਸਰੂਪ ਨੂੰ ਦੁਕਾਨ ਦੀ ਚਾਬੀ ਮਿਲਣ ਦੀ ਵੀ ਇਹੋ ਹੀ ਤਾਰੀਖ ਸੀ। 13 ਉਸ ਨੂੰ ਆਪਣੇ ਲਈ ਹੋਰ ਵੀ ਕਿਸਮਤ ਲਿਆਉਣ ਵਾਲਾ ਸਮਝਣ ਲੱਗ ਪਏ। ਕਦੇ ਸਮਾਂ ਸੀ ਸੁਰਜਨ ਸਿੰਘ ਸੋਚਿਆ ਕਰਦਾ ਸੀ ਕਿ ਪਹਿਲੇ ਦੋ ਵਿਆਹ ਸਧਾਰਨ ਕੀਤੇ ਹਨ ਅਤੇ ਸੁਰਿੰਦਰ ਦੇ ਵਿਆਹ ਤੱਕ ਉਸਦੇ ਪੈਰ ਲੱਗ ਚੁੱਕੇ ਹੋਣਗੇ। ਸੁਰਿੰਦਰ ਦਾ ਵਿਆਹ ਗੱਜ ਵੱਜ ਕੇ ਕਰਾਂਗੇ। ਉਹ ਉਸਦੀ ਚਹੇਤੀ 'ਤੇ ਹੀ ਸੀ, ਵਿਚਕਾਰਲੀ ਤੀ, ਪੰਜਾਂ ਉਂਗਲਾਂ ਵਿਚਕਾਰਲੀ ਗਬਲੀ ਉਂਗਲ ਵਾਂਗ, ਸਭ ਤੋਂ ਮੋਰੀ, ਸਭ ਤੋਂ ਜ਼ਰੂਰੀ। ਇਹੋ ਹੀ ਗਬਲੀ ਜਿਹੜੀ ਸੀ ਉਂਗਲ ਕਈ ਵਾਰ ਦੁਸ਼ਮਣ ਦੇ ਲਈ ਵੰਗਾਰ ਗਾਲ ਅਤੇ ਵਾਰ ਵਾਂਗ ਹੀ ਤਣਦੀ ਹੈ। ਉਸਨੂੰ ਇਹ ਵੀ ਮਹਿਸੂਸ ਹੋਣ ਲੱਗਦਾ ਸੀ ਕਿ ਸੁਰਿੰਦਰ ਦੇ ਵਿਆਹ ਤੋਂ ਬਾਅਦ ਉਹ ਬਹੁਤ ਇਕੱਲਾ ਹੋ ਜਾਏਗਾ। ਸੁਰਿੰਦਰ ਦੇ ਨਾਲ ਆਪਣੀ ਨੇੜਤਾ ਬਾਰੇ ਉਹ ਅਮਾਂਡਾ ਨੂੰ ਵੀ ਲਿਖਿਆ ਕਰਦਾ ਸੀ, ਆਸਟ੍ਰੇਲੀਆ ਵਾਲੀ ਸਹੇਲੀ ਨੂੰ। ਪ੍ਰਕਾਸ਼ ਕੌਰ ਵੀ ਸੁਰਿੰਦਰ ਨੂੰ ਆਪਣੇ ਨੇੜੇ ਸਮਝਦੀ ਸੀ ਅਤੇ ਗੋਰੀ ਵਾਲੀ ਕਹਾਣੀ ਉਸਦੇ ਨਾਲ ਸਾਂਝੀ ਕਰ ਲਈ ਸੀ। ਸੁਰਿੰਦਰ ਨੂੰ ਆਸਟ੍ਰੇਲੀਆ ਤੋਂ ਆਉਂਦੀ ਚਿੱਠੀ ਦਾ ਪਤਾ ਸੀ, ਪਰ ਉਹ ਸੋਚਦੀ ਕਿ ਡੈਡੀ ਕਦੇ ਵੀ ਗਲਤ ਨਹੀਂ ਹੋਏਗਾ। ਅਮਾਂਡਾ ਦਾ ਨਾਂ ਉਸਨੇ ਚਿੱਠੀ ਤੋਂ ਪੜ੍ਹ ਲਿਆ ਹੋਇਆ ਸੀ, ਪਰ ਇਸਦਾ ਜ਼ਿਕਰ ਤੱਕ ਨਹੀਂ ਸੀ ਕੀਤਾ, ਜਿਵੇਂ ਕਿ ਉਸਨੇ ਇਹ ਚਿੱਠੀ ਦੇਖੀ ਹੀ ਨਾ ਹੋਵੇ।
ਚਿੱਠੀ ਨੂੰ ਦੇਖ ਕੇ ਪ੍ਰਕਾਸ਼ ਕੌਰ ਕੁਝ ਪੁੱਛਦੀ ਤਾਂ ਸੁਰਿੰਦਰ ਉਸਨੂੰ ਚੁੱਪ ਕਰਾ ਦਿੰਦਾ ਸੁਰਿੰਦਰ ਉਸਨੂੰ ਚੁੱਪ ਕਰਾ ਦਿੰਦੀ। ਕਿਸੇ ਵੇਲੇ ਸੁਰਜਨ ਸਿੰਘ ਸੋਚਿਆ ਕਰਦਾ ਸੀ ਕਿ ਅਮਾਂਡਾ ਇੰਗਲੈਂਡ ਆਵੇਗੀ ਤਾਂ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਮਿਲਾਵਾਂਗਾ, ਪਰ ਗੁਰਜੰਟ ਅਜਿਹਾ ਜਵਾਈ ਆਇਆ ਕਿ ਘਰ ਦਾ ਮਾਹੌਲ ਹੀ ਵਿਗੜ ਗਿਆ। ਇਸੇ ਲਈ ਹੁਣ ਸੁਰਿੰਦਰ ਦੇ ਹੰਗਾਮੇ ਵਾਲੇ ਵਿਆਹ ਦਾ ਸੁਪਨਾ ਵਿੱਚ ਹੀ ਰਹਿ ਗਿਆ। ਚੰਗੀ ਗੱਲ ਇਹ ਸੀ ਕਿ ਸਰੂਪ ਵੀ ਸਾਦੇ ਵਿਆਹ ਦੇ ਹੱਕ ਦੇ ਵਿੱਚ ਹੀ ਸੀ। ਹੁਣ ਗੁਰਜੰਟ ਦਾ ਨਹੀਂ ਸੀ ਪਤਾ ਕਿ ਉਹ ਵਿਆਹ ਦੇ ਵਿੱਚ ਜਿਹੜਾ ਆਵੇਗਾ ਵੀ ਕਿ ਨਹੀਂ। ਉਹਨਾਂ ਨੇ ਵਿਆਹ ਰੱਖ ਦਿੱਤਾ 13 ਅਗਸਤ ਸ਼ਨਿਚਰਵਾਰ, ਕੋਰਟ ਮੈਰਿਜ ਅਤੇ ਧਾਰਮਿਕ ਮੈਰਿਜ ਇੱਕੋ ਦਿਨ, ਜਿਵੇਂ ਗੁਰਜੰਟ ਦਾ ਹੋਇਆ ਸੀ। ਧਾਰਮਿਕ ਅਦਾਰਿਆਂ ਦੀ ਇਹ ਕੋਸ਼ਿਸ਼ ਕਿ ਉਹਨਾਂ ਨੂੰ ਵਿਆਹ ਰਜਿਸਟਰ ਕਰਨ ਦੇ ਅਧਿਕਾਰ ਮਿਲ ਜਾਣ ਹਾਲੇ ਕਾਮਯਾਬ ਨਹੀਂ ਸੀ ਹੋਏ। ਸਰੂਪ ਅਤੇ ਸਤਨਾਮੀ ਲੇਟਨ ਸਟੋਨ ਜਾਂਦੇ ਹੀ ਰਹਿੰਦੇ ਸਨ, ਕਦੇ ਵਿਆਹ ਬਾਰੇ ਕੋਈ ਸਲਾਹ ਕਰਨੀ ਹੁੰਦੀ ਅਤੇ ਕਦੇ ਕੁਝ ਖਰੀਦੋ ਫਰੋਖਤ। ਗੁਲਵੰਤ ਵੀ ਉਹਨਾਂ ਦੇ ਨਾਲ ਹੀ ਹੁੰਦਾ। ਹੁਣ ਤੱਕ ਗੁਲਵੰਤ ਅਤੇ ਸੁਰਿੰਦਰ ਆਪਸ ਦੇ ਵਿੱਚ ਕੁਝ ਖੁੱਲ੍ਹ ਚੁੱਕੇ ਸਨ। ਪਹਿਲਾਂ ਤਾਂ ਉਹ ਦੂਰੋਂ ਹੀ ਇੱਕ ਦੂਜੇ ਵੱਲ ਦੇਖਦੇ ਰਹਿੰਦੇ, ਫਿਰ ਉਹਨਾਂ ਨੂੰ ਇਕੱਲੇ ਹੀ ਛੱਡਿਆ ਜਾਣਾ ਲੱਗਿਆ ਸੀ। ਜਿਸ ਦਿਨ ਉਹਨਾਂ ਨੇ ਆਉਣਾ ਹੁੰਦਾ ਸੀ, ਸੁਰਿੰਦਰ ਦੇ ਮਨ ਦੇ ਵਿੱਚ ਖੋਜ ਹੀ ਪੈਂਦੀ ਰਹਿੰਦੀ ਸੀ। ਪਹਿਲਾਂ ਸੁਰਿੰਦਰ ਦੇ ਜੋ ਮਨ ਦਾ ਡਰ ਕਿ ਜ਼ਿਆਦਾ ਪੜ੍ਹਿਆ ਹੋਣ ਕਰਕੇ ਘੁਮੰਡੀ ਹੋਵੇਗਾ ਨਿਕਲ ਗਿਆ ਸੀ। ਫਿਰ ਗੁਲਵੰਤ ਕਦੇ ਵੀ ਉਸਦੇ ਨਾਲ ਅਜਿਹੀ ਕੋਈ ਗੱਲ ਨਾ ਕਰਦਾ ਜਿਹੜੀ ਉਸਨੂੰ ਸਮਝ ਨਾ ਪੈਂਦੀ ਹੋਵੇ। ਦੂਜੇ ਪਾਸੇ ਗੁਲਵੰਤ ਸੁਰਿੰਦਰ ਨੂੰ ਲੈ ਕੇ ਹਾਲੇ ਵੀ ਸੋਚਣ ਲੱਗਦਾ ਕਿ ਉਹ ਮੇਰੇ ਉੱਪਰ ਹਾਵੀ ਹੀ ਨਾ ਹੋ ਜਾਵੇ ਕਿਤੇ, ਪਰ ਉਸਨੂੰ ਸੁਰਿੰਦਰ ਬਹੁਤ ਪਸੰਦ ਸੀ। ਗੁਲਵੰਤ ਨੇ ਵੀ ਸਹੁਰੀ ਜਾਣਾ ਹੁੰਦਾ ਤਾਂ ਉਹ ਵੀ ਜਿਹੜਾ ਸੀ ਗੁਲਵੰਤ ਨੇ ਵੀ ਸਹੁਰੀ ਜਾਣਾ ਹੁੰਦਾ ਦੂਜੇ ਪਾਸੇ ਗੁਲਵੰਤ ਸੁਰਿੰਦਰ ਨੂੰ ਲੈ ਕੇ ਹਾਲੇ ਵੀ ਸੋਚਣ ਲੱਗਦਾ ਕਿ ਉਹ ਮੇਰੇ ਉੱਪਰ ਹਾਵੀ ਹੀ ਨਾ ਹੋ ਜਾਵੇ। ਗੁਲਵੰਤ ਨੇ ਸਹੁਰੀ ਜਾਣਾ ਹੁੰਦਾ ਤਾਂ ਵਿਸ਼ੇਸ਼ ਤਿਆਰੀ ਖਿੱਚ ਕੇ ਜਾਂਦਾ, ਪਰ ਸੁਰਿੰਦਰ ਕਈ ਵਾਰ ਸਧਾਰਨ ਜਿਹੀ ਜੀਨ ਦੇ ਵਿੱਚ ਹੀ ਤੁਰੀ ਫਿਰਦੀ ਹੁੰਦੀ। ਗੁਲਵੰਤ ਨੂੰ ਇਹ ਗੱਲ ਬਹੁਤ ਚੰਗੀ ਲੱਗਦੀ। ਸੁਰਿੰਦਰ ਦਾ ਜਿਹੜਾ ਕੰਮ ਉੱਪਰ ਇੱਕ ਸਹੇਲੀ ਸੀ ਮੈਗੀ। ਮੈਗੀ ਵਿਆਹ ਦੇ ਇਸ ਤਰੀਕੇ 'ਤੇ ਬਹੁਤ ਹੈਰਾਨ ਹੁੰਦੀ। ਉਹ ਪੁੱਛਦੀ, ਸੂਜ਼ਨ ਤੂੰ ਇੰਨੀ ਖੁਸ਼ ਫਿਰਦੀ ਹੈ ਕਿ ਬਹੁਤ ਸੋਹਣਾ ਹਸਬੈਂਡ ਮਿਲਿਆ, ਪਰ ਜਦ ਤੱਕ ਤੂੰ ਉਸਦੇ ਨਾਲ ਸੌਂ ਕੇ ਹੀ ਨਹੀਂ ਦੇਖਿਆ, ਤੈਨੂੰ ਕਿਵੇਂ ਪਤਾ ਕਿ ਉਹ ਵਿਆਹ ਦੇ ਕਾਬਲ ਵੀ ਹੈ? ਮੈਨੂੰ ਯਕੀਨ ਹੈ ਕਿ ਕਾਬਲ ਹੀ ਹੋਏਗਾ, ਸਾਡੇ ਇਵੇਂ ਸਭ ਕੁਝ ਭਰੋਸੇ 'ਤੇ ਹੀ ਚੱਲਦਾ, ਪਰ ਰੱਬ ਨਾ ਕਰੇ ਜੇ, ਫਿਰ ਦੇਖੀ ਜਾਵਾਂਗੇ, ਪਰ ਇਵੇਂ ਕਦੇ ਹੁੰਦਾ ਨਹੀਂ, ਸੁਰਿੰਦਰ ਆਖਦੀ। ਪਰ ਉਹਦੇ ਅੰਦਰ ਇੱਕ ਡਰ ਪੈਦਾ ਹੋਣ ਲੱਗਦਾ, ਮੈਗੀ ਵਾਲਾ, ਜੇ ਉਸ ਕਈ ਵਾਰ ਉਸਦੇ ਮਨ ਦੇ ਵਿੱਚ ਰੜਕਦਾ ਰਹਿੰਦਾ ਸੀ। ਕਦੇ ਕਦੇ ਆਪਣਾ ਇਹ ਡਰ ਸੁਖਬੀਰ ਦੇ ਨਾਲ ਵੀ ਸਾਂਝਾ ਕਰ ਲੈਂਦੀ। ਸੁਖਬੀਰ ਅੱਗਿਓਂ ਸੰਗਦੀ ਹੋਈ ਤਾੜੀ ਮਾਰ ਕੇ ਹੱਸਦੀ, ਇਹ ਜੇ ਹੈ ਨਾ, ਉਸਦੇ ਮਨ ਦੇ ਵਿੱਚ ਅਟਕਿਆ ਰਹਿ ਜਾਂਦਾ ਹੈ। ਉਸਦਾ ਦਿਲ ਕਰਦਾ ਕਿ ਕਿਸੇ ਤਰ੍ਹਾਂ ਵਿਆਹ ਤੋਂ ਪਹਿਲਾਂ ਉਸਦਾ ਗੁਲਵੰਤ ਦੇ ਨਾਲ ਮੇਲ ਹੋ ਸਕੇ ਤਾਂ ਸਭ ਕੁਝ ਪਤਾ ਲੱਗ ਜਾਵੇ, ਪਰ ਅਜਿਹਾ ਸੰਭਵ ਨਹੀਂ ਸੀ। ਮੈਗੀ ਉਸਦੇ ਨਾਲ ਇੱਕ ਹੋਰ ਫਿਕਰ ਸਾਂਝਾ ਕਰਦੀ ਕਿ ਉਸਦਾ ਵਿਆਹ 13 ਤਰੀਕ ਨੂੰ ਰੱਖਿਆ ਗਿਆ, ਜਿਹੜੀ ਇੱਕ ਅਸ਼ੁੱਭ ਤਰੀਕ ਮੰਨੀ ਜਾਂਦੀ ਹੈ ਇਹਨਾਂ ਮੁਲਕਾਂ 'ਚ, ਅਤੇ ਉਹ ਵੀ ਫਰਾਈਡੇ ਵਾਲਾ ਦਿਨ ਅਤੇ 13 ਤਰੀਕ। ਸੁਰਿੰਦਰ ਨੂੰ ਅਜਿਹਾ ਕੋਈ ਵਹਿਮ ਨਹੀਂ ਸੀ। ਉਸਨੇ ਗੁਲਵੰਤ ਦੇ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸਨੇ ਵੀ ਹੱਸ ਕੇ ਇਹ ਵਹਿਮ ਨੂੰ ਨਕਾਰਤਾ। ਉਹ ਹਰ ਰੋਜ਼ ਹੀ ਫੋਨ ਕਰਦੇ, ਵਿਆਹ ਦੀਆਂ ਗੱਲਾਂ ਕਰਦੇ, ਹਨੀਮੂਨ 'ਤੇ ਜਾਣ ਦੀਆਂ ਵੀ। ਸੁਰਿੰਦਰ ਗੁਲਵੰਤ ਨੂੰ ਪੁੱਛਦੀ
ਕਿ ਰਜਿਸਟ੍ਰੇਸ਼ਨ ਸਮੇਂ ਉਸਨੇ ਕਿਹੜੇ ਰੰਗ ਦਾ ਸੂਟ ਪਾਉਣਾ ਸੀ ਅਤੇ ਸੁਰਿੰਦਰ ਚਿੱਟੇ ਰੰਗ ਦਾ ਡਰੈੱਸ ਪਾ ਰਹੀ ਸੀ ਪਰ ਗੁਲਵੰਤ ਖਾਕੀ ਰੰਗ ਦਾ ਸੂਟ ਪਰ ਨਾਲ ਚਿੱਟੇ ਰੰਗ ਦੀ ਕਮੀਜ਼ ਅਤੇ ਚਿੱਟੀ ਟਾਈ ਲਗਾ ਰਿਹਾ ਸੀ। ਫੇਰਿਆਂ ਵੇਲੇ ਸੁਰਿੰਦਰ ਨੇ ਇੰਡੀਆ ਤੋਂ ਲਿਆਂਦਾ ਲਹਿੰਗਾ ਪਾਉਣਾ ਸੀ ਅਤੇ ਗੁਲਵੰਤ ਨੇ ਨੀਲੇ ਰੰਗ ਦਾ ਸੂਟ ਅਤੇ ਨਾਲ ਨਾਲ ਲਾਲ ਰੰਗ ਦੀ ਕਮੀਜ਼ ਅਤੇ ਟਾਈ। ਖਾਣੇ ਵੇਲੇ ਸੁਰਿੰਦਰ ਦੀ ਸਾੜੀ ਅਤੇ ਗੁਲਵੰਤ ਦੇ ਸੂਟ ਦਾ ਰੰਗ ਇੱਕੋ ਹੋਣਾ ਸੀ। ਇਸ ਦੇ ਨਾਲ ਸਰੂਪ ਦਾ ਖਰਚ ਵੱਧ ਰਿਹਾ ਸੀ ਪਰ ਨਾਲ ਦੀ ਨਾਲ ਹੀ ਉਹ ਖੁਸ਼ ਵੀ ਹੋ ਰਿਹਾ ਸੀ। ਵਿਆਹ ਦਾ ਦਿਨ ਆ ਗਿਆ, ਉਹੀ ਵਲਥਮ ਫੋਰੈਸਟ ਵਾਲਾ ਜਿਹੜਾ ਸੀ ਰਜਿਸਟ੍ਰੇਸ਼ਨ ਦਫ਼ਤਰ ਜਿੱਥੇ ਗੁਰਿੰਦਰ, ਬਲਜਿੰਦਰ ਅਤੇ ਮਨਿੰਦਰਾਂ ਦੇ ਵਿਆਹ ਹੋਏ ਸਨ। ਫੋਟੋਗ੍ਰਾਫਰ ਵੀ ਉਹੀ ਜਿਹੜਾ ਪਹਿਲੇ ਵਿਆਹਾਂ ਦੇ ਉੱਤੇ ਆਇਆ, ਥੋਮਸ। ਥੋਮਸ ਦੀ ਲੈਟਨ ਹਾਈ ਸਟਰੀਟ ਉੱਪਰ ਵੱਡੀ ਸਾਰੀ ਦੁਕਾਨ, ਉਹ ਹੱਡੀਆਂ, ਉਹ ਜਿਹੜਾ ਸੀ ਹੰਡਿਆ ਹੋਇਆ ਫੋਟੋਗ੍ਰਾਫਰ ਸੀ, ਜੋ ਵੀ ਫੋਟੋ ਦੇਖਦਾ ਆਸ਼ਾਸ਼ ਕਰ ਉੱਠਦਾ ਸੀ। ਇੰਨੇ ਵਿਆਹਾਂ ਤੋਂ ਬਾਅਦ ਹੁਣ ਸੁਰਜਨ ਦੀ ਉਸਦੇ ਨਾਲ ਦੋਸਤੀ ਪੈ ਚੁੱਕੀ ਸੀ। ਸੁਰਜਨ ਉਸਨੂੰ ਮਜ਼ਾਕ ਦੇ ਵਿੱਚ ਕਹਿੰਦਾ ਕਿ ਸਾਰੀਆਂ ਕੁੜੀਆਂ ਦੇ ਵਿਆਹਾਂ ਦੀਆਂ ਫੋਟੋਗ੍ਰਾਫੀ ਉਹ ਹੀ ਕਰੇਗਾ। ਰਜਿਸਟ੍ਰੇਸ਼ਨ ਦਫ਼ਤਰ ਦਾ ਛੋਟਾ ਜਿਹਾ ਹਾਲ ਥੋੜ੍ਹੇ ਜਿਹੇ ਲੋਕਾਂ ਦੇ ਨਾਲ ਵੀ ਭਰਿਆ ਭਰਿਆ ਲੱਗਦਾ ਸੀ। ਲਗਭਗ ਸਾਰੇ ਹੀ ਵਕਤ ਸਿਰ ਪੁੱਜ ਗਏ। ਸਭ ਤੋਂ ਪਹਿਲਾਂ ਰਜਿਸਟਰਾਰ ਔਰਤ ਨੇ ਵਿਆਹ ਸੰਬੰਧੀ ਮੁਖਤਸਰ ਜਿਹਾ ਭਾਸ਼ਣ ਦਿੱਤਾ, ਕੁਝ ਜ਼ਰੂਰੀ ਗੱਲਾਂ ਮੁੰਡੇ ਕੁੜੀ ਨੂੰ ਦੱਸੀਆਂ, ਕੁਝ ਫਾਰਮ ਭਰਾਏ, ਫਿਰ ਉਹਨਾਂ ਨੂੰ ਸਹੁੰ ਚੁਕਾਈ। ਇੱਕ ਕਾਰਡ ਉੱਪਰ ਲਿਖਿਆ ਪੰਕਤੀਆਂ ਨੂੰ ਜਿਹੜਾ ਸੀ ਮੁੰਡੇ ਕੁੜੀ ਨੇ ਵਾਰੋ ਵਾਰੀ ਉਸਦੇ ਮਗਰ ਕਹਿਣੀਆਂ ਪਈਆਂ ਸਨ। ਫਿਰ ਦੋਨਾਂ ਵੱਲੋਂ ਇੱਕ ਦੂਜੇ ਦੇ ਮੁੰਦੀਆਂ ਪਵਾ ਦਿੱਤੀਆਂ ਗਈਆਂ। ਉਹਨਾਂ ਨੂੰ ਮਰਦ ਅਤੇ ਪਤਨੀ ਘੋਸ਼ਿਤ ਕਰ ਦਿੱਤਾ ਗਿਆ। ਰਜਿਸਟਰਾਰ ਦੇ ਨੇ ਜਿਹੜਾ ਦੋਨਾਂ ਦੇ ਨਾਲ ਹੱਥ ਮਿਲਾ ਕੇ ਵਧਾਈ ਦਿੱਤੀ। ਇਸ ਵਿਆਹ 'ਤੇ ਸਰਟੀਫਿਕੇਟ ਉੱਪਰ ਦੋ ਗਵਾਹੀਆਂ ਵੀ ਪਾਈਆਂ ਗਈਆਂ, ਗੁਲਵੰਤ ਵੱਲੋਂ ਸਰੂਪ ਅਤੇ ਸੁਰਿੰਦਰ ਵੱਲੋਂ ਸੁਰਜਨ ਸਿੰਘ ਗਵਾਹ ਬਣੇ। ਫਿਰ ਦਫ਼ਤਰ ਦੇ ਹੀ ਜਿਹੜਾ ਇੱਕ ਬਗੀਚੇ ਵਿੱਚ ਤਸਵੀਰਾਂ ਖਿੱਚੀਆਂ ਗਈਆਂ, ਕਦੇ ਨਵੀਂ ਜੋੜੀ ਦੇ ਨਾਲ ਕੋਈ ਖੜ ਜਾਂਦਾ ਅਤੇ ਕਦੇ ਕੋਈ। ਉੱਥੋਂ ਸਭ ਨੇ ਗੁਰਦੁਆਰੇ ਜਾਣਾ ਸੀ। ਗੁਰਦੁਆਰੇ ਲਾਵਾਂ ਹੋਈਆਂ, ਸਾਧੂ ਸਿੰਘ ਗੁਰਦੁਆਰੇ ਦਾ ਚੌਧਰੀ ਤਾਂ ਹੈ ਹੀ ਸੀ, ਇਸ ਦੇ ਲਈ ਉਸਨੇ ਸਾਰੇ ਇੰਤਜ਼ਾਮ ਆਪ ਹੀ ਕੀਤੇ ਹੋਏ ਸਨ। ਲਾਵਾਂ ਵੇਲੇ ਸੁਰਿੰਦਰ ਨੇ ਲਾਲ ਰੰਗਾ ਜਿਹੜਾ ਸੀ ਦਾ ਭਾਰਾ ਲਹਿੰਗਾ ਪਾਇਆ ਹੋਇਆ ਸੀ। ਗੁਲਵੰਤ ਨੇ ਲਾਲ ਕਮੀਜ਼ ਅਤੇ ਨਾਲ ਨਾਲ ਲਾਲ ਪੱਗ ਵੀ ਬੰਨ ਲਈ। ਕਾਫ਼ੀ ਦੇਰ ਦੇ ਵਾਲ ਜਿਹੜੇ ਕਟਾਏ ਹੋਣ ਦੇ ਕਰਕੇ ਉਸਨੂੰ ਪੱਗ ਬੰਨ੍ਹਣ ਦੀ ਆਦਤ ਨਹੀਂ ਸੀ, ਪਰ ਸਰੂਪ ਦੇ ਜ਼ਿਆਦਾ ਕਹਿਣ ਦੇ ਉੱਤੇ ਬੰਨ੍ਹ ਲਏ। ਬੰਦੇ ਥੋੜ੍ਹੇ ਹੀ ਸਨ ਪਰ ਪੈਸਿਆਂ ਦੀ ਆਸ ਦੇ ਵਿੱਚ ਜਿਹੜਾ ਭਾਈਆਂ ਨੇ ਸ਼ਬਦ ਪੜ੍ਹਨ ਦੇ ਵਿੱਚ ਕਾਫ਼ੀ ਵਕਤ ਖਰਚ ਕਰ ਦਿੱਤਾ। ਉਹ ਫਿਰ ਜਿਹੜਾ ਵੀ ਖੁਸ਼ ਨਹੀਂ ਸਨ। ਸਰੂਪ ਅਤੇ ਸੁਰਜਨ ਸਿੰਘ ਨੇ 10-10 ਪੌਂਡ ਹੋਰ ਦੇ ਕੇ ਭਾਈਆਂ ਨੂੰ ਹੱਸਣ ਜੋਗੇ ਕਰ ਦਿੱਤਾ ਸੀ। ਰੋਟੀ ਦਾ ਇੰਤਜ਼ਾਮ ਉਸੇ ਰੈਸਟੋਰੈਂਟ ਦੇ ਵਿੱਚ ਸੀ ਜਿੱਥੇ ਗੁਰਜੰਟ ਵਾਰੀ ਖਾਣਾ ਖਾਧਾ ਗਿਆ। ਔਰਤਾਂ ਅਤੇ ਬੱਚੇ ਪਾ ਕੇ 30 ਕੁ ਬੰਦੇ ਹੋ ਗਏ। ਮਾਹੌਲ ਬਹੁਤ ਖੁਸ਼ਗਵਾਰ ਸੀ। ਦਿਲਬਾਗ ਚਾਂਬਲਿਆ ਫਿਰਦਾ ਸੀ, ਸਾਰੇ ਕੰਮ ਮੋਹਰੇ ਹੋ ਹੋ ਕਰ ਰਿਹਾ ਸੀ। ਕਿਸੇ ਦਾ ਬੀਅਰ ਦਾ ਗਲਾਸ ਊਣਾ ਹੁੰਦਾ ਤਾਂ ਇੱਕਦਮ ਭਰਵਾ ਦਿੰਦਾ, ਵਿਸਕੀ ਵਾਲਿਆਂ ਦੀ ਗਲਾਸੀ ਖਤਮ ਨਾ ਹੋਣ ਦਿੰਦਾ। ਗੁਰਜੰਟ ਨੇ ਬਹੁਤਾ ਸਮਾਂ ਸੁਰਜਨ ਸਿੰਘ ਦੇ ਕੋਲ ਬੈਠ ਕੇ ਗੁਜ਼ਾਰਿਆ। ਜਦ ਦਿਲਬਾਗ ਕਿਸੇ ਗੱਲ 'ਤੇ ਹੱਸਦਾ ਤਾਂ ਉਸਨੂੰ ਲੱਗਦਾ ਕਿ ਉਸ ਉੱਪਰ ਹੀ ਹੱਸ ਰਿਹਾ। ਦਿਲਬਾਗ ਵੀ ਕੋਈ ਮਸ਼ਕਰੀ ਕਰਕੇ ਚੋਰੀ ਅੱਖ ਨਾਲ ਜਿਹੜਾ ਗੁਰਜੰਟ ਵੱਲ ਦੇਖ ਲੈਂਦਾ ਸੀ। ਕਈ ਵਾਰ ਤਾਂ ਗੁਰਜੰਟ ਦਾ ਦਿਲ ਕਰਦਾ ਕਿ ਉੱਠ ਕੇ ਚਲਿਆ ਜਾਵੇ, ਪਰ ਸੁਰਜਨ ਸਿੰਘ ਨੇ ਉਸਨੂੰ ਵਿਸ਼ੇਸ਼ ਅਤੇ ਥੋੜ੍ਹਾ ਗੁੱਸੇ ਦੇ ਵਿੱਚ ਵਿਆਹ 'ਤੇ ਆਉਣ ਦੇ ਲਈ ਕਿਹਾ ਹੋਣ ਕਰਕੇ ਉਹ ਬੈਠਾ ਜਿਹੜਾ ਰਿਹਾ। ਕਈ ਵਾਰੀ ਉਹ ਦਿਲਬਾਗ ਦੇ ਨਾਲ ਲੜਨ ਦੇ ਲਈ ਵੀ ਆਪਣੇ ਆਪ ਨੂੰ ਤਿਆਰ ਕਰਨ ਲੱਗਦਾ। ਅਵਤਾਰ ਨੇ
ਮੇਜ਼ ਕੁਰਸੀਆਂ ਇੱਕ ਪਾਸੇ ਕਰਕੇ ਨੱਚਣ ਜੋਗੀ ਥਾਂ ਬਣਾ ਲਈ। ਸਰੂਪ, ਅਵਤਾਰ ਅਤੇ ਦਿਲਬਾਗ ਨੱਚਣ ਲੱਗੇ ਅਤੇ ਨਾਲ ਹੀ ਔਰਤਾਂ ਨੂੰ ਵੀ ਉਕਸਾਉਣ ਲੱਗੇ। ਕੋਈ ਔਰਤ ਨਾ ਉੱਠੀ। ਦਿਲਬਾਗ ਨੇ ਬਲਜੀਤ ਨੂੰ ਮੱਲੋ ਮੱਲੀ ਖਿੱਚ ਲਿਆ ਅਤੇ ਬਲਜੀਤ ਨੇ ਮਨਿੰਦਰਾ ਉਠਾ ਲਈ। ਇੱਕ ਦੋ ਔਰਤਾਂ ਹੋਰ ਉੱਠੀਆਂ, ਪਰ ਨੱਚਣ ਦਾ ਕੰਮ ਬਹੁਤੀ ਦੇਰ ਨਾ ਚੱਲਿਆ। ਬਹੁਤੇ ਲੋਕਾਂ ਦੇ ਵਿੱਚ ਇੱਕ ਝਿਜਕ ਜਿਹੀ ਬਣੀ ਰਹੀ। ਗੁਰਜੰਟ ਦੇ ਵਿਆਹ ਤੋਂ ਇਹ ਮਾਹੌਲ ਇੱਕਦਮ ਵੱਖਰਾ ਸੀ। ਇੱਥੇ ਦੋਨਾਂ ਧਿਰਾਂ ਦੇ ਪਰਾਹੁਣੇ ਸ਼ਾਮਲ ਸਨ। ਜੰਜ ਭਾਵੇਂ ਥੋੜ੍ਹੀ ਜਿਹੀ ਸੀ, ਪਰ ਸਰੂਪ ਪੂਰੇ ਜਲੌਅ ਦੇ ਵਿੱਚ ਭਰਾ ਵਿਆਹੁਣ ਆਇਆ ਸੀ। ਸ਼ਰਾਬੀ ਹੋਇਆ ਦਿਲਬਾਗ ਫਿਲਮੀ ਗੀਤ ਗਾਉਣ ਲੱਗਿਆ। ਪੂਰਾ ਗੀਤ ਉਸਨੂੰ ਕੋਈ ਆਉਂਦਾ ਨਹੀਂ ਸੀ, ਅੱਧਾ ਕੁ ਗੀਤ ਗਾ ਕੇ ਅਗਲਾ ਗਾਉਣ ਲੱਗਦਾ। ਅਵਤਾਰ ਨੇ ਪਹਿਲਾਂ ਇੱਕ ਗੀਤ ਗਾਉਣ ਦੀ ਤਿਆਰੀ ਕੀਤੀ ਹੋਈ ਸੀ। ਉਸਨੇ ਮੇਜ਼ ਨੂੰ ਢੋਲਕੀ ਬਣਾਇਆ ਅਤੇ ਜਿਹੜਾ ਸੀ ਬਾਬੁਲ ਕੀ ਦੁਆਏ ਲੇਤੀ ਜਾ ਵਾਲਾ ਵਿਦਾਇਗੀ ਗੀਤ ਗਾਇਆ। ਉਸਦੇ ਗੀਤ ਨੇ ਕਈਆਂ ਨੂੰ ਰਵਾ ਸੁੱਟਿਆ। ਕੁਝ ਦੇਰ ਦੇ ਲਈ ਮਾਹੌਲ ਗੰਭੀਰ ਹੋਇਆ, ਪਰ ਦਿਲਬਾਗ ਅੱਗੇ ਵੱਧਦਾ ਬੋਲਿਆ, ਤੁਸੀਂ ਤਾਂ ਇੱਦਾਂ ਕਰਦੇ ਆ ਜਿੱਦਾਂ ਕੁੜੀ ਨੂੰ ਜਹਾਜ਼ੇ ਚੜ੍ਹਾਉਣ ਆਏ ਹੁੰਦੇ ਆ। ਉਸਦੀ ਗੱਲ 'ਤੇ ਸਾਰੇ ਜਾਣੇ ਹੱਸਣ ਲੱਗ ਪਏ। ਉਸਨੇ ਸਭ ਨੂੰ ਇੱਕ ਇੱਕ ਪੈਗ ਹੋਰ ਪਾਇਆ ਅਤੇ ਕਹਿਣ ਲੱਗਿਆ, ਲੈ ਬਈ ਆਹ ਪੈਗ ਨਵੀਂ ਜੋੜੀ ਦੇ ਨਾਂ। ਐਤਕੀ ਡੈਡੀ ਨੂੰ ਮੁੰਡਾ ਛੋਲੇ ਦੇ ਕੇ ਪੜ੍ਹਿਆ ਨਹੀਂ ਮਿਲਿਆ। ਐੱਮ ਏ ਹੈ, ਐੱਮ ਏ ਮੁੰਡਾ ਹੈ, ਐਤਕੀ ਐੱਮ ਏ ਹੈ ਜੀ। ਦੋਸਤੋ, ਇਹ ਸੀ ਜੀ ਹਰਜੀਤ ਅਟਵਾਲ ਜੀ ਦੀ ਕਲਾ ਦੇ ਵਿੱਚੋਂ ਨਾਵਲ ਵਨਵੇ ਲੜੀਵਾਰ ਭਾਗ ਦਸਵਾਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ, ਦੁਆਬਾ ਰੇੜੀ ਦਮਾਂ 'ਚ। ਅਤੇ ਲਓ ਦੋਸਤੋ, ਤੁਸੀਂ ਕਰੋ ਇਸ ਗੀਤ ਨੂੰ ਪਿਆਰੇ ਜਿਹੇ ਨੂੰ ਇੰਜੋਏ ਅਤੇ ਮੈਨੂੰ ਦਿਓ ਆਗਿਆ ਕੀ ਕਹਿੰਦਾ ਹੈ ਗੀਤ। ਇਹਦੀਆਂ ਦੋ ਬੋਲਾਂ ਦੀ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਅਤੇ ਕੱਲ੍ਹ ਮਿਲਣ ਦੇ ਵਾਅਦੇ ਦੇ ਨਾਲ ਫਿਰ ਹੋਵੇਗੀ ਮੁਲਾਕਾਤ।